ਗੇਰ ਚਪਾਈਏ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਆਪਾਂ ਸਾਂਝ ਪਾਉਣ ਲੱਗੇ ਨਵਜੀਤ ਹੋਰਾਂ ਦੇ ਨਾਲ ਖਬਰਸਾਰ ਦੀ ਸਾਂਝ ਤੇ ਉਸ ਤੋਂ ਪਹਿਲਾਂ ਧੰਨਵਾਦੀ ਜਸਵਿੰਦਰ ਸਿੰਘ ਮਿਸੀਸਿਪੀ ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਪਿੰਡ ਸਿੰਧ ਮਾਂਦੂਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀਆਂ ਦੇ ਤੇ ਉਚੇਚਾ ਧੰਨਵਾਦ ਤੁਹਾਡਾ ਸਾਰਿਆਂ ਦਾ ਨਵਜੀਤ ਜੀ ਸਵਾਗਤ ਸਤਿ ਸ੍ਰੀ ਅਕਾਲ ਜੀ ਜੀ ਸਨੈਪ ਜੀ ਰੇਡੀਓ ਚੰਨ ਪਰਦੇਸੀ ਦੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਪਿਆਰ ਤਾਂ ਤੁਹਾਡੀ ਜ਼ੁਬਾਨ ਦੇ ਵਿਚ ਹੀ ਭਰਿਆ ਹੋਇਆ ਤੇ ਚੰਗਾ ਲੱਗਦਾ ਭਾਰਤ 26 ਨੂੰ ਬੰਦ ਹੋਣਾ ਤੇ ਉਹ ਤੋਂ ਬਾਅਦ ਫਿਰ ਸੰਸਦ ਦੇ ਵਿਚ ਵੇਚਾਂਗੇ ਜੀ ਫਸਲ ਪਾਲੀਏ ਸਰੋਂ ਟਰਾਲੀਆਂ ਚ ਬਿਲਕੁਲ ਜੀ ਗੱਲ ਤਾਂ ਹੁਣ ਇਹੀ ਕਹੀ ਜਾ ਰਹੀ ਹੈ ਕਿ ਕਿਸਾਨਾਂ ਵੱਲੋਂ ਤਿਆਰੀ ਕਰ ਲਈ ਗਈ ਹੈ ਵੈਸੇ ਤਾਂ ਭਾਰਤ ਬੰਦ ਦੀ ਤਿਆਰੀ ਕੀਤੀ ਗਈ ਹੈ ਵੱਖ ਵੱਖ ਥਾਵਾਂ ਤੇ ਇਹਦਾ ਅਸਰ ਦੇਖਣ ਨੂੰ ਇਸ ਵਾਰ ਮਿਲਣਾ ਵੈਸੇ ਲੰਬੇ ਸਮੇਂ ਤੋਂ ਜਦੋਂ ਵੀ ਪਹਿਲਾਂ ਵੀ ਭਾਰਤ ਬੰਦ ਹੋਇਆ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਤੇ ਆਪਾਂ ਇਹ ਚੀਜ਼ ਦੇਖੀ ਆ ਕਿ ਹਰ ਥਾਂ ਦੇ ਉੱਪਰ ਸਾਨੂੰ ਦੇਖਣ ਨੂੰ ਮਿਲਿਆ ਇਕੱਠ ਦੇਖਣ ਨੂੰ ਮਿਲਿਆ ਲੋਕਾਂ ਦੇ ਵਿਚ ਪਿਆਰ ਭਾਵਨਾ ਵੀ ਦੇਖਣ ਨੂੰ ਮਿਲੀ ਆ ਪਿਆਰ ਭਾਵਨਾ ਇਸ ਕਰਕੇ ਉਸ ਇਕੱਠ ਵਿਚ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੋਂ ਕਈ ਤਰ੍ਹਾਂ ਦੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਭਾਈ ਇਸੇ ਪਾਸੇ ਜਾਣ ਨਹੀਂ ਦਿੱਤਾ ਰੋਕ ਦਿੱਤਾ ਗਿਆ ਮੈਂ ਸਿਰਫ ਇੱਥੇ ਮੈਡੀਕਲ ਗੱਲ ਕਰੂੰਗਾ ਜਿਹੜੇ ਮੈਡੀਕਲ ਸੇਵਾਵਾਂ ਜਦੋਂ ਐਂਬੂਲੈਂਸ ਆਉਂਦੀ ਆ ਤਾਂ ਉਹਨੂੰ ਕਿਸਾਨਾਂ ਵੱਲੋਂ ਜਦੋਂ ਲੰਘਾਇਆ ਜਾਂਦਾ ਔਰਤਾਂ ਦੀ ਮਹਿਲਾਵਾਂ ਦੀ ਵੀ ਗੱਲ ਕਰਨੀ ਹੈ ਨਾਲ ਹੀ ਅੱਜ ਉਹਦਾ ਕਾਰਨ ਇਹ ਹੈ ਬਹੁਤ ਸਾਰੀਆਂ ਥਾਵਾਂ ਸਨੈਪ ਜੀ ਅਜਿਹੀਆਂ ਜਿੱਥੇ ਇਹ ਹੁੱਲੜਬਾਜ਼ੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਪਹਿਲਾਂ ਜਦੋਂ ਸ਼ੁਰੂਆਤ ਚ ਬੰਦ ਹੋਇਆ ਪਰ ਉਹ ਬਾਅਦ ਚ ਪਤਾ ਲੱਗਿਆ ਕਿ ਉਹ ਕਿਸਾਨਾਂ ਦੇ ਨਾਲ ਨਹੀਂ ਬੰਦੇ ਆਏ ਸੀ ਉਹ ਕਿਸੇ ਵੇਲੇ ਭੀੜ ਦੇ ਵਿਚ ਸ਼ਾਮਲ ਹੋਣ ਵਾਲਾ ਰੂਪ ਸੀ ਖਾਸ ਕਰ ਦੁਆਬੇ ਦੇ ਵਿਚ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਉੱਥੇ ਕਈ ਥਾਵਾਂ ਤੇ ਇਹ ਵੀ ਗੱਲਾਂ ਨਿਕਲੀਆਂ ਕਿ ਇੱਕ ਦੂਜੇ ਨੂੰ ਛੇੜਖਾਨੀ ਕੀਤੀ ਜਾ ਰਹੀ ਹੈ ਇਹ ਅੱਜ ਕੱਲ ਇਸ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੀਆਂ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਪਹਿਲਾਂ ਆਈਆਂ ਸਨ ਪਰ ਉਹਨਾਂ ਦਾ ਮੈਨੂੰ ਨਿੱਜੀ ਤੌਰ ਤੇ ਮੈਂ ਕਈ ਥਾਵਾਂ ਤੇ ਪਹੁੰਚਿਆ ਉਹਨਾਂ ਦੇ ਵਿਚ ਜਿੱਦਾਂ ਪੱਤਰਕਾਰੀ ਨਾਲ ਸੰਪਰਕ ਹੋਣ ਕਰਕੇ ਆਪਾਂ ਵੀ ਉਹਨਾਂ ਥਾਵਾਂ ਤੇ ਕਈ ਦੇਖਿਆ ਕਿ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਪਰ ਇਹ ਕਿਤੇ ਵੀ ਦੇਖਣ ਨੂੰ ਨਹੀਂ ਮਿਲੀ ਇਹ ਝੂਠੇ ਜਿਹੇ ਦੋਸ਼ ਦੇਖਣ ਨੂੰ ਮਿਲੇ ਹੈ ਹਾਲਾਂਕਿ ਜਿਨ੍ਹਾਂ ਥਾਵਾਂ ਦੇ ਉੱਪਰ ਰੋਕਿਆ ਹੁੰਦਾ ਉੱਥੇ ਬਹੁਤ ਸਾਰੇ ਕਿਸਾਨ ਨੌਜਵਾਨ ਵੀਰ ਅਸੀਂ ਦੇਖੇ ਹੈ ਸੇਵਾ ਭਾਵਨਾ ਦੇ ਨਾਲ ਸੇਵਾ ਕਰਦੇ ਜਦੋਂ ਪੁਲ ਦੇ ਥੱਲੇ ਸਵਾਰੀਆਂ ਬੈਠੀਆਂ ਹੁੰਦੀਆਂ ਵੱਖ ਵੱਖ ਪੁਲ ਵੀ ਹੋ ਸਕਦੇ ਆ ਮੈਂ ਜਲੰਧਰ PAT ਦੀ ਗੱਲ ਕਰਦੇ ਰਾਮਾ ਮੰਡੀ ਪੁਲ ਇੱਥੇ ਸਾਰੇ ਪਾਸੇ ਬੱਸਾਂ ਰੁਕਦੀਆਂ ਤੇ ਉੱਥੇ ਦੋ ਜਗ੍ਹਾ ਦੇ ਉੱਪਰ ਬਹੁਤ ਸਾਰੀਆਂ ਸਵਾਰੀਆਂ ਆ ਕੇ ਬੈਠੀਆਂ ਉਹਨਾਂ ਨੇ ਪੂਰਨ ਤੌਰ ਤੇ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ ਉਹਨਾਂ ਲਈ ਲੰਗਰ ਦਾ ਪ੍ਰਬੰਧ ਵੀ ਹੁੰਦਾ ਉਹਨਾਂ ਨੂੰ ਪ੍ਰਸ਼ਾਦੇ ਪਾਣੀ ਦਾ ਪੁੱਛਿਆ ਜਾਂਦਾ ਬੱਚੇ ਹੁੰਦੇ ਆ ਨਾਲ ਜੇਕਰ ਕਿਸੇ ਨੂੰ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਵੀ ਕੋਈ ਵੀ ਸਮੱਸਿਆ ਆਉਣ ਨਹੀਂ ਦਿੱਤੀ ਜਾਂਦੀ ਮਤਲਬ ਇਹ ਹੈ ਕਿ ਜੇਕਰ ਇਸ ਪਾਸੇ ਭਾਰਤ ਬੰਦ ਕਰਨ ਦੀਆਂ ਗੱਲਾਂ ਕਹੀਆਂ ਜਾਂਦੀਆਂ ਭਾਰਤ ਬੰਦ ਹੁੰਦਾ ਵੀ ਹੈ ਤੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਹ ਨਹੀਂ ਕਿਹਾ ਜਾ ਸਕਦਾ ਬੰਦਾ ਭੁੱਖਾ ਹਾਲਾਂਕਿ ਇੰਨੇ ਦਿਨ ਪਹਿਲਾਂ ਅੱਜ ਵੀ ਇਹ ਕਹਿ ਦਿੱਤਾ ਗਿਆ ਕਿ ਭਾਰਤ ਬੰਦ ਕਰਨਾ 26 ਤਰੀਕ ਨੂੰ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਵੀ ਕਾਲ ਦਿੱਤੀ ਗਈ ਹੈ ਸਾਰਿਆਂ ਨੂੰ ਪਤਾ ਵੀ ਹੈ ਫਿਰ ਵੀ ਬਹੁਤ ਸਾਰੇ ਲੋਕ ਹੋ ਸਕਦੇ ਜਿਹੜੇ ਸਫ਼ਰ ਦੌਰਾਨ ਨਿਕਲ ਜਾਂਦੇ ਆ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸਿਰਫ ਟ੍ਰੈਫਿਕ ਲਈ ਕਰਨਾ ਪੈਂਦਾ 2 ਜਾਂ 3 ਘੰਟੇ ਜਾਂ ਹੱਦ 4 ਘੰਟੇ ਜੋ ਰੋਕਿਆ ਜਾਂਦਾ ਪਰ ਕਿਸਾਨਾਂ ਵੱਲੋਂ ਅੱਜ ਤੱਕ ਇਹ ਉਹਨਾਂ ਦੀ ਸ਼ਿਫਤ ਆ ਬਹੁਤ ਸਾਰੇ ਲੋਕਾਂ ਦੀ ਮਜ਼ਦੂਰ ਜੋ ਉੱਥੇ ਸ਼ਾਮਲ ਹੁੰਦੇ ਨੇ ਵਿਦਿਆਰਥੀ ਜੋ ਸ਼ਾਮਲ ਹੁੰਦੇ ਨੇ ਨੌਜਵਾਨ ਜੋ ਸ਼ਾਮਲ ਹੁੰਦੇ ਨੇ ਕਦੀ ਵੀ ਅੱਜ ਤੱਕ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨ ਦਿੱਤਾ ਗਿਆ ਹੁਣ ਦੂਸਰੇ ਪਾਸੇ ਦੇਖੋ ਪਿਛਲੇ ਦਿਨਾਂ ਦੇ ਦੌਰਾਨ ਇਹ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਜੇਕਰ ਸਾਡੀ ਫਸਲ ਸਾਨੂੰ ਰੋਕਿਆ ਗਿਆ ਤੇ ਅਸੀਂ ਫਸਲ ਪਾਰਲੀਮੈਂਟ ਵਿੱਚ ਵੇਚਣੀ ਆ ਜਿਹਨੇ ਵੀ ਰੋਕਣ ਦੀ ਤੇ ਕੋਸ਼ਿਸ਼ ਕੀਤੀ ਆ ਉਹੀ ਬੰਦੇ ਨੂੰ ਭਾਈ ਸਰਕਾਰੀ ਖਰੀਦ ਦੇ ਉੱਪਰ ਫਸਲ ਲੈਣੀ ਪਏਗੀ ਹੁਣ ਵੀ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਤੋਂ ਰਕੇਸ਼ ਟਕੈਤ ਵੱਲੋਂ ਜੋ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਉਹਨਾਂ ਨੇ ਗੱਲਾਂ ਪੁਰਾਣੀਆਂ ਯਾਦ ਕਰਾਤੀਆਂ ਕਿ ਸਾਨੂੰ ਆਹ ਗੱਲ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਰਸਤੇ ਦੇ ਵਿੱਚ ਇਸ ਵਾਰ ਵੀ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਭਾਰਤ ਬੰਦ ਦੇ ਦੌਰਾਨ ਤੇ ਭਾਰਤ ਬੰਦ ਤੋਂ ਬਾਅਦ ਜਦੋਂ ਫਸਲ ਸਾਡੀ ਆਉਣੀ ਹੈ ਤੇ ਪਾਰਲੀਮੈਂਟ ਦੇ ਵਿੱਚ ਖਰੀਦਣੀ ਪੈਣੀ ਹੈ ਦੂਸਰੇ ਪਾਸੇ ਕਿਸਾਨਾਂ ਵੱਲੋਂ ਜੋ ਹੁਣ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਨੇ ਪਿਛਲੇ 5-7 ਦਿਨ ਤੋਂ ਮਾਹੌਲ ਠੰਡਾ ਜਿਹਾ ਸਾਰੇ ਪਾਸੇ ਹੋਇਆ ਉਹਦਾ ਕਾਰਨ ਕੀ ਹੈ ਸਰਕਾਰੀ ਤੌਰ ਦੇ ਉੱਪਰ ਕੋਈ ਬੰਦਾ ਗੱਲ ਕਰਨ ਨੂੰ ਤਿਆਰ ਨਹੀਂ ਸਰਕਾਰ ਦੇ ਸਾਰੇ ਬੰਦੇ ਸਾਰੇ ਮੰਤਰੀ ਸੰਤਰੀ ਅਧਿਕਾਰੀ ਜਿਹੜੇ ਆ ਉਹ ਚੋਣ ਪ੍ਰਚਾਰ ਚ 5 ਸੂਬਿਆਂ ਚ ਰੁੱਝੇ ਹੋਏ ਆ ਉਹਨਾਂ ਕੋਲ ਤਾਂ ਵੇਲ ਹੀ ਹੈ ਨੀ ਗੱਲ ਕਰਨ ਦਾ ਪਰ ਕਿਸਾਨਾਂ ਵੱਲੋਂ ਆਪਣੀਆਂ ਸਰਗਰਮੀਆਂ ਸਟੇਜ ਦੇ ਉੱਪਰ ਜਿਸ ਤਰ੍ਹਾਂ ਜਾਰੀ ਰੱਖੀਆਂ ਗਈਆਂ ਉਸ ਤੋਂ ਬਾਅਦ ਭਗਤ ਸਿੰਘ ਹੁਣਾਂ ਦੇ ਸ਼ਹੀਦੇ ਆਜ਼ਮ ਭਗਤ ਸਿੰਘ ਹੁਣਾਂ ਦੇ ਦਿਵਸ ਦੇ ਉੱਪਰ ਜਿਸ ਤਰ੍ਹਾਂ ਵੱਖ ਵੱਖ ਥਾਵਾਂ ਤੇ ਪ੍ਰੋਗਰਾਮ ਕਰਵਾਏ ਗਏ ਬੰਗੇ ਵਿੱਚ ਮਹਾਂਪੰਚਾਇਤ ਕਰਵਾਈ ਗਈ ਉਸ ਤੋਂ ਹੋਰ ਵੀ ਵੱਖ ਵੱਖ ਥਾਵਾਂ ਤੇ ਮਹਾਂਪੰਚਾਇਤਾਂ ਹੋਈਆਂ ਦਿੱਲੀ ਵਿੱਚ ਸਟੇਜ ਨੌਜਵਾਨਾਂ ਨੇ ਸੰਭਾਲੀ ਟਿਕਰੀ ਬਾਰਡਰ ਤੇ ਇੱਕ ਵਾਰ ਫਿਰ ਤੋਂ ਇਕੱਠ ਦੇਖਣ ਨੂੰ ਮਿਲ ਗਿਆ ਇਹ ਸਾਰੀਆਂ ਗੱਲਾਂ ਦਾ ਪ੍ਰਤੀਕ ਹੈ ਖੜਕੜ ਕਰਨ ਤੋਂ ਫਿਰ ਮਿੱਟੀ ਲੈ ਕੇ ਗਿਆ ਰਾਮੂ ਵਾਲ ਗਿਆ ਹਨਾ ਕਾਫੀ ਕੁਝ ਜੀ
बिल्कुल उथे भी नहीं भुलाया जा सकता। ये सारिया गलां दसदिया कि इस बार की हुण एक बार फिर तो अगे वल तुर पिया किसानों का अंदोलन। ठंडा काम कोई नहीं पिया। हाँ इना जरूर है दिखाना कई ने बंद करता। पहला राष्ट्रीय मीडिया साडा एक अद्धी खबर दिखा देंदा सी, ओह किसे वेले की खाली टेंट भी दिखाउंदा सी, चलो दिखाउंदा तां सी, पर हुण दूसरे पासे ओह सारे बंदे बंगाल विच वी वी अभ्यासी चोण प्रचार, इस करके लोगों को थोड़ा जा लगता। पर जेकर असल विच गल की जाए तो अंदोलन अजे भी उत्थे खड़ा, ट्रालियां उत्थे खड़िया, लोगों की गिनती जेकर थोड़ी बहुती घटी होगी तो उसका एक कारण हो सकता है कि फसल हुण जिदा पूरी तैयार है पर पिंडां दे विच ड्यूटियां लगियां, किसान वीर उत्थे जा रहे ने, जदाद आ रहे ने, 15 हफ्ते बाद जा भी रहे ने। सो किसानों वालों हुण जो ये ऐलान किया गया भारत बंद नूं एक बार फिर तो सफल बनाने का, देखते हैं हुण ये करदे की है, 26 तरीक नूं किस तरह के हालात बनते हैं, इहदे उप्पर सारिआं दी नजरां टिकीआं आ। बंगाल दीआं चोणां दीआं सरगर्मियां दी गल करो जी, आपां बीजेपी दी गल करिए तां मिथुन होरां नूं नाल तां बहाड़िआ सी प्रधानमंत्री ने, टिकट पता नहीं क्यों नहीं दित्ती, कहिंदे हुण पता ही है की होऊगा। ते पंजाब वाले जिहड़े स्टार प्रचारक भेजणे आ बीजेपी वालिआं ने, ਉਹ ਫਿਰ ਦੱਸਣਗੇ ਵੀ ਭਾਈ ਭੱਜ ਵੀ ਲੈਂਦੇ ਹਾਂ ਅਸੀਂ ਬਹੁਤ ਤੇਜ਼ ਭੱਜਦੇ ਹਾਂ। ਭਾਜਪਾ ਨੇ ਹੁਣ ਚੋਣ ਸਰਗਰਮੀਆਂ ਵੈਸੇ ਸਿਖਰਾਂ ਤੇ ਆ ਪੱਛਮੀ ਬੰਗਾਲ ਵਿਚ, ਆਪਾਂ ਦੇਖਿਆ ਕਿ ਸਾਰਿਆਂ ਦਾ ਜ਼ੋਰ, ਖਾਸ ਕਰ ਭਾਜਪਾ ਦੇ ਵੱਖ ਵੱਖ ਸੂਬਿਆਂ ਦੇ ਭਾਵੇਂ ਮੁੱਖ ਮੰਤਰੀ ਹੋਣ, ਉਨ੍ਹਾਂ ਦਾ ਜ਼ੋਰ ਵੀ ਪੂਰਾ ਲੱਗਿਆ। ਚਰਚਾ ਤਾਂ ਹੁਣ ਇਹ ਵੀ ਹੈ ਕਿ ਯੂਪੀ ਪੁਲਿਸ ਨੂੰ ਵੀ ਉਥੇ ਲਗਾ ਦਿੱਤਾ ਗਿਆ। ਹੁਣ ਦੇਖੋ ਜਾਂ ਤਾਂ ਫਿਰ ਬੰਗਾਲ ਦੀ ਪੁਲਿਸ ਤੇ ਉਨ੍ਹਾਂ ਨੂੰ ਭਰੋਸਾ ਨਹੀਂ ਗਾ, ਪਤਾ ਨੀ ਕੀ ਕਾਰਨ ਹੈ। ਸੂਬਿਆਂ ਦੇ ਵਿਚ ਵੱਖ ਵੱਖ ਪੁਲਿਸ ਬੁਲਾਈ ਵੀ ਜਾ ਸਕਦੀ ਹੈ, ਇਹ ਅਧਿਕਾਰ ਹੁੰਦਾ, ਪਰ ਯੂਪੀ ਦੀ ਪੁਲਿਸ ਵੀ ਕਿਉਂ ਬੁਲਾਈ ਗਈ ਆ, ਇਹਨੂੰ ਲੈ ਕੇ ਵੀ ਸਵਾਲ ਖੜੇ ਹੋਣ ਲੱਗ ਪਏ ਨੇ। ਭਾਜਪਾ ਨੇ 11 ਉਮੀਦਵਾਰਾਂ ਦਾ ਐਲਾਨ ਕੀਤਾ ਤੇ ਉਹਦੇ ਉਪਰ ਜਿਹੜੀ ਕਿਆਸ ਲਗਾਏ ਜਾ ਰਹੇ ਸੀ ਕਿ ਮਿਥੁਨ ਚੱਕਰਵਰਤੀ ਨੂੰ ਕਿਤੇ ਟਿਕਟ ਦਿੱਤੀ ਜਾ ਸਕਦੀ ਆ, ਮਿਥੁਨ ਚੱਕਰਵਰਤੀ ਦਾ ਅਜੇ ਵੀ ਐਲਾਨ ਨਹੀਂ ਕੀਤਾ, ਬੰਦਾ ਉਹਨੇ ਅਜੇ ਲੁਕੋ ਕੇ ਰੱਖਿਆ, ਪੱਤਾ ਹੌਲੀ ਹੌਲੀ ਖੇਡਣਗੇ ਸਿਆਸੀ ਤੌਰ ਤੇ, ਦੇਖਦੇ ਆ ਕਿੱਥੇ ਕੱਢਦੇ ਆ। ਵੈਸੇ ਲੱਗਦਾ ਤੇ ਇਹਨੂੰ ਕਿਤੇ ਕੋਈ ਵੱਡਾ ਅਹੁਦਾ ਹੀ ਦੇਣ ਦੀ ਤਾਕ ਵਿਚ ਬੈਠੇ ਆ। ਹੁਣ ਇਹਨਾਂ ਚੋਣ ਸਰਗਰਮੀਆਂ ਦੀ ਗੱਲ ਕਰੀਏ ਆਪਾਂ ਤਾਂ ਇਹਦੇ ਵਿਚ ਹੁਣ ਇੱਕ ਫੌਜ ਦੇ ਸਾਬਕਾ ਸੀਨੀਅਰ ਅਧਿਕਾਰੀ ਆ ਲੈਫਟੀਨੈਂਟ ਜਨਰਲ ਸੁਬਰਤ ਸਾਹਾ, ਸੇਵਾ ਮੁਕਤ ਹੋ ਗਿਆ, ਕਈ ਪਹਿਲਾਂ ਵੀ ਫੌਜ ਦੇ ਉੱਚ ਅਧਿਕਾਰੀ ਭਾਜਪਾ ਦੇ ਵਿਚ ਸ਼ਾਮਲ ਹੋਏ ਆ, ਇਹਨਾਂ ਨੂੰ ਵੀ ਹੁਣ ਕਿਤਿਓਂ ਸੀਟ ਦੇ ਦਿੱਤੀ ਗਈ ਹੈ। ਦੱਖਣੀ ਕਲਕੱਤੇ ਦੀ ਰਾਜ ਬਿਹਾਰੀ ਸੀਟ ਤੋਂ ਉਮੀਦਵਾਰ ਇਹਨਾਂ ਨੂੰ ਐਲਾਨ ਦਿੱਤਾ, ਉਮੀਦ ਆ ਇਹਨਾਂ ਨੂੰ ਜਿੱਤਣਗੇ ਕਿਉਂਕਿ ਇਲਾਕਾ ਉਸ ਤਰ੍ਹਾਂ ਦਾ ਆ, ਪਹਿਲਾਂ ਵੀ ਆਧਾਰ ਇਹਨਾਂ ਦਾ ਉੱਥੇ ਹੈਗਾ ਆ, ਤੇ ਕੋਸ਼ਿਸ਼ ਇੱਕ ਵਾਰੀ ਭਾਜਪਾ ਵੱਲੋਂ ਫਿਰ ਕੀਤੀ ਗਈ ਹੈ ਅਜਮਾਉਣ ਦੀ। ਹੁਣ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਸ਼ੋਕ ਕਲਾਹੜੀ ਉਹਨਾਂ ਨੂੰ ਵੀ ਬਾਲੂਘਾਟ ਤੋਂ ਉਮੀਦਵਾਰ ਐਲਾਨ ਦਿੱਤੇ ਆ। ਹੁਣ ਵੱਖ ਵੱਖ ਐਲਾਨ ਤਾਂ ਕਰ ਦਿੱਤੇ ਆ, ਪਰ ਇਹ ਦੇਖਣਾ ਕਿ ਜਿਹੜੇ ਬੰਦੇ ਟੁੱਟ ਕੇ ਇਧਰੋਂ ਉਧਰ ਜਾ ਰਹੇ ਆ ਉਹਨਾਂ ਨੂੰ ਕਿੱਦਾਂ ਬਚਾਇਆ ਜਾ ਸਕਦਾ। ਟੀਐਮਸੀ ਨੇ ਆਪਣੇ ਉਹਨਾਂ ਬੰਦਿਆਂ ਨੂੰ ਸੀਟਾਂ ਨਹੀਂ ਦਿੱਤੀਆਂ ਜਿਨ੍ਹਾਂ ਤੇ ਉਹਨਾਂ ਨੂੰ ਇਸ ਵਾਰ ਭਰੋਸਾ ਨਹੀਂ, ਕਿਉਂਕਿ ਅੰਦਰ ਖਾਤੇ ਸਰਵੇ ਕਰਾਇਆ, ਉਹ ਬੰਦੇ ਚਲ ਗਏ ਭਾਜਪਾ ਨਾਲ। ਭਾਜਪਾ ਨੇ ਕਈ ਉਹਨਾਂ ਬੰਦਿਆਂ ਨੂੰ ਸੀਟਾਂ ਨਹੀਂ ਦਿੱਤੀਆਂ ਜਿਨ੍ਹਾਂ ਨੂੰ ਬੜਾ ਪਾਰਟੀ ਚ ਲੰਬੇ ਸਮੇਂ ਤੋਂ ਯਕੀਨ ਸੀ, ਜਿਹੜੇ ਅੱਗੇ ਹੋ ਕੇ ਦਰੀਆਂ ਦੁਰੀਆਂ ਝਾੜਦੇ ਰਹੇ ਆ, ਨਾਲ ਹਰ ਇੱਕ ਪਾਰਟੀ ਤੇ ਜਾਂਦੇ ਰਹੇ ਆ ਚੋਣ ਪ੍ਰਚਾਰ, ਉਹਨਾਂ ਨੂੰ ਦਿੱਤੀਆਂ, ਉਹ ਟੀਐਮਸੀ ਚ ਆ ਗਏ। ਪਾਰਟੀਆਂ ਦੋਹਾਂ ਦੇ ਹੀ ਬੰਦੇ ਇਧਰ ਉਧਰ ਗਏ ਆ, ਕਿਹਨਾਂ ਨੂੰ ਫਾਇਦਾ ਹੁੰਦਾ ਕਿਹਨਾਂ ਨੂੰ ਨੁਕਸਾਨ ਹੁੰਦਾ ਇਹ ਤਾਂ ਹੁਣ ਬਾਅਦ ਦੇ ਵਿਚ ਚੋਣਾਂ ਤੋਂ ਪਤਾ ਲੱਗੇਗਾ। ਪਰ ਦੂਸਰੇ ਪਾਸੇ ਚੋਣਾਂ ਦੇ ਨਾਲ ਨਾਲ ਹੁਣ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਤਿਆਰ ਕਰ ਦਿੱਤੀ ਗਈ ਹੈ। ਇਹਨਾਂ ਸੂਚੀ ਵਿਚ ਪੰਜਾਬ ਤੋਂ ਵੀ ਬੰਦੇ ਜਾ ਰਹੇ ਆ, ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਾਂ ਹੈਗਾ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਵੀ ਨਾਂ ਆਇਆ, ਉਹ ਤਿਵਾੜੀ ਹੁਣਾਂ ਦਾ ਵੀ ਨਾਮ ਆਇਆ ਵਿਚ, ਵੈਸੇ ਤਾਂ ਤਿਵਾੜੀ ਹੁਣੀ ਹੁਣ ਮਨੀਸ਼ ਤਿਵਾੜੀ ਆਨੰਦਪੁਰ ਵਾਲੇ ਪਾਸਿਓਂ। ਹੁਣ ਮਨੀਸ਼ ਤਿਵਾੜੀ ਨੂੰ ਲੈ ਕੇ ਵੀ ਸਵਾਲ ਫਿਰ ਖੜੇ ਹੋਣ ਲੱਗ ਪਏ ਆ, ਕਾਰਨ ਕੀ ਹੈ? ਪਹਿਲਾਂ ਮੈਂ ਸਟਾਰ ਪ੍ਰਚਾਰਕਾਂ ਦੀ ਜਿਹੜੀ ਲਿਸਟ ਜਾਰੀ ਕੀਤੀ ਹੈ ਉਹਦੇ ਵਿਚ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਹੈ, ਉਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਨੇ। ਇਹਨਾਂ ਤੋਂ ਇਲਾਵਾ ਇੱਕ G23 ਗਰੁੱਪ ਅਲੱਗ ਚੱਲਦਾ ਪਿਆ ਥੋੜਾ ਜਿਹਾ ਕਾਂਗਰਸ ਦੇ ਨਾਲੋਂ, ਉਨ੍ਹਾਂ ਦੇ ਵੀ ਕੁਝ ਬੰਦਿਆਂ ਦੇ ਵਿਚ ਨਾਮ ਸ਼ਾਮਲ ਹੈਗੇ ਆ। ਮਨੀਸ਼ ਤਿਵਾੜੀ ਉਨ੍ਹਾਂ ਤੋਂ ਇੱਕ ਆ, ਤੇ ਮਨੀਸ਼ ਤਿਵਾੜੀ ਨੂੰ ਉਨ੍ਹਾਂ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਰੱਖਿਆ, ਉਹਦਾ ਕਾਰਨ ਕੀ ਹੈ ਇੱਥੇ ਵੀ ਚਰਚਾ ਕਰਦੇ ਆ। ਪਰ ਦੇਖੋ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਤੇ ਕਪਿਲ ਸਿੱਬਲ ਇਹ ਬੜੇ ਸੀਨੀਅਰ ਬੰਦੇ ਆ। G23 ਗਰੁੱਪ ਉਹ ਗਰੁੱਪ ਆ ਜਿਹੜਾ ਕਾਂਗਰਸ ਤੋਂ ਵੱਖ ਹੋਇਆ, ਜਿਨ੍ਹਾਂ ਦੀ ਵਿਚਾਰਧਾਰਾ ਵੱਖਰੀ ਹੈ, ਜਿਹੜਾ ਰਾਹੁਲ ਗਾਂਧੀ ਦੇ ਹੱਕ ਵਿਚ ਬਹੁਤਾ ਨਜ਼ਰ ਨਹੀਂ ਆਉਂਦਾ, ਇਹ ਉਹ ਬੰਦੇ ਆ। ਹੁਣ ਇਹਨਾਂ ਦੇ ਕਪਿਲ ਸਿੱਬਲ ਹੁਣੀ ਸੀਨੀਅਰ ਬੰਦੇ ਹੋ ਕੇ ਆਨੰਦ ਸ਼ਰਮਾ ਗੁਲਾਮ ਨਬੀ ਆਜ਼ਾਦ ਇਹਨਾਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਨਾ ਰੱਖਣ ਦਾ ਮਤਲਬ ਇਹਨਾਂ ਨੇ ਪੱਤਾ ਹੁਣ ਕੱਟ ਹੀ ਦਿੱਤਾ।
ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਦੂਜੀ ਪਾਰਟੀ ਵਿਚ ਵੀ ਜਾ ਸਕਦੇ ਆ, ਕਿਉਂਕਿ ਗੁਲਾਮ ਨਬੀ ਆਜ਼ਾਦ ਅੱਖਾਂ ਦੇ ਹੰਝੂ ਰਾਜ ਸਭਾ ਦੇ ਵਿਚ ਪ੍ਰਧਾਨ ਮੰਤਰੀ ਦੀਆਂ ਅੱਖਾਂ ਦੇ ਨਾਲ ਮਿਲਦੇ ਮਿਲਦੇ ਆਪਾਂ ਦੇਖੇ ਆ, ਉਸ ਤੋਂ ਬੜੇ ਸੰਕੇਤ ਮਿਲੇ। ਉਸ ਤੋਂ ਬਾਅਦ ਜਦੋਂ ਜੰਮੂ ਕਸ਼ਮੀਰ ਵਿਚ ਇਕ ਰੈਲੀ ਹੁੰਦੀ ਹੈ, ਉਥੇ ਵੀ ਅਸੀਂ ਦੇਖਿਆ ਭਾਜਪਾ ਦੇ ਇਨ੍ਹਾਂ ਕੁਛ ਕੁ ਬੰਦਿਆਂ ਨੂੰ ਇਕ ਸਟੇਜ ਦੇ ਉਪਰ ਤੇ ਉਸੇ ਤਰ੍ਹਾਂ ਦੇ ਰੰਗ ਦੇ ਦੌਰਾਨ ਉਥੇ ਕਈ ਤਰ੍ਹਾਂ ਦੇ ਕਿਆਸ ਲੱਗ ਜਾਂਦੇ ਆ। ਚਾਰ ਪ੍ਰਚਾਰਕਾਂ ਦੇ ਵਿਚ ਜੇਕਰ ਗੱਲ ਕਰੀਏ, ਚਾਰ ਪ੍ਰਚਾਰਕਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਆ। ਹੁਣ ਇਹਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਕਾਰਨ ਕੀ ਹੈ? ਪੰਜਾਬ ਵਿਚ ਕੋਰੋਨਾ ਵਾਇਰਸ ਫੈਲਿਆ, ਹੁਣ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆਏ, ਸਾਰਿਆਂ ਨੇ ਇਹੀ ਕਿਹਾ, ਕੈਪਟਨ ਅਮਰਿੰਦਰ ਸਿੰਘ ਵੀ ਉਹਦੇ ਵਿਚ ਸ਼ਾਮਲ ਸੀਗੇ। ਹੁਣ ਕਹਿੰਦੇ ਆ ਕਿ ਦਿੱਲੀ ਵਿਚ ਵੀ ਕੋਰੋਨਾ ਫੈਲਿਆ, ਪੰਜਾਬ ਵਿਚ ਵੀ ਫੈਲਿਆ, ਪਰ ਇੱਥੇ ਮਾਸਕ ਤੋਂ ਬਿਨਾਂ ਰੈਲੀਆਂ ਹੋਈਆਂ, ਇੱਥੇ ਆਹ ਹੋਇਆ ਉਹ ਹੋਇਆ, ਫਲਾਨਾ ਬੰਦਾ ਆਇਆ, ਚਲੋ ਆਏ, ਆਪਾਂ ਨੀ ਕਹਿੰਦੇ ਕਿਸੇ ਨੂੰ ਵੀ ਮਹਾਂਪੰਚਾਇਤ ਕੀਤੀ ਹੈ, ਚੋਣ ਰੈਲੀ ਦੇ ਰੂਪ ਵਿਚ ਕੀਤੀ ਹੈ ਉਹ। ਹੁਣ ਜੇਕਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਹੈ, ਇਹ ਪੱਛਮੀ ਬੰਗਾਲ ਵਿਚ ਜਾ ਕੇ ਚੋਣ ਪ੍ਰਚਾਰ ਕਰਨਗੇ ਤਾਂ ਫਿਰ ਕੀ ਜਵਾਬ ਦੇਣਗੇ? ਵਿਰੋਧੀਆਂ ਦੇ ਨਿਸ਼ਾਨੇ ਤੇ ਫਿਰ ਆ ਹੀ ਜਾਣਾ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਆ, ਹੁਣ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਸ਼ਾਂਤ ਬੈਠੇ ਆ, ਸ਼ਾਂਤ ਕਾਹਤੋਂ ਵਿਚ ਵਿਚ ਬੋਲਦੇ ਰਹਿੰਦੇ ਆ, ਚਾਹ ਕਾਫੀ ਬਥੇਰੀ ਹਰੀ ਪੀਤੀ ਹੈ, ਭਾਵੇਂ ਮਿੱਠਾ ਵਿਚ ਘੱਟ ਹੁੰਦਾ, ਬਹੁਤੀ ਗੱਲ ਬਣਦੀ ਨੀ ਉਹਦੇ ਨਾਲ। ਤੇ ਜੇਕਰ ਹੁਣ ਨਵਜੋਤ ਸਿੰਘ ਸਿੱਧੂ ਉੱਥੇ ਜਾਂਦੇ ਆ ਤੇ ਫਿਰ ਵੀ ਉਂਗਲੀਆਂ ਉੱਠਣੀਆਂ ਹੀ ਆ, ਕਹਿਣਾ ਭਾਈ ਆਪਣੇ ਨਾਲ ਇੱਥੇ ਕੋਈ ਬੋਲਦਾ ਨੀ, ਬੰਦੇ ਨੂੰ ਕਈ ਥਾਵਾਂ ਤੇ ਬੁਲਾਉਂਦੇ ਉੱਥੇ ਜਾਂਦੇ ਨੀਗੇ, ਤੇ ਦੂਜੇ ਸੂਬਿਆਂ ਚ ਕਿਸ ਤਰ੍ਹਾਂ ਜਾਣਗੇ? ਇਹ ਸਟਾਰ ਪ੍ਰਚਾਰਕਾਂ ਦੀ ਸੂਚੀ ਤੇ ਬੰਗਾਲ ਦੇ ਵਿਚ ਚੋਣ ਸਰਗਰਮੀਆਂ, ਇਹ ਸਾਰੀਆਂ ਚੀਜ਼ਾਂ ਦੱਸਦੀਆਂ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਵਿਰੋਧੀਆਂ ਨੂੰ ਇੱਕ ਦੂਜੇ ਦੇ ਉੱਪਰ ਖੂਬ ਨਿਸ਼ਾਨੇ ਲਗਾਉਣ ਦੇ ਮੌਕੇ ਮਿਲਣੇ ਆ। ਪਰ ਦੇਖਦੇ ਹਾਂ ਅੱਗੇ ਅੱਗੇ ਹੁੰਦਾ ਕੀ, ਕਿਉਂਕਿ ਜ਼ੋਰ ਪੂਰਾ TMC ਨੇ ਵੀ ਲਗਾਇਆ, ਜ਼ੋਰ ਪੂਰਾ ਭਾਜਪਾ ਨੇ ਵੀ ਲਗਾਇਆ, ਕਾਂਗਰਸ ਦੇ ਹਾਲਾਤ ਥੋੜੇ ਜਿਹੇ ਮਾੜੇ ਨਜ਼ਰ ਆ ਰਹੇ ਆ, ਪਰ ਇੰਨਾ ਜ਼ਰੂਰ ਹੈ ਸਮਝੌਤੇ ਕਰਨ ਨੂੰ ਬੰਦੇ ਇਹ ਵੀ ਪਿੱਛੋਂ ਕਹਿੰਦੇ ਹੈਗੇ ਅਸੀਂ ਵੀ ਤਿਆਰ ਆ। ਜੀ ਸਮਝੌਤੇ, ਸਹੀ ਗੱਲ ਆ, ਥੋੜੀ ਜੁਗਾੜ ਜਗੂੜ ਤਾਂ ਲਾਉਣ ਦੇ ਵਾਸਤੇ ਮਾਹਰ ਆ, ਤੇ ਪੰਜ ਸੂਬਿਆਂ ਦੇ ਨਾਲ ਬਹੁਤ ਜਿਹੜੇ ਵਾਅਦੇ ਪਹਿਲਾਂ ਕੀਤੇ ਸੀਗੇ ਜੀ, ਉਹ ਹੁਣ ਪੂਰੇ ਹੋਣਗੇ ਕਿ ਜਾਂ ਫਿਰ ਐ ਹੋਜੂ? ਬਹੁਤੀ ਉਮੀਦ ਜੇਕਰ ਕੀਤੀ ਜਾਵੇ ਤਾਂ ਇਹ ਵੀ ਗਲਤ ਆ ਜੀ, ਜੇਕਰ ਥੋੜੀ ਬਹੁਤੀ ਉਮੀਦ ਕਹਾਂ ਤੇ ਏਡਾ ਵੀ ਨੀ ਗੱਲ ਬਣਦੀ, ਕਿਉਂਕਿ ਵਾਅਦੇ ਕੀਤੇ ਆ ਵਿੱਚੋਂ ਬੰਦੇ ਪਗਾਉਣਗੇ। ਜੇਕਰ ਇੱਥੇ 480 ਦੇ ਤਕਰੀਬਨ ਵਾਅਦੇ ਕਰਕੇ ਵਿੱਚੋਂ ਬੰਦਾ ਕਹੇ 85% ਅਸੀਂ ਕੀਤੇ ਆ ਪੂਰੇ, ਤੇ ਮਤਲਬ ਕੁਛ ਨਾ ਕੁਛ ਤਾਂ ਕੀਤਾ ਹੋਵੇਗਾ ਹੀ, ਤਾਂ ਹੀ ਹੈ। ਹੁਣ ਦੇਖੋ ਆਪਾਂ ਇੱਕ ਪਾਰਟੀ ਨੇ, ਆਪਾਂ ਸਾਰੀਆਂ ਪਾਰਟੀਆਂ ਦੀਆਂ ਗੱਲਾਂ ਕਰਦੇ ਹਾਂ, ਬੰਗਾਲ ਦੇ ਵਿੱਚ ਚੋਣਾਂ ਹੈ, ਮੁੱਖ ਅਧਾਰੇ ਨੂੰ ਰੱਖਦੇ ਆਪਾਂ। ਹੁਣ ਬੰਗਾਲ ਦੇ ਵਿੱਚ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨਾ, ਦੋ ਨੇ ਤਾਂ ਕਰ ਦਿੱਤਾ, ਬਾਕੀਆਂ ਨੂੰ ਜਲਦੀ ਤਿਆਰੀ ਹੈ ਕਿ ਉਹਨਾਂ ਨੇ ਵੀ ਕਰ ਦੇਣਾ। ਆਮ ਆਦਮੀ ਪਾਰਟੀ ਆ, ਸ਼ੁਰੂ ਤੋਂ ਹੀ ਕਰਜ਼ੇ ਦੀ ਗੱਲ ਕਰਦੀ ਹੈ, ਕਰਜ਼ਾ ਮਾਫ਼ੀ ਦੀ, ਪਰ ਅਜੇ ਤੱਕ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਇਹਨੂੰ ਲੈ ਕੇ ਅਜੇ ਤੱਕ ਵੀ ਅੰਕੜੇ ਦਿੱਤੇ ਗਏ, ਤੇ ਵਿਰੋਧੀਆਂ ਨੇ ਹੁਣ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਆ। ਦੂਸਰੇ ਪਾਸੇ ਜਦੋਂ ਸਿਆਸੀ ਵਾਅਦੇ ਕਰਦੇ ਆ ਨਾ ਆਪਾਂ, ਪਾਰਟੀਆਂ ਕਰਦੀਆਂ, ਉਹਨੂੰ ਬਾਅਦ ਵਿਚ ਟੰਗ ਜਾਂਦੇ ਸ਼ਿਕੇ ਤੇ ਕਿ ਸਿਆਸਤ ਹੋ ਜਾਂਦੀ ਹੈ ਸ਼ੁਰੂ, ਕਿਉਂਕਿ ਵੋਟਰਾਂ ਨੂੰ ਭਰਮਾਉਣ ਦੇ ਲਈ ਸਿਰਫ ਵਾਅਦੇ ਕਰਨੇ ਹੁੰਦੇ ਆ, ਤੇ ਵਾਅਦੇ ਸਾਡੀਆਂ ਪਾਰਟੀਆਂ ਨੇ ਵੱਡੇ ਵੱਡੇ ਕੀਤੇ ਆ। ਮੈਂ ਸਿਰਫ ਤੋਂ ਪਹਿਲਾਂ ਗੱਲ ਕਰਦਾ ਭਾਜਪਾ ਦੀ, ਭਾਜਪਾ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ, ਚੋਣ ਮੈਨੀਫੈਸਟੋ ਦੇ ਵਿਚ 1 ਰੁਪਏ ਪ੍ਰਤੀ ਕਿਲੋ ਚੌਲ ਦੇਣ ਦੀ ਗੱਲ ਕਹੀ ਹੈ, 1 ਰੁਪਏ ਪ੍ਰਤੀ ਕਿਲੋ ਕਣਕ ਦੇਣ ਦੀ ਗੱਲ ਕਹੀ ਹੈ, ਅੰਨਾਪੂਰਨ ਕੰਟੀਨ ਚ 5 ਰੁਪਏ ਦਾ ਭੋਜਨ ਕਹਿੰਦੇ ਦੇਵਾਂਗੇ, ਉਸ ਤੋਂ ਬਾਅਦ ਮਹਿਲਾਵਾਂ ਨੂੰ 33% ਰਿਜ਼ਰਵੇਸ਼ਨ ਨੌਕਰੀਆਂ ਵਿਚ ਦੇਵਾਂਗੇ, ਸਰਕਾਰੀ ਭੂਮੀਹੀਨ ਕਿਸਾਨ ਆ ਜਿਨ੍ਹਾਂ ਕੋਲ ਕੁਛ ਵੀ ਖੇਤੀਬਾੜੀ ਹੈ ਨੀ ਗੀ ਕਰਨ ਲਈ, ਉਹਨਾਂ ਨੂੰ 4000 ਰੁਪਏ ਪ੍ਰਤੀ ਸਾਲ ਦਿੱਤਾ ਜਾਵੇਗਾ, 73 ਲੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਅਧੀਨ 18000 ਰੁਪਏ ਕਹਿੰਦੇ ਦੇਵਾਂਗੇ ਆਪਾਂ, ਵੈਸੇ KG ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਲੜਕੀਆਂ ਨੂੰ ਮੁਫ਼ਤ ਸਿੱਖਿਆ ਦੇਣ ਦੀ ਗੱਲ ਵੀ ਕਹੀ ਗਈ ਹੈ, ਕਿੰਨੇ ਵਾਅਦੇ ਪੂਰੇ ਹੁੰਦੇ ਆ ਇਹ ਵੀ ਹੁਣ ਆਪਾਂ ਦੇਖਾਂਗੇ। ਦੂਸਰੇ ਪਾਸੇ ਅੱਜ ਮਮਤਾ ਦੀਦੀ ਨੂੰ ਪਿੱਛੇ ਨੀ ਛੱਡ ਸਕਦੇ, ਪ੍ਰਧਾਨ ਮੰਤਰੀ ਮੋਦੀ ਹੁਣਾਂ ਦੀ ਪਾਰਟੀ ਵਿਚ ਉਹਨਾਂ ਨੂੰ ਭੂਆ ਕਹਿੰਦੀ ਹੈ, ਕਿਉਂਕਿ ਭਤੀਜੇ ਨਾਲ ਹੀ ਕਹਿੰਦੇ ਸਾਰਾ ਕੁਛ ਮਿਲ ਕੇ ਸਰਕਾਰ ਚਲਾਈ ਜਾਂਦੀ ਹੈ, ਕਈ ਤਰ੍ਹਾਂ ਦੇ ਦੋਸ਼ ਵੀ ਲੱਗੇ ਆ। ਹੁਣ ਇੱਕ ਹੋਰ ਹੀ ਨਵੀਂ ਗੱਲ ਨਿਕਲ ਗਈ ਹੈ, ਉਹ ਕਹਿੰਦੇ ਤੂਫਾਨ ਜਦੋਂ ਆਇਆ ਸੀਗਾ ਉਦੋਂ 10000 ਕਰੋੜ ਰੁਪਇਆ ਭੇਜਿਆ ਤੇ ਪਤਾ ਹੀ ਨੀ ਲੱਗਾ ਕਿੱਥੇ ਗਿਆ, ਇਹਨਾਂ ਨੇ ਖਾ ਹੀ ਲਿਆ ਸਾਰਾ ਕੁਛ, ਉਸ ਤੋਂ ਪਹਿਲਾਂ ਤਰਪਾਲਾਂ ਦਾ ਮਾਮਲਾ ਉੱਠਿਆ, ਸਮੇਂ ਸਮੇਂ ਤੇ ਇਸ ਦੀ ਜਾਂਚ ਕਿਉਂ ਨੀ ਹੋਈ? ਹੁਣ ਚੋਣਾਂ ਆ ਤੇ ਤਾਂ ਹੀ ਗੱਲਾਂ ਕਿਉਂ ਜਾ ਰਹੀਆਂ? ਜੇਕਰ ਸੱਚਮੁੱਚ ਹੀ ਪੈਸੇ ਖਾਧੇ ਆ ਤੇ ਉਹਦੇ ਸਬੂਤ ਲਿਆ ਕੇ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ ਆ ਤੇ ਕਾਰਵਾਈ ਹੋਣੀ ਚਾਹੀਦੀ ਆ। ਜੇਕਰ ਇਹ ਚੋਣ ਪ੍ਰਚਾਰ ਦੀ ਇੱਕ ਜੁਮਲਾ ਹੀ ਛੱਡਿਆ ਜਾ ਰਿਹਾ ਤੇ ਲੋਕ ਫਿਰ ਸਮਝਦਾਰ ਆ, ਉਹਨਾਂ ਨੇ ਸਮਝ ਜਾਣਾ। ਹੁਣ ਤ੍ਰਿਮੂਲ ਦੇ ਕਾਂਗਰਸ ਨੇ ਵੀ ਕਈ ਤਰ੍ਹਾਂ ਦੇ ਵਾਅਦੇ ਕੀਤੇ ਆ, ਉੱਥੇ ਇਹ ਵੀ ਕਿਹਾ ਗਿਆ ਕਿ 5 ਲੱਖ ਰੋਜ਼ਗਾਰ ਨੌਜਵਾਨਾਂ ਨੂੰ ਦੇਵਾਂਗੇ, ਘਰ ਘਰ ਵਿਚ ਮੁਫ਼ਤ ਰਾਸ਼ਨ ਪਹੁੰਚਾਵਾਂਗੇ, ਆਰਥਿਕ ਪੱਖ ਤੋਂ ਕਮਜ਼ੋਰ ਲੋਕਾਂ ਨੂੰ ਪ੍ਰਤੀ ਵਿਅਕਤੀ 500 ਰੁਪਏ ਦੇਵਾਂਗੇ ਤੇ ਵਿਧਵਾ ਪੈਨਸ਼ਨ ਜਿਹੜੀ 1000 ਰੁਪਏ ਤੱਕ ਕਰ ਦੇਵਾਂਗੇ, 10 ਲੱਖ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਜ਼ਮਾਨਤ ਦੇ ਕਿਸਾਨ ਕਾਰਡ ਦੇ ਨਾਲ ਯੋਜਨਾ ਦੇਣ ਦਾ ਵਾਅਦਾ ਕੀਤਾ ਗਿਆ, ਕ੍ਰੈਡਿਟ ਕਰਾਂਗੇ ਉਹਨੂੰ ਕਹਿੰਦੇ।
ਇਹ ਨਹੀਂ ਪਤਾ ਕਿ ਇਹਨਾਂ ਨੇ ਕਰਨਾ ਜਾਂ ਨਹੀਂ ਕਰਨਾ, ਪਰ ਇੰਨਾ ਜ਼ਰੂਰ ਹੈ ਕਿ ਚੋਣ ਮੈਨੀਫੈਸਟੋ ਵਿਚ ਵੱਡੇ ਵੱਡੇ ਵਾਅਦੇ ਕੀਤੇ ਆ। ਤਾਮਿਲਨਾਡੂ ਦੀ ਗੱਲ ਕਰ ਲੈਂਦੇ ਹਾਂ, ਡੀਐਮਕੇ ਪਾਰਟੀ ਆ, ਉਥੇ ਤਾਂ ਦੇਖੋ ਹੈਰਾਨੀ ਦੀ ਗੱਲ ਆ, ਲੋਕਾਂ ਨੂੰ ਕਹਿੰਦੇ ਅਸੀਂ ਫਰਿੱਜ ਵੀ ਤੁਹਾਡੇ ਘਰਾਂ ਤੱਕ ਪਹੁੰਚਾਵਾਂਗੇ, ਟੀਵੀ ਤੱਕ ਦੀ ਵੀ ਗੱਲ ਕਹਿ ਦਿੱਤੀ ਆ। ਅਜੇ ਇਹ ਉੜਦੀਆਂ ਗੱਲਾਂ ਆ, ਪਰ ਮੈਨੂੰ ਲੱਗਦਾ ਕਿ ਇਹ ਇਹਨਾਂ ਨੇ ਮੈਨੀਫੈਸਟੋ ਦੇ ਵਿਚ ਕਿਤੇ ਲਿਖ ਨਾ ਦੇਣ, ਪਰ ਉੜਦੀਆਂ ਗੱਲਾਂ ਚ ਇਹ ਗੱਲਾਂ ਹੁਣ ਜਿਹੜੀਆਂ ਕਿ ਟੀਵੀ ਫਰਿੱਜ ਮਾਈਕ੍ਰੋਵੇਵ ਦੇਣ ਦੇ ਵਾਅਦੇ ਹੋ ਰਹੇ ਆ, ਇਹ ਸਾਫ਼ ਤੌਰ ਤੇ ਦੇਖੋ ਪਤਾ ਲੱਗਦਾ ਕਿ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਨਾਗਰਿਕ, ਆਮ ਬੰਦਾ ਜਿਹੜੇ ਬਹੁਤ ਗਰੀਬੀ ਦਾਅਵੇ ਵਾਲੇ ਹੁੰਦੇ, ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਆ, ਇਹਨਾਂ ਨੇ ਇਹ ਚੀਜ਼ਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦੀਆਂ। ਹੁਣ ਉਹਨਾਂ ਨੇ ਤਾਂ ਕਹਿਣਾ ਚਲੋ ਠੀਕ ਹੈ ਇੱਕ ਵਾਰ ਪਾ ਕੇ ਦੇਖ ਲੈਂਦੇ ਆ। ਇੱਥੇ ਤਾਂ ਪੰਜਾਬ ਦੇ ਲੋਕਾਂ ਦੇ ਘਰ ਵਿਚ ਜਦੋਂ ਪਹਿਲੀ ਵਾਰ ਬਿਜਲੀ ਆਈ ਹੈ ਨਾ, ਹੁਣ 2021 ਚੱਲਦੇ ਦੇ ਦੌਰਾਨ ਜੰਮੂ ਕਸ਼ਮੀਰ ਵਿਚ, ਤਾਂ ਉਹਨਾਂ ਦੇ ਦੇਖਣ ਵਾਲੇ ਸੀ ਕਿਸ ਤਰ੍ਹਾਂ ਦੇ ਦਿਨ ਉਹਨਾਂ ਨੇ ਦੇਖਿਆ, ਕਿਉਂਕਿ ਪਹਿਲਾਂ ਕਦੀ ਬਿਜਲੀ ਉਹਨਾਂ ਨੇ ਦੇਖੀ ਨੀ। ਹੁਣ ਇਹ ਲੋਕਾਂ ਨੂੰ ਵੀ ਜੇਕਰ ਆਪਾਂ ਇਹਨਾਂ ਹੁਣ ਪਾਰਟੀਆਂ ਵੱਲੋਂ ਵਾਅਦੇ ਕੀਤੇ ਜਾ ਰਹੇ ਆ ਟੀਵੀ ਫਰਿੱਜ ਕੂਲਰਾਂ ਦੇ ਮਾਈਕ੍ਰੋਵੇਵ ਦੇਣ ਦੇ, ਤਾਂ ਉਹਨਾਂ ਲਈ ਨਵੀਂ ਚੀਜ਼ ਹੈ, ਚਲੋ ਅੱਗੇ ਵੱਧਦੇ ਆਪਾਂ। ਹੁਣ ਡੀਐਮਕੇ ਪਾਰਟੀ ਵੀ ਤਾਮਿਲਨਾਡੂ ਤੋਂ ਵੱਖ ਵੱਖ ਵਾਅਦੇ ਕਰਦੀ ਪਈ ਹੈ, ਕਦੀ ਕਹਿੰਦੇ ਕਿ ਅਸੀਂ ਸਿਲੰਡਰ ਮੁਫ਼ਤ ਦੇ ਦਾਂਗੇ, 6-6 ਸਿਲੰਡਰ ਮੁਫ਼ਤ ਦੇਣ ਦੇ ਵਾਅਦੇ ਕੀਤੇ ਆ। ਭਾਈ ਗੈਸ ਦੇ ਉਹਨਾਂ ਵਿੱਚ ਜਿਹੜੀ 800 ਰੁਪਏ ਦੀ ਦਿੱਤੀ ਆ, ਸਿਲੰਡਰ ਤਾਂ ਤੁਸੀਂ ਦੇਤੇ ਆ, ਉਹ ਹੁਣ ਸਬਸਿਡੀ ਵੀ ਦੇਖੋ ਕੱਟ ਕੱਟ ਕੇ ਕਿੱਥੇ ਰਹਿ ਗਈ ਆ, ਕਿੱਥੇ 12 ਰੁਪਏ ਆਈ ਪਰਸੋਂ ਮੈਨੂੰ ਮਹਾ ਮਤਲਬ ਚਾਹ ਹੀ ਮੈਨੂੰ ਬੜਾ ਚੜਿਆ ਪਿਆ, ਇੱਕਦਮ ਮੈਸੇਜ ਆਇਆ, ਬਾਅਦ ਚ ਪਤਾ ਲੱਗਿਆ ਸਬਸਿਡੀ ਹੈ। ਹੁਣ ਦੇਖੋ ਕਦੀ 171 ਕਦੀ 168 ਹੁੰਦੇ ਕਿੱਥੇ ਹੁਣ 24 ਰੁਪਏ ਤੱਕ ਆ ਗਈ ਆ, ਤੁਸੀਂ ਕਿਹਾ ਹੋਰ ਅੰਕੜਾ ਘੱਟ ਗਿਆ। ਹੁਣ ਇਹ ਚਾਹੀਦੀ ਤੂੰ ਉਹਨਾਂ ਨੂੰ ਗੈਸ ਆ ਨਾ ਵਿੱਚ, ਕਾਂਗਰਸ ਪਾਰਟੀ ਆ ਲਾ ਜੋ। ਹੁਣ ਆਪਾਂ 2-3 ਪਾਰਟੀਆਂ ਦੀ ਗੱਲ ਕਰੀ, ਕਾਂਗਰਸ ਵੀ ਕਾਹਤੋਂ ਪਿੱਛੇ ਛੱਡਣੀ, ਭਾਵੇਂ ਥੋੜੀ ਜਿਹੀ ਹੁਣ ਗੇੜੀ ਡੁੱਬਦੀ ਪਈ ਆ, ਪਰ ਅਜੇ ਤੱਕ ਤੈਰਨ ਦੀ ਕੋਸ਼ਿਸ਼ ਕਰਦੇ, ਚੱਪੂ ਹੈਗੇ ਆ ਕੋਲ ਅੱਗੇ ਤੱਕ ਚਲਾਉਣ ਲਈ। ਹੁਣ ਭਾਵੇਂ ਪਾਰਟੀ ਦੇ ਸਾਹ ਸੁੱਕਦੇ ਆ ਵੱਖ ਵੱਖ ਸੂਬਿਆਂ ਵਿਚ, ਪਰ ਪਿੱਛੇ ਨੀ ਚੋਣ ਪ੍ਰਚਾਰ ਕਰਨੇ ਚ, ਵਾਅਦੇ ਕਰਨ ਦੇ ਵਿਚ। ਹੁਣ ਇਹਨਾਂ ਨੇ ਵੀ ਇਹ ਕਹਿਤਾ ਕਿ 5 ਲੱਖ ਸਰਕਾਰੀ ਨੌਕਰੀਆਂ ਦੇਵਾਂਗੇ, ਘਰੇਲੂ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਦੇਵਾਂਗੇ। ਉਸ ਤੋਂ ਬਾਅਦ ਜਿਹੜੀ ਚਾਹ ਪੱਤੀਆਂ ਤੋੜਦੀਆਂ ਨਾ, ਉਹਨਾਂ ਮਹਿਲਾਵਾਂ ਦੀ ਜਿਹੜੀ ਡੇਲੀ ਆਮਦਨ ਆ 200 ਕੁਛ ਰੁਪਏ ਤੋਂ ਵਧਾ ਕੇ ਹੁਣ 365 ਰੁਪਏ ਕਰ ਦੇਣੀ ਆ, ਕਹਿੰਦੇ ਚਲੋ ਕਰਨੀ ਚਾਹੀਦੀ ਹੈ, ਕਿਉਂਕਿ ਕੰਮ ਦੇ ਵਿਚ ਬੜੀ ਮਿਹਨਤ ਲੱਗਦੀ ਹੈ, ਸਾਰਾ ਦਿਨ ਇਸ ਤਰ੍ਹਾਂ ਦਾ ਕੰਮ ਕਰਨਾ ਝੋਕੇ ਥੋੜਾ ਜਿਹਾ ਬੜਾ ਔਖਾ ਹੁੰਦਾ, ਇਹ ਮੈਂ ਨਿੱਜੀ ਤੌਰ ਤੇ ਦੇਖਿਆ ਆਪਣੇ ਮਿੱਟੀ ਤੋਂ। ਕੇਰਲ ਵਿਚ ਵੀ ਇਸੇ ਤਰ੍ਹਾਂ ਵਾਅਦੇ ਹੁੰਦੇ ਆ। ਹੁਣ ਗੱਲ ਇਹ ਹੈ ਕਿ ਵੱਖ ਵੱਖ ਇੰਨਾ ਨੀ ਕਿ ਇਹਨਾਂ ਨੇ ਇਸ ਵਾਰ ਵਾਅਦੇ ਕੀਤੇ ਆ, ਇਹ ਜਿਹੜਾ 1 ਰੁਪਏ ਚੌਲ ਦੇਣ ਦਾ ਵਾਅਦਾ, 1 ਰੁਪਏ ਕਣਕ ਦੇਣ ਦਾ ਵਾਅਦਾ, ਇਹ 1967 ਵਿਚ ਤਾਮਿਲਨਾਡੂ ਦੇ ਵਿਚ ਹੀ ਡੀਐਮਕੇ ਪਾਰਟੀ ਨੇ ਸਭ ਤੋਂ ਪਹਿਲਾਂ ਕੀਤਾ ਸੀ। 1967 ਵਿਚ ਵੀ 1 ਰੁਪਿਆ ਸੀ, 2021 ਵਿਚ ਵੀ 1 ਰੁਪਿਆ। ਕੀ ਲੋਕਾਂ ਨੂੰ ਸਮਝ ਨੀ ਕਿ ਲੋਕ ਹੁਣ 1 ਰੁਪਏ ਦੇ ਉੱਪਰ ਹੀ ਲੈਣਾ ਚਾਹੁੰਦੇ? ਤੁਸੀਂ ਰੁਜ਼ਗਾਰ ਦੇ ਮੌਕੇ ਪੈਦਾ ਕਰੋ, ਤੁਸੀਂ ਇਨਕਮ ਇੰਨੀ ਕੁ ਕਰੋ ਕਿ ਲੋਕਾਂ ਦੀ ਆਮਦਨ ਵਧੇ, ਉਹ ਆਪ ਖਰੀਦਣ ਦਿਓਗੇ। ਹੁਣ ਇਸ ਚੀਜ਼ ਦੇ ਉੱਪਰ ਜ਼ੋਰ ਨਹੀਂ ਦਿੱਤਾ ਜਾ ਰਿਹਾ ਵੱਖ ਵੱਖ ਪਾਰਟੀਆਂ ਵੱਲੋਂ, ਸਿਰਫ ਲੋਕਾਂ ਨੂੰ ਭਰਮਾਉਣ ਦੇ ਲਈ ਚੋਣਾਂ ਦੇ ਦੌਰਾਨ ਇਹ ਵਾਅਦੇ ਕੀਤੇ ਜਾ ਰਹੇ ਆ, ਵੱਖ ਵੱਖ ਦਾਅਵੇ ਕੀਤੇ ਜਾ ਰਹੇ ਆ। ਨਹੀਂ ਤਾਂ 1993 ਦੇ ਵਿਚ ਫਿਰ ਤੇਲਗੂ ਮੁਖੀ ਸੀਗੇ ਐਨ ਟੀ ਰਾਮਾ ਰਾਓ, ਉਹਨਾਂ ਨੇ ਵੀ 2 ਰੁਪਏ ਕਿਲੋ ਦੇ ਹਿਸਾਬ ਨਾਲ ਚੌਲ ਦੇਣ ਦੀ ਗੱਲ ਕਹਿ ਦਿੱਤੀ ਸੀ। ਇੰਦਰਾ ਗਾਂਧੀ ਨੇ ਵੀ 1977 ਵਿਚ ਗਰੀਬੀ ਹਟਾਓ ਦਾ ਨਾਰਾ ਦਿੱਤਾ ਸੀ, ਉਦੋਂ ਵੀ ਤਾਂ ਬਹੁਤ ਸਾਰੀਆਂ ਵੋਟਾਂ ਆਪਣੇ ਵੱਲ ਖਿੱਚੀਆਂ, ਸਰਕਾਰ ਬਣਾਈ ਸੀ। ਸੋ ਇਸ ਸਮੇਂ ਦੀਆਂ ਸਰਕਾਰਾਂ, ਸਮੇਂ ਦੇ ਲੋਕ, ਸਮੇਂ ਦੇ ਆਗੂ ਚੋਣਾਂ ਦੇ ਦੌਰਾਨ ਵਾਅਦੇ ਕਰਦੇ ਆ, ਕਈ ਵਿਚੋਂ ਪਗਾ ਦਿੰਦੇ ਆ, ਕਈ ਵਿਚੋਂ ਲਾਰੇ ਹੁੰਦੇ ਆ, ਲਾਰੇ ਦੇਖੋ ਕਦੋਂ ਦੇ ਗਿਣਾ ਦਿੱਤੇ ਆ, ਅੱਜ ਤੋਂ 40 ਸਾਲ ਪਹਿਲਾਂ ਦੀ ਵੀ ਗੱਲ ਕਰਕੇ ਦੇਖ ਲਈ ਹੈ, ਉਦੋਂ ਵੀ 1 ਰੁਪਏ ਕਿਲੋ ਚੌਲ ਆ ਤੇ ਅੱਜ ਵੀ 1 ਰੁਪਏ ਕਿਲੋ ਚੌਲ ਆ, ਵਾਅਦੇ ਤਾਂ ਵਾਅਦੇ ਹੀ ਆ, ਕੀ ਪਤਾ ਪੂਰੇ ਹੋਣੇ ਕਿ ਨਹੀਂ ਹੋਣੇ। ਵਾਅਦੇ ਕਰੀ ਜਾਂਦੀਆਂ ਨਿਭਾਉਣੇ ਔਖੇ ਹੋਣਗੇ, ਇਹੋ ਜਿਹਾ ਗੀਤ ਵੀ ਨੀ ਬੇਚਾਰੇ ਸੁਣ ਸਕਦੇ ਹਨਾ, ਉੱਥੋਂ ਤਾਂ ਪੰਜਾਬੀ ਦੀ ਸਮਝ ਨੀ ਨਾ ਆਉਂਦੀ ਹੋਣੀ, ਹਿੰਦੀ ਦਾ ਆਪਾਂ ਨੂੰ ਨਹੀਂ ਆਉਂਦਾ, ਨਹੀਂ ਤਾਂ ਅਗਲਿਆਂ ਦਾ ਦਿਲ ਜਰ ਖਾ ਦਈਏ। ਤੇ ਕੋਰੋਨਾ ਦੀ ਇਨਫੈਕਸ਼ਨ ਵਾਹਵਾ ਫੈਲ ਰਹੀ ਹੈ, ਜਿਹੜਾ ਸਟ੍ਰੇਨ ਯੂਕੇ ਚ ਮਿਲਦਾ ਸੀ ਉਹ ਪੰਜਾਬ ਦੇ ਵਿਚ ਵੀ ਆਇਆ, ਤੇ ਹੁਣ ਜੇ ਆਪਾਂ ਦੂਜੇ ਸੂਬਿਆਂ ਦੀ ਗੱਲ ਕਰੀਏ ਉੱਥੇ ਵੀ ਕਈ ਹੋਰ ਤਰ੍ਹਾਂ ਦੀ ਸਟ੍ਰੇਨ ਆ ਰਹੀ ਹੈ ਵਿਚ। ਦੇਖੋ ਅੱਜ ਇਹ ਖ਼ਬਰ ਨੇ ਸਾਰਿਆਂ ਨੂੰ ਪਰੇਸ਼ਾਨ ਵੀ ਕਰਨ ਤੇ ਗੰਭੀਰ ਹੋਣ ਦੀ ਵੀ ਜ਼ਰੂਰਤ ਹੈ, ਕਿਉਂਕਿ ਵੈਸੇ ਤਾਂ ਇਹ ਥੋੜੇ ਕੁ ਲੋਕਾਂ ਦਾ ਅਜੇ ਤੱਕ ਅੰਕੜਾ ਇਕੱਠਾ ਕੀਤਾ ਗਿਆ 400 ਦੇ ਲਗਭਗ, ਤੇ ਉਹਨਾਂ ਵਿਚੋਂ 81% ਨਮੂਨੇ ਜਿਹੜੇ ਆ ਯੂਕੇ ਦੇ ਵਾਇਰਸ ਵਾਲੇ ਪਾਏ ਗਏ ਜੀ। ਹੁਣ ਆਉਣ ਵਾਲੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਇਨਫੈਕਸ਼ਨ ਦੇ ਮਾਮਲੇ ਜੇਕਰ ਫੈਲਦੇ ਆ ਤੇ ਉਹਨਾਂ ਵਿਚ ਲੱਛਣ ਦਿਖਾਈ ਨਹੀਂ ਦਿੰਦੇ, ਹੁਣੇ ਲੋਕ ਕੋਰੋਨਾ ਪੋਜ਼ਿਟਿਵ ਆ ਰਹੇ ਜਦੋਂ ਉਹਨਾਂ ਦੇ ਟੈਸਟ ਹੁੰਦੇ ਆ, ਇਹ ਗੱਲ ਹੈਰਾਨ ਕਰਨ ਵਾਲੀ ਹੈ, ਪਰੇਸ਼ਾਨ ਕਰਨ ਵਾਲੀ ਹੈ, ਕਿਉਂਕਿ ਮਾਮਲੇ ਜਿੱਦਾਂ ਜਿੱਦਾਂ ਦਿਨੋ ਦਿਨ ਵਧਣੇ ਆ। ਹੁਣ ਸਰਕਾਰ ਨੇ ਕੇਂਦਰ ਨੂੰ ਕਹਿ ਦਿੱਤਾ, ਪੰਜਾਬ ਸਰਕਾਰ ਨੇ ਵੀ, ਕਿ ਟੈਸਟਿੰਗ ਦੀ ਦਰ ਵਧਾਈ ਜਾਵੇ। ਕਾਰਨ ਕੀ ਹੈ? ਕੋਰੋਨਾ ਵਾਇਰਸ ਦੇ ਕੇਸ ਹੋ ਸਕਦਾ ਵੱਧ ਜਾਣ ਜੀ। ਪਰ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੇ ਨਵੇਂ ਕੇਸ ਇਹ ਸਾਹਮਣੇ ਆ ਰਹੇ ਆ, ਮੈਂ ਵੀ ਇਹਨਾਂ ਵਿਚ ਬਹੁਤੇ ਲੱਛਣ ਦਿਖਾਈ ਨਹੀਂ ਦਿੰਦੇ, ਜਿਸ ਤਰ੍ਹਾਂ ਮੈਂ ਦੱਸਿਆ ਇਹ ਲੱਛਣ ਦਿਖਾਈ ਨਹੀਂ ਦਿੰਦੇ, ਪਰ ਫਿਰ ਵੀ ਉਹਨਾਂ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆ, 10-15 ਦਿਨ ਬਾਅਦ ਚਲੋ ਠੀਕ ਹੁੰਦੇ ਆ, ਚੰਗੀ ਗੱਲ ਹੈ। ਪਰ ਨਵਾਂ
कोरोना वायरस का वेरियंट उन्होंने आना है, इसका मतलब है कि पंजाब लई चिंता की स्थिति पैदा हो गई है। हालांकि दूसरे पासे एक होर गल है कि मुख्यमंत्री कैप्टन अमरिंदर सिंह होना ने केंद्र सरकार नूं भी यह कहता है कि पंजाब दे विच टेस्टिंग वधाई जाए। टेस्टिंग दे वैसे मुख्यमंत्री होना ने आप भी वधाउणी चाहीदी है ते वधा भी देनी है। दूसरे पासे वैक्सीन जिहड़ी है मैनूं लगदा 45 साल तों घट दे उमर दे जिहड़े व्यक्ति है उन्हां नूं भी लगाउण दीआं चर्चावां शुरू हो गईआं जी। यह मंग कीती जा रही है कि सवाल यह भी चुके जा रहे ने वख-वख लोकां वल्लों भी ते वख-वख पार्टियां दे भी हुण अगुआं ने कहना शुरू करता कि 45 साल तों घट दे उमर दे लोकां नूं अक्सर वैक्सीन दित्ती क्यों नहीं जा रही। हुण इह केंद्र इहदे उपर जवाब एक दो मिंट दे सकदी है। वैसे डॉक्टर हर्षवर्धन हुणां ने यह गल कहता कि 45 साल तों उपर दे सारे व्यक्तियां नूं कोरोना वायरस का वैक्सीन लगेगी। ठीक है, चंगी गल है, पर केस जिहड़े हुण वध रहे हैं इहदे सारा सरकारां नवीं गाइडलाइन की जारी करदी आ इह आपां देखदे हां। पर एक गल होर है, अज मैं कुछ देखे लोग अजिहे देखे जेडे जदों नाका लगा ना सुखनैब जी ते पुलिस उन्हां नूं रोक के उन्हां दा कोरोना टेस्ट करवा रही थी। मैनूं पहला लगा कि जेडे लोगों ने मास्क नहीं पाया उन्हां नूं पुलिस उन्हां दा टेस्ट कर रही है, क्योंकि पिछले दिनों के दौरान यह गल निकल के सामने आई थी जिन्होंने मास्क नहीं पाया उन्हां दा कोरोना टेस्ट होना है ताकि लोगों के बच्चे डर पैदा हो सकता सरकार ने इस तरह कहा हो। पर अज मैं उसे नाके दे कोल खड़ा होके कुछ दूरी से यह चीज देखी जेडे लोगों ने मास्क नहीं पाया सी उन्होंने भी कोरोना टेस्ट हो रहे थे। तो सब तो वड्डी गल है कि उन्होंने बहुत सारे प्रवासी लोग लगे मैनू कि पुलिस प्रवासी लोग जेडे साइकिल से खास करके जाते थे उन्होंने रोकया गया। फिर मेरे दिमाग च एक होर गल आई कि किते इह कोई सरकार वल्लों दिता गया टारगेट जां अंकड़ा जिहड़ा दिता गया वह पूरा करन दीआं तैयारियां तो नहीं कीतीआं जा रहीआं। अपने आप दे विच बड़े सवाल जिहे मन दे विच आए, पर इस चीज नूं लैके जदों मैं जानण दी कोशिश कीती तां पता यह लगा कि सरकार टैस्टिंग वधा रही है, राहगीरां दे भी टैस्ट कीते जा सकते हैं। हुण इस तरह दीआं गल्लां निकल के सामने आ रहीआं, पर इस चीज ने चिंता विच पाता पंजाब नूं कि जिहड़े नवें यूके दा कोरोना वायरस दे नाल मिलदे जुलदे लक्षणां वाला वायरस पंजाब विच फैलणा शुरू हो गया। ये भी गल तुहाडी सही है, दुरुस्त है जी। ते करोना दी गल असी करी आ, लॉकडाउन दे दौरान मजदूरां दे पैसे दे के जिहड़ा उड़ाना दा जरिया उड़ान दे जरिए बुलाया सी, सॉरी मैं पढ़न चाहिए जो फ्लाइट्स दे राही, ते ओ हुण उहनां दी तनखाहां चो कट्टे जा रहे हैं जी पैसे। पहलां तां हुण बेचारे रामू वर्गे मार के बैल्टां बह गए, हुण गड्डी च जहाज च के जरा तां नजारा ही आ गया। ਜਦੋਂ ਕੋਰੋਨਾ ਵਾਇਰਸ ਦੇ ਦੌਰਾਨ ਲਾਕਡਾਊਨ ਲੱਗਾ, ਉਸ ਲਾਕਡਾਊਨ ਦੇ ਦੌਰਾਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਅਜਿਹੇ ਦੇਖੇ ਜਿਨ੍ਹਾਂ ਨੇ ਘਰ ਪਹੁੰਚਣਾ ਘਰ ਜਾਣਾ ਮੁਨਾਸਿਬ ਸਮਝਿਆ। ਉਹਨਾਂ ਨੂੰ ਉਹਨਾਂ ਦੇ ਕੋਲ ਕੋਈ ਰਸਤਾ ਨਹੀਂ ਸੀਗਾ, ਉਹਨਾਂ ਨੇ ਰੇਲਵੇ ਟਰੈਕ ਦੇ ਉੱਪਰ ਹੀ ਤੁਰਨਾ ਸ਼ੁਰੂ ਕਰ ਦਿੱਤਾ। ਉਸ ਦੇ ਦੌਰਾਨ ਅਸੀਂ ਕਈ ਅਜਿਹੀਆਂ ਘਟਨਾਵਾਂ ਦੇਖੀਆਂ ਜਿਹਦੇ ਵਿੱਚ ਦਰਜਨਾ ਮਜ਼ਦੂਰਾਂ ਦੀ ਮੌਤ ਹੋਈ, ਕਿਉਂਕਿ ਉਹ ਰੇਲ ਟਰੈਕ ਦੇ ਉੱਪਰ ਹੀ ਨੀਂਦ ਆਈ ਸੀ, ਗੂੜੀ ਨੀਂਦ ਆਈ ਸੀ, ਸੋਚਿਆ ਕਿ ਨਹੀਂ ਗੱਡੀ ਗੁੱਡੀ ਆਉਣੀ ਕੋਈ ਵੀ, ਪਰ ਉੱਥੇ ਉਹ ਕੱਟਣ ਕਰਕੇ ਮੌਤ ਹੋਈ। ਉਸ ਤੋਂ ਬਾਅਦ ਬਹੁਤ ਸਾਰੇ ਮਜ਼ਦੂਰ ਅਜਿਹੇ ਦੇਖੇ ਜਿਹੜੇ ਸਾਈਕਲਾਂ ਦੇ ਉੱਪਰ ਹੀ ਚਲ ਗਏ, ਤੇ ਫਿਰ ਚਾਰ ਚਾਰ ਪੰਜ ਪੰਜ ਦਿਨਾਂ ਬਾਅਦ ਜਦੋਂ ਬਾਰਡਰ ਤੇ ਪਹੁੰਚੇ ਤੇ ਸਰਕਾਰਾਂ ਨੇ ਅਗਲੇ ਪਾਸੇ ਜਾਣ ਨਹੀਂ ਦਿੱਤਾ, ਕਿਉਂਕਿ ਦੂਜੇ ਸੂਬੇ ਵਿੱਚ ਜਾਣ ਲਈ ਵੀ ਕੁਛ ਕੁ ਉਹਨਾਂ ਨੂੰ ਜ਼ਰੂਰਤਾਂ ਸੀ, ਹਦਾਇਤਾਂ ਜਾਰੀ ਕੀਤੀਆਂ ਸੀ। ਸਾਈਕਲ ਵੀ ਮੈਂ ਬਹੁਤ ਸਾਰੇ ਮਜ਼ਦੂਰਾਂ ਨੂੰ ਅਜਿਹੇ ਮਿਲਿਆ ਜੋ ਦੁਆਬੇ ਖੇਤਰ ਤੋਂ ਗਏ ਆ, ਉਹਨਾਂ ਨੇ ਬਿਹਾਰ ਜਾਣਾ ਸੀ, ਪਰ ਜਦੋਂ ਤੱਕ ਬਾਰਡਰ ਤੇ ਪਹੁੰਚ ਗਿਆ ਤੇ ਉੱਥੇ ਉਹਨਾਂ ਦੇ ਸਾਈਕਲ ਵੀ ਰਖਵਾ ਲਏ ਗਏ। ਅੱਗੇ ਜਿਹੜੀਆਂ ਵਿਸ਼ੇਸ਼ ਬੱਸਾਂ ਚਲਾਈਆਂ ਗਈਆਂ ਉਹਨਾਂ ਤੱਕ ਉਹਨਾਂ ਨੂੰ ਲੈ ਕੇ ਜਾਣ ਦੀ ਗੱਲ ਕਹੀ ਗਈ, ਪਰ ਤਿੰਨ ਤਿੰਨ ਚਾਰ ਚਾਰ ਦਿਨ ਬਾਅਦ ਉਹਨਾਂ ਬੰਦਿਆਂ ਦਾ ਨੰਬਰ ਆਇਆ। ਮਾਰ ਉਹਨਾਂ ਤੇ ਇਸ ਤਰ੍ਹਾਂ ਦੀ ਆਰਥਿਕ ਤੌਰ ਤੇ ਪਈ ਹੈ। ਹੁਣ ਜਿਹੜੀਆਂ ਆਪਾਂ ਕੁਛ ਇਸ ਤਰ੍ਹਾਂ ਦੇ ਮਜ਼ਦੂਰ ਵੀ ਦੇਖੇ ਜਿਹੜੇ ਚੂਨੇ ਦੇ ਟਰੱਕ ਦੇ ਵਿੱਚ ਲੁੱਕ ਕੇ ਜਾਣ ਦੀ ਕੋਸ਼ਿਸ਼ ਕਰਦੇ ਸੀ, ਉਹਨਾਂ ਦੀ ਵੀ ਬੋਰੀਆਂ ਥੱਲੇ ਦੱਬਣ ਕਰਕੇ ਮੌਤ ਹੋਈ। ਅਸੀਂ ਉਹ ਸਾਰੇ ਹਾਲਾਤ ਇੱਕ ਇੱਕ ਕਰਕੇ ਦੇਖੇ ਆ ਲਾਕਡਾਊਨ ਦੇ ਦਿਨਾਂ ਦੇ ਦੌਰਾਨ। ਪਰ ਹੁਣ ਜਿਹੜੀਆਂ ਨਵੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆਈਆਂ ਉਹ ਝਾਰਖੰਡ ਵਾਲੇ ਪਾਸੇ ਜ਼ਿਆਦਾ ਸੁਣਨ ਨੂੰ ਮਿਲ ਰਹੀਆਂ। ਬਹੁਤ ਸਾਰੀਆਂ ਸ਼ਿਕਾਇਤਾਂ ਅਜਿਹੀਆਂ ਮਿਲੀਆਂ ਜਿਹਦੇ ਵਿੱਚ ਕੰਮ ਕਰਨ ਵਾਲੇ ਬੰਦੇ ਇਹ ਦੱਸਦੇ ਆ ਕਿ ਉਹਨਾਂ ਨੂੰ ਪਹਿਲਾਂ ਇਹ ਕਹਿ ਕੇ ਬੁਲਾਇਆ ਗਿਆ ਕੰਪਨੀਆਂ ਵੱਲੋਂ ਕੁਛ ਕੁ ਫਲਾਈਟਾਂ ਚੱਲਦੀਆਂ ਸਪੈਸ਼ਲ ਕਿ ਤੁਸੀਂ ਸਾਡੀ ਕੰਪਨੀ ਡੁੱਬ ਜਾਣੀ ਆ, ਕੰਮ ਖਤਮ ਹੋ ਜਾਣਾ, ਤੁਹਾਨੂੰ ਹਰ ਹਾਲਤ ਵਿੱਚ ਆਉਣਾ ਪੈਣਾ, ਕੰਪਨੀ ਸਾਰਾ ਖਰਚਾ ਚੱਕੇਗੀ। ਪਰ ਹੁਣ ਇਹ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਮਜ਼ਦੂਰਾਂ ਨੂੰ ਤਨਖਾਹ ਦੇ ਵਿੱਚੋਂ ਪੈਸੇ ਕੱਟੇ ਜਾ ਰਹੇ ਨੇ ਕਿਸ਼ਤਾਂ ਦੇ ਰੂਪ ਵਿੱਚ। ਬਹੁਤ ਸਾਰੀਆਂ ਸ਼ਿਕਾਇਤਾਂ ਉੱਤਰਾਖੰਡ ਹੈਲਪਲਾਈਨ ਨੰਬਰ ਦੇ ਉੱਪਰ ਇਸ ਤਰ੍ਹਾਂ ਦੀਆਂ ਦਰਜ ਕਰਵਾਈਆਂ ਗਈਆਂ। ਪੁਲਿਸ ਨੇ ਹੁਣ ਕਾਰਵਾਈ ਵੀ ਕਰਨੀ ਸ਼ੁਰੂ ਕੀਤੀ ਹੈ, ਕਿਉਂਕਿ ਮਾਮਲਾ ਜਿਹੜਾ ਪਹਿਲਾਂ ਇੱਕ ਦੋ ਸ਼ਿਕਾਇਤਾਂ ਹੁੰਦੀਆਂ ਤਾਂ ਕੁਛ ਹੋਰ ਗੱਲ ਸੀ, ਪਰ ਹੁਣ ਇਹਨਾਂ ਦੀਆਂ ਸ਼ਿਕਾਇਤਾਂ ਦਰਜਨਾਂ ਦੀ ਗਿਣਤੀ ਤੋਂ ਹੁੰਦੀਆਂ ਸੈਂਚਰੀਆਂ ਦੀ ਗਿਣਤੀ ਵਿੱਚ ਪਹੁੰਚ ਗਈਆਂ ਤੇ ਐਕਸ਼ਨ ਉਹਨਾਂ ਨੂੰ ਲੈਣਾ ਪੈਣਾ। ਗੱਲ ਇਹ ਹੈ ਕਿ ਤਿੰਨ ਕਿਸ਼ਤਾਂ ਵਿੱਚ ਕਹਿ ਰਹੇ ਆ ਤੁਸੀਂ ਪੈਸੇ ਦੇਣੇ ਆ, 10,000 ਬੰਦੇ ਦੀ ਸੈਲਰੀ ਹੈ ਤੇ 8-9,000 ਰੁਪਏ ਬੰਦੇ ਦਾ ਕੱਟਿਆ ਜਾ ਰਿਹਾ।
तीन किश्तां दा आपां गल कर लीए ते इस तरह उन्हां नूं बचना की है। वह कहिंदे सानूं पहला भी जेकर जान तां पहला दस्या हुंदा। हुण इत्थे दूजी गल देखो एंगल इहदा, हुण दूजा एंगल इह है कि उस समय जिहड़ी कंपनी घाटे जा रही सी जिन्हां नूं डर सी कि साडा कम्म रुक जाणा, कारोबार रुक जाणा ही बुलाए ना जी उदों फिर जी बिल्कुल उन्होंने हर हीला वसीला करके उन्होंने मजदूरों नु बुलाया, अपना काम चलता रखिया। पर हुण जदों मजदूरों की बारी आउंदी है मजदूरों के अकाउंट चो पैसे कटे जा रहे हैं क्योंकि सैलरियां तो अकाउंट विच ही पाउंदे होणी आ, जे हुण गल्लां निकल के सामने आईआं ते पैसे कट होके पै रहे। ये बड़ी वड्डी समस्या इस तरह की आ रही है। वैसे हैरानी की गल यह है कि लॉकडाउन के दौरान ही कल्ले झारखंड के विचों ही 9 लाख मजदूर उत्थे वापस गए सीगे। हुण जेकर इन्ना वड्डा अंकड़ा उत्थे दा ही है ते बॉम्बे आले पासे तां फिर मैनूं लगदा है कि 20-25 लाख तों वध दा अंकड़ा हो सकदा है। वैसे इन्ना कि सी क्योंकि बॉम्बे तों बहुत सारे मजदूर बिहार यूपी तों जांदे आ उत्थे काम करन दे लई। सो वख वख सूबियां दीआं इह आउण वाले दिनां दे दौरान इस तरह दीआं रिपोर्टां जां कंप्लेटां देखण नूं मिल सकदीआं क्योंकि पंजाब दे विच वी इस तरह दे दुआबे खेत्र दे विच वी ते मालवे दे कई लुधियाणे वर्गे शहरां विच वी इस तरह दीआं गल्लां सुणन नूं मिलीआं क्योंकि उत्थे वी कई कंपनियां अजिहीआं सन जिन्हां जिहड़ियां मजदूरां दे सिर ते चलदीआं। वैसे तां कंपनियां सारियां ही मजदूरां दे सिर ते चलदीआं, फिर भी पता नहीं क्यों उन्हां नूं दबाया क्यों जांदा है। पर उन्हां मजदूरां दी सुणन दी बजाय उल्टा हुण उन्हां दे पैसे कट्टे जा रहे हैं, यह गलत है। आने वाले समय दे विच इन्हां शिकायतां दे उपर कार्रवाई जरूर होनी चाहिए भावें ओह किन्नी भी वड्डी कंपनी क्यों ना होवे। गल तां इही है जी कि कार्रवाई होनी चाहिए पर जिन्हां ने करनी है ओह भी फिर कार्रवाई पा जांदे आ, करदे कार्रवाई घट है। शायद यह भी एक बड़ा कारण हुंदा ते कारण होर भी कई हुंदे आ जी। मजदूर बेचारे मजदूर है, वह मजबूर भी होंगे। वैसे मैम जी एक गल हो रहा है कि नौदी वाले केस भी मिलता जुलता जिहा ही हो सकता है क्योंकि वह भी लड़की ने उस थे उपर ना मजदूर के हकों की गल चुकी थी। ਉਹਨੇ ਵੀ ਦੇਖਿਆ ਕਿ ਉੱਥੇ ਬਹੁਤ ਸਾਰੇ ਮਜ਼ਦੂਰਾਂ ਨੂੰ, ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਉੱਥੇ ਦੇ ਕਈ ਮਜ਼ਦੂਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਦੋਂ ਨੌਦੀਪ ਕੌਰ ਨੇ ਉਹ ਪਹਿਲੇ ਦਿਨ ਕਾਫਲਾ ਇੱਕ ਲੈ ਕੇ ਆਈ ਸੀ। ਉਹਨਾਂ ਮਜ਼ਦੂਰਾਂ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਸੀ ਕਿ 5-5, 6-6 ਹਜ਼ਾਰ ਰੁਪਏ ਦਿੰਦੇ ਆ, ਹੱਦ 7 ਹਜ਼ਾਰ ਰੁਪਏ ਦਿੰਦੇ ਆ। ਉਹਨਾਂ ਦੇ ਵਿੱਚੋਂ 12-12, 13-13 ਘੰਟੇ ਸਾਡੇ ਤੋਂ ਕੰਮ ਕਰਵਾਇਆ ਜਾਂਦਾ ਤੇ ਨਾ ਬਾਬੂ ਬਾਬੂ ਕਹਿੰਦੇ ਉੱਥੇ ਲੋਕਾਂ ਨੂੰ ਵੱਡਿਆਂ ਨੂੰ ਜਿਹੜੇ ਮਾਲਕ ਆ ਉਹ ਕਹਿੰਦੇ ਨਾ ਬਾਬੂ ਸਾਨੂੰ ਛੁੱਟੀ ਦਿੰਦਾ ਤੇ ਬਾਬੂ ਸਾਡੇ ਪੈਸੇ ਵੀ ਕੱਟਦਾ, ਉਪਰੋਂ ਗਾਲਾਂ ਵੀ ਕੱਢਦਾ। ਇਹ ਸਾਰੀਆਂ ਚੀਜ਼ਾਂ ਜੁੜਦੀਆਂ ਨਾਲ, ਚਲੋ ਇਹ ਤਾਂ ਲਾਕਡਾਊਨ ਦੀ ਗੱਲ ਹੈ ਪਰ ਮਜ਼ਦੂਰਾਂ ਦੇ ਨਾਲ ਹਰ ਜਗ੍ਹਾ ਦੇ ਉੱਪਰ ਧੱਕਾ ਹੁੰਦਾ। ਲੰਬੇ ਸਮੇਂ ਤੋਂ ਹੁੰਦਾ ਆਇਆ, ਉਹ ਐਵੇਂ ਨੀ ਉਹ ਕਾਰਲ ਮਾਰਕਸ ਉਹਨਾਂ ਨੇ ਚੀਜ਼ਾਂ ਸਾਰੀਆਂ ਲਿਖੀਆਂ, ਐਵੇਂ ਨੀ ਉਹਨਾਂ ਦੁਆਰਾ ਦਿੱਤੇ ਗਏ ਜਿਹੜੇ ਕਾਨੂੰਨ ਆ ਲਾਗੂ ਹੋਏ। 10 ਕੈਪੀਟਲ ਜਿਹੜੀ ਕਿਤਾਬ ਆ ਅੱਜ ਤੱਕ ਇਹੀ ਬਿਆਨ ਕਰਦੀ ਰਹੀ ਹੈ ਕਿ ਮਜ਼ਦੂਰਾਂ ਨਾਲ ਹੋਣ ਵਾਲੀ ਲੁੱਟ ਕਰਕੇ ਹੀ ਪ੍ਰਥਾ ਜਿਹੜੀ ਪੂੰਜੀਪਤੀਆਂ ਦੀ ਸੀ ਉਹਨਾਂ ਨੇ ਇੱਕ ਦੂਜੇ ਨੂੰ ਫਿਰ ਮਜ਼ਦੂਰਾਂ ਜਦੋਂ ਉੱਠੇ ਆ ਤੇ ਫਿਰ ਉਹ ਲਹਿਰ ਹੌਲੀ ਹੌਲੀ ਦੱਬਣਾ ਸ਼ੁਰੂ ਹੋਈ ਸੀ। ਜੀ ਬਿਲਕੁਲ, ਇਹੀ ਤਾਂ ਗੱਲ ਹੈ ਜਿਹੜੀ ਤੁਸੀਂ ਜ਼ਿਕਰ ਕੀਤਾ। ਤੇ ਇੱਕ ਨਾ ਜੀ ਹੁਣ ਚਰਚਾ ਹੈਗੀ ਕਿ ਸਬਸਿਡੀ ਖਾਤਿਆਂ ਚ ਹੀ ਆਇਆ ਕਰੂ ਕਿਸਾਨਾਂ ਦੇ, ਤੇ ਇਹਦਾ ਇੱਕ ਹੋਰ ਵੀ ਪੰਗਾ ਕਿ ਮਸ਼ੀਨਾਂ ਜਿਹੜੀਆਂ ਬਾਹਰ ਲਾ ਦੇਣੀਆਂ ਹੁਣ ਜਿੱਥੋਂ ਅਸੀਂ ਖਾਦ ਲੈਂਦੇ ਹਾਂ ਆੜਤੀਆਂ ਦੀਆਂ ਦੁਕਾਨਾਂ ਦੇ ਜਾਂ ਹੋਰ ਸਟੋਰ ਨੇ, ਉੱਥੇ ਆਧਾਰ ਕਾਰਡ ਚਾਹੀਦਾ ਹੋ ਤੁਹਾਡਾ, ਉਹਨੂੰ ਅਪਡੇਟ ਕਰਨਾ ਪਊਗਾ, ਪੈਨ ਕਾਰਡ ਵਗੈਰਾ ਜਾਂ ਹੋਰ ਜਿਹੜੇ ਜਿਹੜੇ ਡਾਕੂਮੈਂਟ ਹੁੰਦੇ ਉਹ ਲੱਗਣਗੇ। ਪਰ ਹੁਣ ਸਦਾਨੰਦ ਗੌੜਾ ਹੋ ਰਿਹਾ ਜਿਹੜੇ ਕੇਂਦਰੀ ਮੰਤਰੀ ਆ, ਇਹ ਕਹਿੰਦੇ ਜੀ ਖਾਦ ਤੇ ਸਬਸਿਡੀ ਵਾਲਾ ਤਾਂ ਹਜੇ ਕੋਈ ਫੈਸਲਾ ਹੀ ਨਹੀਂ ਹੋਇਆ। ਇੱਕ ਵਾਰੀ ਦੂਜੀ ਚੀਜ਼ ਪਾਤਾ, ਇੱਕ ਪਾਸੇ ਕੋਈ ਹੋਰ ਬਿਆਨ ਆਉਂਦਾ, ਦੂਜੇ ਪਾਸੇ ਪਹਿਲਾਂ ਟੋ ਕੇ ਦੇਖਿਆ ਜਾਂਦਾ ਕਿ ਕਿੰਨਾ ਕਿਹਦਾ ਵਿਰੋਧ ਹੁੰਦਾ। ਫਿਰ ਪਾਰਟੀ ਦੇ ਵਿੱਚੋਂ ਕੋਈ ਬੰਦਾ ਤਿਆਰ ਕੀਤਾ ਹੈ ਉਹ, ਜਾਂ ਫਿਰ ਕੇਂਦਰੀ ਰਾਜ ਮੰਤਰੀ ਹੁੰਦਾ ਜਾਂ ਕੇਂਦਰੀ ਮੰਤਰੀ ਹੁੰਦਾ ਕੋਈ ਨਾ ਕੋਈ, ਉਹਨੂੰ ਕਹਿੰਦੇ ਭਾਈ ਤੂੰ ਔਖਾ ਸੌਖਾ ਬਿਆਨ ਦੇ, ਹੁਣ ਫਸ ਗਏ ਆ, ਫਿਰ ਆਪਾਂ ਸਾਹਮਣੇ ਨਹੀਂ ਆ ਸਕਦੇ। ਤੇ ਉਹ ਇਸ ਤਰ੍ਹਾਂ ਦੇ ਬਿਆਨ ਮੈਨੂੰ ਨਿੱਜੀ ਤੌਰ ਤੇ ਲੱਗਦਾ ਕਿ ਫਿਰ ਦਵਾਏ ਜਾਂਦੇ ਆ ਕਿਉਂਕਿ ਪਹਿਲਾਂ ਵੀ ਬੜੇ ਅਸੀਂ ਅਜਿਹੇ ਬਿਆਨ ਦੇਖੇ ਆ। ਹੁਣ ਆਹ ਗੱਲ ਨਿਕਲ ਕੇ ਨਵੀਂ ਸਾਹਮਣੇ ਆਈ ਹੈ ਕਿ ਰਸਾਇਣਿਕ ਖਾਦਾਂ ਦੇ ਬਾਰੇ ਕੇਂਦਰੀ ਜਿਹੜੇ ਮੰਤਰੀ ਆ ਡੀਵੀ ਸਵਾਨੰਦ ਗੌੜਾ, ਹੁਣ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਪਾਸੇ ਤਾਂ ਇਹ ਗੱਲਾਂ ਕੀਤੀਆਂ ਜਾ ਰਹੀਆਂ, ਸਾਡੇ ਵੱਲੋਂ ਤਿਆਰੀ ਵੀ ਹੈ ਕਿ ਅਸੀਂ ਸਿੱਧੀ ਸਬਸਿਡੀ ਪਾਵਾਂਗੇ, ਪਰ ਇਹਦੇ ਬਾਰੇ ਅਸੀਂ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਕੀਤਾ। ਹੁਣ ਤਿਆਰੀ ਵੀ ਕੀਤੀ ਹੈ ਪਰ ਫੈਸਲਾ ਵੀ ਨਹੀਂ ਕੀਤਾ, ਏਦਾਂ ਕਿਉਂ? ਕਾਰਨ ਇਹ ਹੈ ਕਿ ਕਿਸਾਨਾਂ ਨੂੰ ਕਿਤੇ ਟੋ ਕੇ ਤਾਂ ਨਹੀਂ ਦੇਖਿਆ ਜਾਂਦਾ, ਕਿਸਾਨਾਂ ਨੂੰ ਕਿਉਂ, ਵਪਾਰੀਆਂ ਨੂੰ ਵੀ ਹੋ ਸਕਦਾ, ਨਾਲ ਜਿਹੜੇ ਇਹ ਕੰਮ ਕਰਦੇ ਆ ਦੁਕਾਨਾਂ ਵਾਲੇ ਉਹਨਾਂ ਨੂੰ ਵੀ ਸਮੱਸਿਆਵਾਂ ਦਾ ਵੱਡੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਇਸ ਤਰ੍ਹਾਂ ਲੱਗਦਾ ਕਿ ਸਰਕਾਰ ਦੇ ਕੁਛ ਬੰਦੇ ਇਹ ਜਿਹਨਾਂ ਦੀ ਡਿਊਟੀ ਲਗਾਈ ਹੋਈ ਹੈ ਜਾਂ ਫਿਰ ਜਿਹੜੇ ਇਹਨਾਂ ਦੇ ਜੋ ਮਹਿਕਮੇ ਵਿੱਚ ਆ ਉਹ ਪ੍ਰੈਕਟੀਕਲ ਕਰਕੇ ਦੇਖਦੇ ਆ, ਪ੍ਰੈਕਟੀਕਲ ਜਿਹੜਾ ਉਹਨਾਂ ਦਾ ਸਫਲ ਹੁੰਦਾ ਤੇ ਉਹਨੂੰ ਲਾਗੂ ਕਰ ਦਿੰਦੇ ਆ, ਜਿਹਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਉੱਥੇ ਵੀ ਕਹਿੰਦੇ ਕਿ ਸਾਡੀ ਮੰਸ਼ਾ ਆ ਇਹਨੂੰ ਲਾਗੂ ਕਰਨ ਦੀ, ਪਰ ਅਸੀਂ ਵਿਚਾਰ ਕਰਦੇ ਹਾਂ ਅਜੇ ਤੱਕ ਫੈਸਲਾ ਨਹੀਂ ਲਿਆ। ਫੈਸਲਾ ਅਸੀਂ ਕਮੇਟੀ ਦੇ ਵਿੱਚ ਸਾਰੇ ਬੈਠ ਕੇ ਲਵਾਂਗੇ ਤੇ ਫਿਰ ਦੱਸਾਂਗੇ ਕਿ ਸਰਕਾਰ ਕੀ ਕਰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਇੱਥੇ ਵੀ ਕਿਸਾਨਾਂ ਨੂੰ ਫਿਰ ਦੁਬਾਰਾ ਫਸਾ ਦਿੱਤਾ ਗਿਆ, ਆਪਾਂ ਪਹਿਲਾਂ ਵੀ ਦੇਖਿਆ FCI ਵਾਲਾ ਮਾਮਲਾ ਵੀ ਉੱਠਿਆ,
एफसीआई ਦੇ ਵਿੱਚ ਵੀ ਇਹੀ ਗੱਲ ਕਹੀ ਹੈ ਕਿ ਸਿੱਧੀ ਪੈਸੇ ਅਦਾਇਗੀ ਜਿਹੜੀ ਆ ਆੜ੍ਹਤੀਆਂ ਦੇ ਵਿੱਚ ਜ਼ਰੂਰਤ ਨਹੀਂ ਤੇ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ ਪੈਸੇ। ਹੁਣ ਇਹ ਸਵਾਲ ਉੱਠਣਾ ਨਹੀਂ ਸੀਗਾ ਪਰ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਟ੍ਰੈਸ਼ਨ ਕਾਲ ਦੇ ਦੌਰਾਨ ਵਿਧਾਨ ਉੱਥੇ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਪੁੱਛ ਲਿਆ ਉਹਦੇ ਜਵਾਬ ਦੇ ਵਿੱਚ ਇਹ ਗੱਲ ਕਹਿਣੀ ਪਈ ਹੈ। ਹੁਣ ਚੱਕਰ ਇਹ ਹੈ ਨਾ ਕਿ ਕੇਂਦਰੀ ਮੰਤਰੀ ਜਿਹੜੇ ਸਾਬਕਾ ਰਹੇ ਆ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਵੀ ਕਈ ਚੀਜ਼ਾਂ ਪਤਾ ਹੈ ਕਿਹੜੀਆਂ ਕਿਹੜੀਆਂ ਕਿੱਥੇ ਕਿੱਥੇ ਹੋਈਆਂ ਕਿਉਂਕਿ ਪਹਿਲਾਂ ਨਾਲ ਹੀ ਬੈਠ ਕੇ ਰਹੇ ਆ ਕਿਹੜਾ ਕਿਤੇ ਹੋਰ ਸੀਗੇ। ਇਹ ਵਿੱਚੋਂ ਵਿੱਚੋਂ ਗੱਲਾਂ ਨਿਕਲ ਜਾਂਦੀਆਂ ਹੌਲੀ ਹੌਲੀ ਉਹਨਾਂ ਨੂੰ ਆਪਣੇ ਹੁਣ ਸਵਾਲਾਂ ਦੇ ਰੂਪ ਵਿੱਚ ਲੈਣ ਲੱਗ ਪਏ ਆ। ਪਰ ਇੰਨਾ ਜ਼ਰੂਰ ਹੈ ਕਿ ਸਰਕਾਰਾਂ ਇੱਥੇ ਦੁਚਿੱਤੀ ਵਿੱਚ ਨਜ਼ਰ ਆ ਰਹੀਆਂ। ਫੈਸਲੇ ਪਹਿਲਾਂ ਆਪ ਹੀ ਲੈਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਉਹਨੂੰ ਲਾਗੂ ਕਰਨਾ ਜਾਂ ਨਹੀਂ ਕਰਨਾ ਇੱਥੇ ਆ ਕੇ ਫੇਰ ਫਸ ਜਾਂਦੀਆਂ। ਇਹ ਵੀ ਉਹਨਾਂ ਦੇ ਵਿੱਚੋਂ ਇੱਕ ਲਿਆ ਗਿਆ ਫੈਸਲਾ ਲੱਗ ਰਿਹਾ ਸਰਕਾਰਾਂ ਦਾ। ਜੀ ਫੈਸਲਾ ਸਰਕਾਰਾਂ ਦਾ ਉਹਨਾਂ ਦੇ ਨਾਲ ਹੀ ਮਿਲਦਾ ਜੁਲਦਾ ਹੋਊਗਾ ਜੀ ਕਿਉਂਕਿ ਯਤਨ ਉਹਨਾਂ ਦੇ ਨੇ ਪਰ ਇਹ ਅੜਿੱਕੇ ਬਹੁਤ ਵੱਡੇ ਹੋਣਗੇ। ਹੁਣ ਸਰਕਾਰ ਕਹਿੰਦੀ ਕੀ ਹੈ ਜੇ ਆਪਦੇ ਤਰੀਕੇ ਨਾਲ ਲਾਗੂ ਕਰਦੀ ਹੈ ਫਿਰ ਇਹ ਹੈ ਜੀ ਕਿ ਮੇਰਾ ਵਾਹਨ ਠੇਕੇ ਤੇ ਹੈ ਪਰ ਮੇਰੇ ਖੇਤ ਦੇ ਵਿੱਚ ਜਿਹੜੇ ਵਿਅਕਤੀ ਨੇ ਕਣਕ ਝੋਨਾ ਬੀਜਣਾ ਜਾਂ ਹੋਰ ਫਸਲ ਬੀਜਣੀ ਹੈ ਰੇਹ ਸਪਰੇ ਤਾਂ ਉਹਨੂੰ ਚਾਹੀਦੀ ਹੈ ਤੇ ਜੇ ਸਬਸਿਡੀ ਵਾਲੀ ਖਾਦ ਉਹਨੇ ਲੈਣੀ ਹੈ ਸਾਡੇ ਖੇਤ ਚ ਪਾਉਣ ਦੇ ਵਾਸਤੇ ਡਾਕੂਮੈਂਟ ਮੇਰੇ ਲੱਗਣਗੇ ਕਿਉਂਕਿ ਜ਼ਮੀਨ ਮੇਰੇ ਨਾਂ ਤੇ ਹੈ ਤੇ ਫਿਰ ਇੱਕ ਤਾਂ ਮੇਰੀ ਖੱਜਲ ਖੁਆਰੀ ਵਧੂਗੀ ਦੂਜਾ ਉਸ ਬੰਦੇ ਦੀ ਵਧੂਗੀ। ਸਾਡੇ ਕੋਲ ਤਾਂ ਟਾਈਮ ਉਹਨਾਂ ਦਿਨਾਂ ਚ ਹੁੰਦਾ ਹੀ ਨਹੀਂ ਸਿਰ ਖੁਰਕਣ ਦੀ ਵਿਹਲ ਨਹੀਂ ਹੁੰਦੀ ਹੈ ਨਾ ਆਪਣੇ ਕੋਲ ਜਦੋਂ ਆਪਾਂ ਮੰਨਦੇ ਹਾਂ ਕਿ ਕਿਸਾਨੀ ਦਾ ਜਦੋਂ ਹਾਲ ਇਹੋ ਜਿਹਾ ਤੇ ਬਹੁਤ ਸਾਰੇ ਲੋਕ ਕਿਸਾਨ ਹੈ ਜਿਹੜੇ ਵਿਦੇਸ਼ਾਂ ਚ ਬੈਠੇ ਆ ਆਊਟ ਆਫ ਪੰਜਾਬ ਬੈਠੇ ਨੇ ਕੋਈ ਸ਼ਹਿਰਾਂ ਚ ਬੈਠੇ ਨੇ ਕਾਫੀ ਕੁਛ ਹੈ ਜਿਹੜੇ ਵੱਡੇ ਅੜਿੱਕੇ ਆ ਉਹ ਆਉਣ ਵਾਲੇ ਦਿਨਾਂ ਚ ਪੈਣ ਦੇ ਆਸਾਰ ਬਣਦੇ ਆ। ਮੈਂ ਜੀ ਇੱਕ ਗੱਲ ਹੋਰ ਹੈ ਕਿ ਆ ਜਿਹੜੀ ਵਿਦੇਸ਼ਾਂ ਵਾਲੀ ਗੱਲ ਕੀਤੀ ਨਾ ਤੁਸੀਂ ਬਹੁਤ ਸਾਰੇ ਲੋਕ ਵਿਦੇਸ਼ਾਂ ਚ ਹੈਗੇ ਆ ਜਿਨ੍ਹਾਂ ਦੇ ਬਜ਼ੁਰਗਾਂ ਦੇ ਨਾਂ ਤੇ ਜ਼ਮੀਨ ਹੋ ਸਕਦੀ ਹੈ ਜਿਨ੍ਹਾਂ ਦੇ ਆਪਣੇ ਨਾਮ ਤੇ ਵੀ ਹੋ ਸਕਦੀ ਆ। ਹੋ ਸਕਦਾ ਉਹ ਕੱਚੇ ਤੌਰ ਤੇ ਬਾਹਰ ਗਏ ਹੁਣ ਅਜੇ ਤੱਕ ਜੇਕਰ ਇੱਧਰ ਆ ਗਏ ਤਾਂ ਮੁੜ ਕੇ ਬਾਹਰ ਨਾ ਜਾ ਸਕਣ ਉਹਨਾਂ ਦੇ ਨਾਮ ਤੇ ਵੀ ਜ਼ਮੀਨ ਹੋ ਸਕਦੀ ਆ। ਹੁਣ ਸਰਕਾਰ ਦੇ ਕੁਛ ਲੋਕ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਾਰਾ ਕੁਛ ਸਰਕਾਰੀ ਤੌਰ ਤੇ ਰਜਿਸਟਰ ਕਰਾਉਣਾ ਪੈਣਾ ਆਨਲਾਈਨ ਕਰਵਾਉਣਾ ਪੈਣਾ। ਉਹਨਾਂ ਲੋਕਾਂ ਲਈ ਵੀ ਇੱਕ ਵੱਡੀ ਸਮੱਸਿਆ ਆਉਣ ਵਾਲੇ ਦਿਨਾਂ ਚ ਇਹ ਹੋ ਸਕਦੀ ਆ NRI ਜਿਹੜੇ ਬਾਹਰ ਰਹਿੰਦੇ ਆ ਕਿਉਂਕਿ ਜੇਕਰ ਸਰਕਾਰ ਨੇ ਡਾਕੂਮੈਂਟ ਮੰਗੇ ਆ ਕੁਛ ਬੰਦੇ ਹੋ ਸਕਦਾ ਵਿੱਚੋਂ ਇੱਧਰ ਨਾ ਆ ਸਕਦੇ ਹੋਣ ਜੇ ਆ ਸਕਦੇ ਤਾਂ ਮੁੜ ਕੇ ਬਾਹਰ ਨਹੀਂ ਜਾਣਾ ਉਹਨਾਂ ਦੀਆਂ ਜ਼ਮੀਨਾਂ ਦਾ ਕੀ ਬਣੇਗਾ। ਵੈਸੇ ਇਹਦੇ ਵਿੱਚ ਕਾਲਾ ਬਜ਼ਾਰੀ ਵਧਣ ਦੀ ਵੀ ਸੰਭਾਵਨਾ ਲੱਗਦੀ ਹੈ। ਵੈਸੇ ਤਾਂ ਪਹਿਲਾਂ ਵੀ ਬਹੁਤ ਸਾਰੇ ਥਾਵਾਂ ਦੇ ਉੱਪਰ ਅਸੀਂ ਦੇਖਿਆ ਕਿ ਜਦੋਂ ਰਜਿਸਟਰੀਆਂ ਹੁੰਦੀਆਂ ਪਟਵਾਰੀ ਕੀ ਕਰਦੇ ਆ ਤਹਿਸੀਲਦਾਰ ਕੀ ਕਰਦੇ ਆ ਸੁੱਕੀ ਕਮਾਈ ਬਥੇਰੀ ਹੁੰਦੀ ਦੇਖੀ ਹੈ। ਅੱਜ ਕੱਲ ਤਾਂ ਕਈ ਸਟਿੰਗ ਵੀ ਆਪਾਂ ਬੜੇ ਸਟਿੰਗ ਆਪਰੇਸ਼ਨ ਵੀ ਬੜੇ ਹੁੰਦੇ ਦੇਖੇ ਹੈ ਤੇ ਇਹ ਸਾਰੀਆਂ ਚੀਜ਼ਾਂ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਉੱਪਰ ਹੀ ਮਾਰ ਪੈਣੀ ਹੈ ਉਹਨਾਂ ਦੇ ਕੋਲੋਂ ਇਹਨਾਂ ਲੁੱਟਣਾ। ਕਿਸਾਨਾਂ ਦੇ ਨਾਲ ਨਾਲ ਆਮ ਇਨਸਾਨ ਦੀ ਵੀ ਲੁੱਟ ਹੁੰਦੀ ਹੈ ਤੇ ਹੋਣੀ ਹੈ। ਇਹ ਤਿਆਰੀ ਜਿਹੜੀ ਹੈ ਕੀਤੀ ਹੈ ਹੁਣ ਅੰਦਰੋਂ ਅੰਦਰ ਲੱਗਦਾ ਜੀ ਤੇ ਇੱਥੇ ਲੈਣੇ ਜੀ ਬ੍ਰੇਕ ਤੇ ਜਿਹੜੇ ਸਰੋਤੇ ਮੈਨੂੰ ਕਾਲ ਕਰਦੇ ਨਾ ਖਬਰਾਂ ਚੱਲਦੀਆਂ ਤੇ ਆਪਾਂ ਕਾਲ ਨਹੀਂ ਲੈਂਦੇ ਹੁੰਦੇ ਬਾਅਦ ਵਿੱਚ ਸਮਾਂ ਰੱਖਦੇ ਹੁੰਦੇ ਉਹ ਤੁਸੀਂ ਕਾਲ ਕਰਕੇ ਜੁੜ ਜਿਓ ਆਪਾਂ ਅਗਲੀਆਂ ਗੱਲਾਂ ਵੀ ਕਰਦੇ ਹਾਂ ਬਹੁਤ ਸਾਰੀਆਂ ਖਬਰਾਂ ਹੋਰ ਨੇ। ਨਵਜੀਤ ਭਾਈ ਜਿਹੜੀਆਂ ਫਲਾਈਟਸ ਦੀਆਂ ਹੈਗੀਆਂ ਉਹਨਾਂ ਲਈ ਅਪਡੇਟ ਹੈਗੀ ਹੈ? ਹਾਜ਼ਰ ਹਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਰੇਡੀਓ ਚੰਨ ਪ੍ਰਦੇਸੀ ਦੇ ਪਲੇਟਫਾਰਮ ਤੋਂ ਤੁਸੀਂ ਪਾ ਰਹੇ ਹੋ ਸਾਡੇ ਤੁਹਾਡੇ ਨਾਲ ਸਾਂਝ ਕਿਉਂਕਿ ਆਪਾਂ ਸਾਰੀ ਮਿਲ ਕੇ ਸਾਂਝ ਪਾਉਣੇ ਬਸ ਸਾਨੂੰ ਇਹ ਨਹੀਂ ਕਹਿਣਾ ਪੈਂਦਾ ਕਿਹੜੀ ਰੁੱਤੇ ਤੋੜੀਆਂ ਨੇ ਸਾਂਝਾਂ ਬੇਈਮਾਨ ਨੇ। ਤੇ ਜੀ ਅੱਜ ਮੈਨੂੰ ਹੁਣੇ ਆ ਖ਼ਬਰ ਤੋਂ ਪਤਾ ਲੱਗਿਆ ਕਿ ਕੌਮੀ ਤਪਦਿਕ ਦਿਹਾੜਾ ਬਿਮਾਰੀ ਕਾਰਨ ਲੱਖਾਂ ਲੋਕ ਮਰ ਜਾਂਦੇ। ਨਵਜੀਤ ਜੀ ਇੱਕ ਭਾਰਤ ਸਰਕਾਰ ਦੀ ਸਿਫਤ ਜ਼ਰੂਰ ਕਰਨੀ ਪਊ ਕਿ ਜਿਹੜੇ ਲੋਕਾਂ ਨੂੰ ਟੀਵੀ ਹੈ ਉਸ ਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਭਾਰਤ ਸਰਕਾਰ ਨੇ ਜਿਹੜੀ ਦਵਾਈ ਹੈ ਉਹ ਤਿਆਰ ਕੀਤੀ ਹੋਈ ਹੈ ਔਰ ਉਹ ਡੋਜ਼ ਦੇਣ ਦੇ ਵਾਸਤੇ ਆਸ਼ਾ ਵਰਕਰ ਦੀ ਡਿਊਟੀ ਹੁੰਦੀ ਹੈ। ਹੁਣ ਇਹ ਕਨਫਰਮ ਕਰਕੇ ਆਪਦੇ ਹੈਡ ਆਫ ਮਤਲਬ ਸਟਾਫ ਨੂੰ ਦੱਸਣਾ ਤੇ ਗਾਹਾਂ ਉਹ ਅੱਗੇ ਤੱਕ ਅਪਡੇਟ ਹੁੰਦੀ ਹੈ। ਮੈਨੂੰ ਇਹ ਵੀ ਪਤਾ ਲੱਗਿਆ ਕਿ ਮਰੀਜ਼ ਨੂੰ 500 ਰੁਪਇਆ ਪਤਾ ਨਹੀਂ 1000 ਰੁਪਇਆ ਮਹੀਨਾ ਜਿੰਨਾ ਚਿਰ ਉਹ ਦਵਾਈ ਖਾਂਦਾ ਉਹ ਪੈਸੇ ਵੀ ਮਿਲਦੇ ਆ। ਨਵਜੀਤ ਜੀ ਹੈਲੋ ਮੇਰੇ ਖਿਆਲ ਦੇ ਵਿਚ ਆਵਾਜ਼ ਦੀ ਦੁਨੀਆਂ ਦਾ ਤਾਲਮੇਲ ਟੁੱਟ ਗਿਆ ਹਾਲਾਂਕਿ ਨੈਟਵਰਕ ਤਾਂ ਚੱਲ ਰਿਹਾ ਸੀ ਸਾਂਝ ਸਥਾਪਿਤ ਸੀ। ਅੱਜ ਵਰਲਡ ਤਪਦਿਕ ਡੇ ਤੇ ਇਹ ਆਪਾਂ ਗੱਲ ਕਰਦੇ ਹਾਂ। ਹਾਂਜੀ ਨਵਜੀਤ ਜੀ ਸਵਾਗਤ ਇੱਕ ਵਾਰ ਫੇਰ। ਆ ਰਹੀ ਹੈ ਉਦੋਂ ਪਹਿਲਾਂ ਵਿਚ ਹੈਗੀ ਸੀ। ਹਾਂਜੀ ਹਾਂਜੀ ਆ ਰਹੀ ਹੈ ਤੁਹਾਡੀ ਆਵਾਜ਼ ਮੇਰੇ ਕੋਲ। ਹੈਲੋ ਹੈਲੋ ਮੇਰੀ ਆਵਾਜ਼ ਸੁਣ ਰਹੀ ਤੁਹਾਨੂੰ? ਨਹੀਂ ਸੁਣ ਰਹੀ ਮੈਨੂੰ ਤੇ ਆਪਾਂ ਆਵਾਜ਼ ਹੀ ਤਾਂ ਸੁਣਾਉਣੀ ਹੈ ਇਹਨਾਂ ਨੂੰ ਸੁਣਾਉਣੀ ਹੋਵੇ ਤੁਹਾਨੂੰ ਬਾਕੀ ਤਾਂ ਸਾਰੀ ਕੋਈ ਸਮੱਸਿਆ ਹੀ ਨਹੀਂ।
ਗੱਲਬਾਤ ਦਾ ਸਿਲਸਿਲਾ ਜਿਹੜਾ ਮੈਂ ਦੱਸ ਰਿਹਾ ਸੀ ਕਿ ਦੇਖੋ ਸਰਕਾਰ ਦੀਆਂ ਨੀਤੀਆਂ ਮਾੜੀਆਂ ਹੋ ਸਕਦੀਆਂ, ਸਰਕਾਰ ਨੂੰ ਚਲਾਉਣ ਵਾਲੇ ਲੋਕ ਮਾੜੇ ਹੋ ਸਕਦੇ, ਕੁਛ ਕੁ ਚੰਗੀਆਂ ਤੇ ਵਿਉਂਤਬੰਦੀਆਂ ਹੁੰਦੀਆਂ। ਟੀਵੀ ਦੇ ਬਾਰੇ ਜੇ ਗੱਲ ਕਰਨੀ ਹੋਵੇ, ਉਹ ਪੂਰੇ ਦਾ ਪੂਰਾ ਕੋਰਸ, ਜਿਹੜੀਆਂ ਬਾਹਰੋਂ ਦਵਾਈਆਂ ਕਾਫੀ ਮਹਿੰਗੀਆਂ ਮਿਲਦੀਆਂ, ਉਹ ਭਾਰਤ ਸਰਕਾਰ ਦਿੰਦੀ ਹੈ ਹੈਲਥ ਡਿਪਾਰਟਮੈਂਟ ਦੇ ਰਾਹੀਂ। ਜਦੋਂ ਕਿਸੇ ਵਿਅਕਤੀ ਦਾ ਪਤਾ ਲੱਗ ਜਾਏ ਕਿ ਟੀਵੀ ਦਾ ਮਰੀਜ਼ ਹੈ, ਤੇ ਫਿਰ ਬਕਾਇਦਾ ਤੌਰ ਦੇ ਉੱਤੇ ਆਸ਼ਾ ਵਰਕਰ ਦੀ ਡਿਊਟੀ ਲੱਗ ਜਾਂਦੀ ਹੈ ਉਸ ਏਰੀਏ ਦੇ, ਕਿ ਇਹਨੂੰ ਡੋਜ਼ ਤੁਸੀਂ ਦੇਣੀ ਹੈ। ਉਸ ਡੋਜ਼ ਦੀ ਇਨਫੋਰਮੇਸ਼ਨ ਵੀ ਵਿਭਾਗ ਨੂੰ ਪਹੁੰਚਦੀ ਕਰਨੀ ਹੁੰਦੀ ਹੈ, ਕਿੰਨੀ ਦਵਾਈ ਪਹੁੰਚ ਗਈ, ਕਿੰਨੀਆਂ ਰਹਿ ਗਈਆਂ ਗੋਲੀਆਂ, ਸਾਰਾ ਕੁਝ, ਤੇ ਮਰੀਜ਼ ਠੀਕ ਵੀ ਹੁੰਦਾ। ਔਰ ਬਹੁਤ ਵਧੀਆ ਨਤੀਜੇ ਨੇ ਇਸ ਤਰੀਕੇ ਦਾ। ਹੋਰ ਵੀ ਬਹੁਤ ਸਾਰੇ ਵਿਭਾਗ ਆ ਜਿੱਥੇ ਕੰਮ ਹੁੰਦੇ ਆ, ਪਰ ਸਾਡਾ ਕੰਮ ਜਾਇਆ ਹੁੰਦਾ ਕਿ ਅਸੀਂ ਨਿੰਦਣਾ ਤੇ ਭੰਡਣਾ ਹੁੰਦਾ। ਇਹ ਗੱਲ ਜ਼ਰੂਰ ਹੈ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਥੋੜੇ ਨੇ, ਬਹੁਤ ਥੋੜੇ ਲੋਕ ਨੇ। ਤੇ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਸਿਆਸਤਦਾਨਾਂ ਦੀ, ਉਨ੍ਹਾਂ ਦੇ ਖਰਚੇ ਵਾਲੇ ਨੇ ਜੀ, ਫਿਰ ਉਨ੍ਹਾਂ ਨੇ ਕੋਈ ਨਾ ਕੋਈ ਜਗਾੜ ਜਾ ਲਾਉਣਾ ਹੁੰਦਾ ਕਿ ਇਸ ਤਰੀਕੇ ਨਾਲ ਵੀ ਹੱਥ ਪੱਲੇ ਕੁਝ ਪੈ ਜੇ, ਇਸ ਤਰੀਕੇ ਨਾਲ ਵੀ ਪੈ ਜੇ, ਫਿਰ ਉਹ ਉੱਥੇ ਸਿੱਧੇ ਸਿੱਧੇ ਰੂਪ ਦੇ ਵਿੱਚ ਘਪਲੇ ਘਟਾਲੇ ਕਰਦੇ ਆ। ਜਿਹੜੇ ਘਾਤਕ ਹੈ, ਆਮ ਲੋਕਾਂ ਦਾ ਹੱਕ ਹੁੰਦਾ, ਉਹ ਨਹੀਂ ਰਹਿਣ ਦਿੱਤਾ ਜਾਂਦਾ, ਵਸੂਲਿਆ ਜਾਂਦਾ, ਜੰਨ ਚੋੜਿਆ ਜਾਂਦਾ, ਪੀਤਾ ਜਾਂਦਾ ਖੂਨ ਉਨ੍ਹਾਂ ਲੋਕਾਂ ਦਾ। ਨਵਜੀਤ ਜੀ ਸਵਾਗਤ, ਆਵਾਜ਼ ਪਹੁੰਚ ਰਹੀ ਜੀ? ਜੀ ਹੁਣ ਆ ਰਹੀ ਹੈ ਸਨੈਪ ਜੀ ਆਵਾਜ਼। ਜੀ ਜੀ ਚਲੋ ਦੇ ਰਾਹੀਂ ਦਰੁਸਤ ਹੈ। ਟੀਵੀ ਡੇ ਆਪਾਂ ਇਹਦੀ ਗੱਲ ਕਰ ਲਈਏ ਜੀ। ਜੀ ਸੁਖਨੈਪ ਜੀ, ਇਹ ਲੰਬੇ ਸਮੇਂ ਤੋਂ ਭਾਰਤ ਦੇ ਵਿਚ ਬਹੁਤ ਸਾਰੇ ਅਜਿਹੇ ਮਰੀਜ਼ ਮਿਲਦੇ ਨੇ ਧਬਦੀ ਦੇ, ਜਿਨ੍ਹਾਂ ਨੂੰ ਕਿਹਾ ਜਾਂਦਾ। ਦੇਖੋ 1882 ਵਿਚ ਡਾਕਟਰ ਰਾਬਰਟ ਕੋਚ ਨੇ ਇਸ ਦਾ ਇਕ ਜਿਹੜਾ ਮੇਨ ਵਾਇਰਸ ਹੁੰਦਾ, ਜਿਹੜਾ ਬੈਕਟੀਰੀਆ ਹੁੰਦਾ, ਇਹਦਾ ਬੈਕਟੀਰੀਆ ਹੁੰਦਾ, ਇਹਦੇ ਵਿਚ ਟਿਊਬਰਕਲੋਸਿਸ, ਉਹਦੇ ਲਈ ਖੋਜ ਕਰਨੀ ਸ਼ੁਰੂ ਕੀਤੀ ਕਿ ਆਪਾਂ ਹੁਣ ਤਿਆਰ ਕਰ ਸਕਦੇ ਹਾਂ ਕੋਈ ਦਵਾਈ। ਹੁਣ ਦੇਖੋ ਪਹਿਲੀ ਗੱਲ ਤਾਂ ਇਹ ਛੂਤਾ ਰੋਗ ਆ, ਤੇ ਭਾਰਤ ਵਿਚ ਵੱਡੇ ਪੱਧਰ ਤੇ ਰੋਗ ਫੈਲਿਆ, ਬਹੁਤ ਸਾਰੇ ਲੋਕਾਂ ਦੀ ਇਹਦੇ ਕਰਕੇ ਮੌਤ ਵੀ ਹੁੰਦੀ ਹੈ। ਮੈਨੂੰ ਵੀ ਬਹੁਤੀ ਪਹਿਲਾਂ ਇਹਦੇ ਬਾਰੇ ਜਾਣਕਾਰੀ ਨਹੀਂ ਸੀ, ਜਦੋਂ ਅੱਜ ਦੇਖਿਆ ਕਿ ਅੰਤਰਰਾਸ਼ਟਰੀ ਕੌਮਾਂਤਰੀ ਅੱਜ ਪੱਧਰ ਤੇ ਕੌਮਾਂਤਰੀ ਪੱਧਰ ਤੇ ਅੱਜ ਦਾ ਦਿਨ ਹੈ, ਕਿਉਂਕਿ ਭਾਰਤ ਵਿਚ ਹੀ ਸਭ ਤੋਂ ਵੱਧ ਕੋਸ਼ਿਸ਼ਾਂ ਇਸ ਰੋਗ ਨੂੰ ਦੂਰ ਕਰਨ ਦੀ ਕੀਤੀਆਂ ਜਾਂਦੀਆਂ, ਤੇ ਭਾਰਤ ਵਿਚ ਹੀ ਸਭ ਤੋਂ ਵੱਧ ਇਸ ਰੋਗ ਦੇ ਮਰੀਜ਼ ਮਿਲਦੇ ਆ। ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਪਤੀ ਇਸ ਰੋਗ ਦੇ ਕਰਕੇ ਇਧਰ ਸ਼ਿਕਾਰ ਹੁੰਦੇ ਆ, ਤੇ ਉਨ੍ਹਾਂ ਦੇ ਪਰਿਵਾਰਕ ਰਿਲੇਸ਼ਨ ਖਤਮ ਹੋ ਜਾਂਦੇ। ਕਾਰਨ ਇਹ ਹੈ ਕਿ ਇਹ ਛੂਤ ਦਾ ਰੋਗ ਮੰਨਿਆ ਜਾਂਦਾ। ਹੁਣ ਦੇਖੋ ਹੈਰਾਨੀ ਕਰਨ ਵਾਲੇ ਇਹਦੇ ਅੰਕੜੇ ਆ ਕਿ 4000 ਤੋਂ ਵੱਧ ਲੋਕ ਇਸ ਬਿਮਾਰੀ ਦੇ ਨਾਲ ਆਪਣੀਆਂ ਜਾਨਾਂ ਗੁਆ ਦਿੰਦੇ ਆ, ਤੇ ਲਗਭਗ 28000 ਲੋਕ ਇਸ ਖਤਰਨਾਕ ਬਿਮਾਰੀ ਦੀ ਰੋਜ਼ ਹੀ ਕਿਸੇ ਵੱਖ ਵੱਖ ਸੂਬਿਆਂ ਤੋਂ, ਥੋੜੇ ਬਹੁਤੇ ਭਾਵਾਂ ਹੋਵੇ ਭਾਵਾਂ ਵੱਡੇ ਪੱਧਰ ਤੇ ਹੋਵੇ, 28000 ਦੇ ਤਕਰੀਬਨ ਲੋਕ ਇਹਦੇ ਸ਼ਿਕਾਰ ਹੋ ਜਾਂਦੇ ਆ ਇਸ ਬਿਮਾਰੀ ਦਾ। ਹੁਣ ਸਰਕਾਰਾਂ ਇਹਦੇ ਉਪਰ ਕੰਮ ਕਰਨ ਲੱਗੀਆਂ, ਪਰ ਉਸ ਤੋਂ ਵੀ ਹੈਰਾਨੀ ਦੀ ਗੱਲ ਦੇਖੋ ਕਿ 2019 ਤੱਕ ਜਿਹੜੇ ਅੰਕੜੇ ਹੁਣ ਤੱਕ ਇਕੱਠੇ ਹੋਏ ਆ ਇਸ ਬਿਮਾਰੀ ਨੂੰ ਲੈ ਕੇ, 15 ਲੱਖ ਲੋਕ ਇਸ ਬਿਮਾਰੀ ਦੇ ਨਾਲ ਮਰ ਚੁੱਕੇ ਆ ਹੁਣ ਤੱਕ। ਇਹ ਬਹੁਤ ਵੱਡਾ ਅੰਕੜਾ ਆਪਣੇ ਆਪ ਦੇ ਵਿਚ, 15 ਲੱਖ ਲੋਕਾਂ ਦਾ ਮਾਰੇ ਜਾਣਾ। ਪਰ ਫਿਰ ਵੀ ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਖੋਜਾਂ ਕੀਤੀਆਂ ਜਾ ਰਹੀਆਂ, ਸਰਕਾਰਾਂ ਵੱਲੋਂ ਦਵਾਈਆਂ ਬਣਾਈਆਂ ਗਈਆਂ, ਉਹਦਾ ਅਸਰ ਵੀ ਹੁੰਦਾ, ਪਰ ਲੋਕਾਂ ਦੇ ਵਿਚ ਇਹ ਰੋਗ ਤੇਜ਼ੀ ਨਾਲ ਫੈਲਦਾ। ਖੰਘ ਹੋ ਜਾਂਦੀ ਹੈ, ਜ਼ੁਕਾਮ ਹੋ ਜਾਂਦਾ, 20-25 ਦਿਨ ਫਿਰ ਖੰਘ ਹਟਦੀ ਨੀ, ਉਹ ਟੀਵੀ ਦਾ ਰੂਪ ਧਾਰਨ ਕਰ ਲੈਂਦਾ। ਉਸ ਤੋਂ ਬਾਅਦ ਬਹੁਤ ਸਾਰੇ ਲੋਕ ਕਈ ਸਿਗਰਟ ਪੀਂਦੇ ਆ, ਉਹਨਾਂ ਵਿਚ ਵੀ ਇਹ ਰੋਗ ਦੇਖਣ ਨੂੰ ਮਿਲਦਾ। ਪਰ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਹਨੂੰ ਕੰਟਰੋਲ ਆਪ ਵੀ ਕਰ ਸਕਦੇ ਆ, ਪਰ ਕਈਆਂ ਨੂੰ ਪਿੰਡਾਂ ਵਿਚ ਹੁੰਦੀ ਹੈ ਨਾ, ਸ਼ਹਿਰਾਂ ਵਿਚ ਪਿੰਡਾਂ ਵਿਚ ਸਾਰੇ ਪਾਸੇ ਉਹ ਆਦਤ ਹੁੰਦੀ ਹੈ, ਉਹ ਛੱਡਦੇ ਨੀ ਸਿਗਰਟ ਹੁੱਕਾ, ਤੇ ਉਹਦੇ ਕਰਕੇ ਇਹ ਰੋਗ ਹਰ ਵਾਰ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ। ਪਰ ਜ਼ਰੂਰੀ ਇਸ ਕਰਕੇ ਸਮਝਿਆ ਕਿ ਹੁਣ ਤੱਕ ਇੰਨੇ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ, ਅਸੀਂ ਇਨ੍ਹਾਂ ਬਿਮਾਰੀਆਂ ਨੂੰ ਵੀ ਇੱਕ ਕਿਨਾਰੇ ਤੇ ਨਹੀਂ ਕਰ ਸਕਦੇ, ਕਿਉਂਕਿ ਆਉਣ ਵਾਲੇ ਸਾਲਾਂ ਦੇ ਦੌਰਾਨ ਸਰਕਾਰਾਂ ਭਾਵੇਂ ਕੋਸ਼ਿਸ਼ਾਂ ਕਰ ਰਹੀਆਂ ਨੇ ਇਨ੍ਹਾਂ ਦੇ ਉਪਰ ਕਾਬੂ ਪਾਉਣ ਦੀਆਂ, ਪਰ ਭਾਰਤ ਵਿਚ ਹਰ ਸਾਲ 4 ਲੱਖ ਤੋਂ ਵਧੇਰੇ ਲੋਕ ਇਹਦਾ ਸ਼ਿਕਾਰ ਵੀ ਹੁੰਦੇ ਆ, ਤੇ ਵਿਚੋਂ ਲੱਖਾਂ ਹੀ ਲੋਕ ਤਪਦੀ ਦੇ ਕਰਕੇ ਮਰਦੇ ਵੀ ਆ। ਇਹ ਵੀ ਇਕ ਗੰਭੀਰ ਬਿਮਾਰੀ ਹੈ ਜਿਹਦੇ ਬਾਰੇ ਲੋਕਾਂ ਨੂੰ ਪਤਾ ਵੀ ਹੋਣਾ ਚਾਹੀਦਾ, ਜੇਕਰ ਜਿਹਨੂੰ ਪਤਾ ਲੱਗਦਾ ਤੇ ਅੱਗੇ ਜਾਗਰੂਕ ਵੀ ਕਰਨਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਵੈਸੇ 1962 ਤੋਂ ਲੈ ਕੇ ਹੁਣ ਤੱਕ ਕਈ ਪ੍ਰੋਗਰਾਮ ਉਲੀਕੇ ਗਏ ਆ ਸਰਕਾਰਾਂ ਵੱਲੋਂ ਇਹਨੂੰ ਖਤਮ ਕਰਨ ਲਈ ਜੜੋ, ਪਰ ਅਜੇ ਤੱਕ ਜੜੋ ਖਤਮ ਨਹੀਂ ਹੁੰਦੀ, ਕਿਉਂਕਿ 5 ਸਾਲਾਂ ਯੋਜਨਾਵਾਂ ਦੀ ਵੀ ਜਿਵੇਂ ਨਾਲ ਗੱਲ ਕਰ ਲਵਾਂ ਨਾ, ਸਰਕਾਰਾਂ ਹਰ ਵਾਰ ਆਪਣੀ ਯੋਜਨਾ ਦੇ ਵਿਚ ਇੱਕ ਗੱਲ ਕਹਿੰਦੀਆਂ ਕਿ ਅਸੀਂ ਇਸ ਸਾਲ ਗਰੀਬੀ ਖਤਮ ਕਰ ਦਾਂਗੇ। 1951 ਵਿਚ ਪਹਿਲੀ 5 ਸਾਲਾਂ ਯੋਜਨਾ ਬਣਦੀ ਹੈ,
1956 तक, उस तो बाद 1956 तो 61 समा इस साल का चलता गया। अज 2021 योजना में चल दया पाल पर अजे तक भी गरीबी जड़ो खत्म नहीं किया जा सकया। इसे तरह कई बीमारियां खत्म करने का सरकार ने टीचा जरूर रखिया, उन्होंने एक तपदिक भी है, इनू भी अजे तक खत्म करने असफलता ही रही है। लखा ही लोगों का मरना एद कारण होंगे, तो लोगों जागरूक करने की भी लड़ है। उथे ना जी जेड़े खान पीन की समस्या ना वह है, क्योंकि एदा शिकार जिथे तुसी आपां गल करदे आ ना आम लोग भी हो जांदे, आपां इह नहीं कह सकदे सरदे पुजदे लोग भी हुंदे, मेरे सामने है कुछ उदाहरण, पर गरीब गुरबे लोग है जेड़े वह एदा शिकार ज्यादा हो जांदे है, क्योंकि कोई भट्ठियां ते कम करन वाले हो गए, कोई होर इहो जिहे थावां ते जिथे धूड़ ज्यादा हुंदी है, जिथे फैक्ट्री है जिथे है ना उथे। दूजी गल है कि उन्हां कोले इनकम सोर्स थोड़े होण कारण खाण पीण दे वास्ते वधिया भोजन नहीं हुंदा, दुध बहुत जरूरी है, अंडा भी रिकमेंड किया जाता है। हुण जे आम तुसीं गल करांगे अंडा 12-15 रुपए का तो देसी मिलता है, ब्रायलर जिहड़े हैगे पोल्ट्री फार्म के अंडे 8-10 रुपए तो घट्ट नहीं मिलता। जिहड़े बंदे ने 200-300 रुपया कमाउणा है जी, उत्तों मरीज भी है, उहदे वास्ते इह अड़िके बहुत ने, इस कारण भी एक मौत का मैनूं लगदा कि अंकड़ा वधदा है। बिल्कुल हो सकता है कारण इह, क्योंकि हर कोई हुण जिद्दां कई बहुत सारियां थावां ते लोक पौष्टिक भोजन खाते हैं, जिन्हों आप कह लिए सलाद खाते हैं, हम गरीबा लोगों लिए हर चीज़ मैनेज करना बड़ा औखा होंगे, घट्टे के करके भी यह समस्या होंगी है। सब तो बड़ी समस्या यह है कि एक छूत की बीमारी है, जो एक होया दूजे भी हो जाती है, तीजे भी हो जाती है, उसके करके यह बीमारी अगे तो अगे बढ़ती रहती है। गल तुहाडी वाजिब है, बहुत सारे लोग इन्ने आर्थिक तौर पर अमीर नहीं गए कि हर एक चीज खरीद सकन, जां फिर उन्हां दा खाण पीण दा उस तरह दा साधन उन्हां दे उपलब्ध हो सकन, ये भी एक कारण हो सकता है। पर इहदा दूजा एक पासा मैनूं होर इह लगदा रहिंदा कि कई थावां दे उपर भावें उह मजदूरां दा काम करन वाला भट्ठा होवे जां कोई भी थां होवे, उत्थे लोकां नूं कईआं नूं जगह जगह ते बहुत थुक्कण दी आदत जी हुंदी है, कई उह लाल जिहे रंग दा पदार्थ खा के भी इस तरह दीआं मतलब इहदे करके भी इह बीमारी फैलण दे बहुत सारे चांस रहिंदे आ। गल्लां बहुत सारियां आपस विच जुड़दीआं, जेकर आपां देखीए तां जी गल तो यही है जी कि गल्लां बहुत सारियां जुड़दियां, तो यही गल्लां समझने की लोड़ है, कला यही नहीं कि दवाई ही लै लैनी बहुत जरूरी है, बचा किवें करना, जे घिर गए हो तां किवें करना है, तो जे बचे हुए हो फिर होरां दा बचा किवें करना है। अमेरिका की गल करिए जी, गन कल्चर उत्थे बड़ा माड़ा है, यह नहीं पता कदों कोई सिर फिरिया किसी बार दे विच जाके गोली चला दे किन्ने लोगों नूं मार दे, पर हथियार वेचण वाली कंपनियां दी उन्हां वड्डे सियासदानां दे नाल सांझ हुंदी है, जुगाड़ चलते रहिंदे ने, पांच पांच चार चार पिस्टल तो उत्थे आम ही लोग चक्की फिरदे रखी फिरदे घरां दे विच। ते जी हुण जिहड़ी आई हुई है जो बाइडन होरां दी सरकार, राष्ट्रपति ने उह ते उह गन कल्चर दे उत्ते सकंजा कस सकदे आ जी? बिल्कुल सुनैब जी, इहदी हुण तैयारी कीती जा रही है शिकंजा कसण दी। कारण इह है कि पिछले दिनां दे दौरान असीं देखिया कि कोलोराडो च बहुत थावां दे उपर फायरिंग हुई है, एक थां दे उपर जिथे 10 लोकां तों वध दी मौत हुई है। आपां देखिया सिरफिरा एक मॉल दे विच जांदा ते उत्थे उहने गोलियां चलाईयां, 21 साल उहदी उमर दसी जा रही है, हालांकि पहलां तां पुलिस ने उहनूं शक्की तौर ते सामने लिआंदा, पर बाद दे विच जदों कईआं गल्लां तों खुलासा होया, ਵੱਖ ਵੱਖ ਸੀਸੀਟੀਵੀ ਫੁਟੇਜ ਇਕੱਠੀਆਂ ਕੀਤੀਆਂ ਤੇ ਉਸ ਤੋਂ ਬਾਅਦ ਉਹ ਬੰਦਾ ਦੋਸ਼ੀ ਪਾਇਆ ਗਿਆ, ਹਾਲਾਂਕਿ ਉਹਨੂੰ ਹੁਣ ਪੁੱਛ ਪੜਤਾਲ ਉਸ ਤੋਂ ਚੱਲ ਰਹੀ ਹੈ। ਦੂਸਰੇ ਪਾਸੇ ਦੇਖੋ, ਇਹ ਪਹਿਲੀ ਘਟਨਾ ਸਿਰਫ ਅਮਰੀਕਾ ਦੀ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਵੱਖ ਵੱਖ ਦੇਸ਼ਾਂ ਵਿਚ ਹੋ ਰਹੀਆਂ। ਕੈਨੇਡਾ ਦੇ ਵਿਚ ਵੀ ਇਹ ਘਟਨਾਵਾਂ ਦੇ ਵਿਚ ਵਾਧਾ ਆਉਣ ਵਾਲੇ ਸਾਲਾਂ ਦੇ ਵਿਚ ਹੋਰ ਹੋ ਸਕਦਾ, ਤੇ ਮੌਜੂਦਾ ਸਮੇਂ ਤੱਕ ਵੀ ਆਪਾਂ ਦੇਖੀਏ ਪਿਛਲੇ ਸਾਲਾਂ ਦੇ ਅੰਕੜਿਆਂ ਨੂੰ ਜੋੜ ਕੇ ਤਾਂ ਹੁਣ ਇਹ ਸਿਖਰ ਤੇ ਪਹੁੰਚ ਚੁੱਕੀਆਂ ਘਟਨਾਵਾਂ। ਕਾਰਨ ਕੀ ਹੈ? ਬਹੁਤ ਸਾਰੇ ਲੋਕ ਇਧਰੋਂ ਸਾਡੇ ਪੰਜਾਬ ਤੇ ਭਾਰਤ ਵਾਲੇ ਪਾਸਿਓਂ ਵੀ ਗਏ ਆ, ਜਿਨ੍ਹਾਂ ਦੇ ਵਿਚ ਇਹ ਚੀਜ਼ ਹੈ ਦੇਖਣ ਨੂੰ ਮਿਲਿਆ, ਗੈਂਗਸਟਰਾਂ ਦੀਆਂ ਲੜਾਈਆਂ ਵਿਚ ਉਨ੍ਹਾਂ ਦਾ ਵੱਧ ਚੜ ਕੇ ਹਿੱਸਾ ਹੁੰਦਾ। ਦੂਸਰੇ ਪਾਸੇ ਸਿਰਫ ਇਹ ਨਹੀਂ, ਅਮਰੀਕਾ ਦੇ ਵਿਚ ਰਹਿਣ ਵਾਲੇ ਹੋਰ ਵੀ ਭਾਈਚਾਰੇ ਦੇ ਲੋਕ ਹੈ, ਹੋਰ ਵੀ ਵੱਖ ਵੱਖ ਸਮੁਦਾਇ ਨਾਲ ਸਬੰਧਤ ਲੋਕ ਹੈ ਜਿਨ੍ਹਾਂ ਦੇ ਵਿਚ ਇਹ ਚੀਜ਼ ਪਾਈ ਜਾ ਰਹੀ ਹੈ। ਪਰ ਹੁਣ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਲਈ ਇਹ ਇਕ ਵੱਡੀ ਸਮੱਸਿਆ, ਟਰੰਪ ਪ੍ਰਸ਼ਾਸਨ ਲਈ ਵੀ ਸੀ, ਪਰ ਉਨ੍ਹਾਂ ਨੇ ਬਹੁਤੇ ਸਾਰਥਕ ਕਦਮ ਚੁੱਕੇ ਨਹੀਂ। ਹਾਲਾਂਕਿ ਗੋਲੀਬਾਰੀ ਦੀਆਂ ਘਟਨਾਵਾਂ ਉਨ੍ਹਾਂ ਦੇ ਸਮੇਂ ਵੀ ਬਹੁਤ ਸਾਰੀਆਂ ਹੋਈਆਂ, ਉਹ ਵੈਸੇ ਤਾਂ ਪੁਲਿਸ ਦੇ ਘਟਨਾਵਾਂ ਦੇ ਨਾਲ ਵੀ ਇਹਨੂੰ ਜੋੜ ਕੇ ਦੇਖਿਆ ਗਿਆ ਲੰਬੇ ਸਮੇਂ ਤੋਂ, ਪਰ ਹੁਣ ਜੋ ਬਾਈਡਨ ਪ੍ਰਸ਼ਾਸਨ ਨੇ ਤਿਆਰੀ ਕਰ ਲਈ ਹੈ, ਆਉਣ ਵਾਲੇ ਦਿਨਾਂ ਦੇ ਦੌਰਾਨ ਹੋ ਸਕਦਾ ਕਾਨੂੰਨ ਥੋੜੇ ਜਿਹੇ ਸਖ਼ਤ ਕਰ ਦਿੱਤੇ ਜਾਣ, ਲਾਇਸੈਂਸ ਲੈਣਾ ਇਨ੍ਹਾਂ ਦਾ ਔਖਾ ਹੋ ਜਾਵੇ, ਇਹ ਸਾਰੀਆਂ ਗੱਲਾਂ ਜੁੜ ਸਕਦੀਆਂ। ਵੈਸੇ ਅਮਰੀਕਾ ਕੈਨੇਡਾ ਇਕੱਲੇ ਨਹੀਂ,
ਆਸਟ੍ਰੇਲੀਆ, ਨਿਊਜ਼ੀਲੈਂਡ। ਨਿਊਜ਼ੀਲੈਂਡ ਵਿਚ ਵੀ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਉਹ ਚਰਚ ਵਿਚ ਇਕ ਘਟਨਾ ਵਾਪਰਦੀ ਹੈ, ਉਥੇ ਆਸਟ੍ਰੇਲੀਆ ਦੇ ਉਸ ਬੰਦੇ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ ਤੇ ਕਈ ਲੋਕਾਂ ਦੀ ਮੌਤ ਹੋਈ। ਉਸ ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਸ਼ਿਕੰਜਾ ਕਸਣ ਦੀ ਗੱਲ ਕਹੀ ਹੈ, ਆਪਣੇ ਅਮਰੀਕਾ ਨੇ ਵੀ, ਤੇ ਉਸ ਤੋਂ ਬਾਅਦ ਕੈਨੇਡਾ ਵੀ ਤਿਆਰੀ ਵਿਚ ਹੈ। ਪਰ ਇਹ ਗੱਲ ਦੇਖੋ, ਹੁਣ ਇਹ ਤਾਂ ਹੋ ਗਈ ਉਨ੍ਹਾਂ ਦੇਸ਼ਾਂ ਦੀ ਗੱਲ, ਜੋ ਬਾਈਡਨ ਪ੍ਰਸ਼ਾਸਨ ਕਾਮਯਾਬ ਹੁੰਦਾ ਤੇ ਨਹੀਂ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਪਰ ਭਾਰਤ ਵਾਲੇ ਪਾਸੇ ਵੀ ਇਹ ਚੀਜ਼ ਬਹੁਤ ਵੱਧਦੀ ਜਾ ਰਹੀ ਹੈ। ਨਾਲ ਆਪਾਂ ਇੱਕ ਦੋ ਮਿੰਟ ਗੱਲ ਕਰ ਲਾਂਗੇ ਇਸ ਤੇ ਵੀ। ਬਹੁਤ ਸਾਰੇ ਗਾਣਿਆਂ ਦੇ ਵਿਚ ਇਸ ਵਾਰ ਕਲਾਕਾਰਾਂ ਦਾ ਸਹਿਯੋਗ ਆ ਇਸ ਚੀਜ਼ ਨੂੰ ਪ੍ਰਮੋਟ ਕਰਨ ਦੇ ਵਿਚ। ਹੁਣ ਉਹ ਦੇਸ਼ ਆ ਜਿਹੜੇ ਇਕ ਪਾਸੇ ਇਸ ਗੱਲ ਲਈ ਜ਼ਿਕਰ ਤੇ ਫਿਕਰ ਕਰ ਰਹੇ ਆ ਕਿ ਆਉਣ ਵਾਲੇ ਸਾਲਾਂ ਦੇ ਦੌਰਾਨ, ਆਉਣ ਵਾਲੇ ਦਿਨਾਂ ਦੇ ਦੌਰਾਨ ਅਸੀਂ ਗਨ ਕਲਚਰ ਨੂੰ ਖਤਮ ਕਰਨਾ, ਇਸ ਤੇ ਪਾਬੰਦੀਆਂ ਲਗਾਉਣੀਆਂ। ਦੂਸਰੇ ਵਾਲੇ ਪਾਸੇ ਸਾਡੇ ਭਾਰਤ ਵਿਚ ਇਹ ਗੱਲਾਂ ਆਮ ਦੇਖਣ ਨੂੰ ਮਿਲਦੀਆਂ ਗਾਣਿਆਂ ਦੇ ਵਿਚ। ਮੁੱਖ ਮੰਤਰੀ ਭਾਵੇਂ ਕਈ ਵਾਰੀ ਦਾਅਵਾ ਕਰ ਚੁੱਕੀ ਹੈ ਕਿ ਇਹਨਾਂ ਦੇ ਖਿਲਾਫ ਪਰਚੇ ਕੀਤੇ ਜਾਣਗੇ, ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਪਰ ਤੁਸੀਂ ਪਿਛਲੇ ਉਹਨਾਂ ਦੇ ਬਿਆਨ ਤੋਂ ਬਾਅਦ ਹੁਣ ਤੱਕ ਜਿੰਨੇ ਗਾਣੇ ਆਏ ਆ ਤੁਸੀਂ ਦੇਖ ਸਕਦੇ, ਪਹਿਲਾਂ ਤਾਂ ਮੁੰਡੇ ਮੁੰਡੇ ਹੁੰਦੇ ਸੀਗੇ, ਨੌਜਵਾਨ ਜਿਹੇ ਹੁੰਦੇ ਸੀਗੇ, ਹੁਣ ਤਾਂ ਕੁੜੀਆਂ ਵੀ ਮੋਢਿਆਂ ਤੇ ਬੰਦੂਕ ਚੱਕੀਆਂ ਫਿਰਦੀਆਂ, ਪਤਾ ਨੀ ਉਹ ਕਿਹੜੀਆਂ ਬੰਦੂਕਾਂ ਆ। ਤੇ ਉਹ ਮੈਨੂੰ ਹੈਰਾਨੀ ਕਿਸੇ ਵੇਲੇ ਇਦਾਂ ਦੀ ਹੁੰਦੀ ਹੈ, ਉਹ ਗਾਣਿਆਂ ਦੇ ਵਿੱਚ ਸਿਫਤਾਂ ਕਰਦੀਆਂ ਰਹਿੰਦੀਆਂ ਕਿ ਵਿਆਹ ਉਹਨਾਂ ਕਰਾਉਣਾ ਜਿਹੜਾ ਬੈਲੀ ਆ ਉਹ ਮੁੱਛਾਂ ਦੀਆਂ ਤਾੜਦੇ ਹੋਣ। ਇਹ ਸਾਰੀਆਂ ਚੀਜ਼ਾਂ ਪ੍ਰਮੋਟ ਕਰਦੀਆਂ, ਕਿਤੇ ਨਾ ਕਿਤੇ ਇਹ ਵੀ ਚੀਜ਼ਾਂ ਗਲਤ ਹੈ। ਇਹਨਾਂ ਦੇ ਖਿਲਾਫ਼ ਜੇਕਰ ਕਾਰਵਾਈ ਕਰਨੀ ਹੈ ਤੇ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਸਹਿਮਤੀ ਹੋ ਸਕਦੀ ਹੈ, ਕਈਆਂ ਦੀ ਅਸਹਿਮਤੀ ਵੀ ਹੋ ਸਕਦੀ ਹੈ। ਤੁਹਾਨੂੰ ਇਹਦੇ ਬਾਰੇ ਕੀ ਲੱਗਦਾ, ਇੱਕ ਦੋ ਮਿੰਟ ਆਪਾਂ ਵਿਚਾਰ ਸਾਂਝਾ ਕਰ ਸਕਦੇ ਹਾਂ? ਬਿਲਕੁਲ ਜੀ, ਗੱਲ ਤਾਂ ਇਹ ਹੈ ਕਿ ਸਹਿਮਤੀ ਅਸਹਿਮਤੀ ਵੀ ਜ਼ਰੂਰੀ ਹੈ, ਪਰ ਫੁਕਰਪਣਾ। ਕੱਲ ਨਾ ਬਾਈਜੀਤ ਕਦੋਂਵਾਲਾ ਹੋਰਾਂ ਨੇ ਵੀ ਇੱਕ ਪੋਸਟ ਵੀ ਪਾਈ ਸੀ ਸ਼ਹਾਦਤ ਨੂੰ ਲੈ ਕੇ ਸੀ ਕਿ ਅਸੀਂ ਜਦੋਂ ਸ਼ਹੀਦ ਹੀ ਹੋ ਗਏ ਉਦੋਂ ਬਾਅਦ ਸਾਡੀ ਪ੍ਰਾਪਤੀ ਕੀ ਰਹਿੰਦੀ ਹੈ, ਜੰਗ ਤਾਂ ਜਿਉਂਦਿਆਂ ਜਿੱਤੀ ਜਾਂਦੀ ਹੈ। ਮੈਂ ਉੱਥੇ ਵੀ ਇੱਕ ਗੱਲ ਲਿਖੀ ਸੀ ਜਿਹੜੀ ਭੁੱਕਦੀ ਹੈ ਕਿ ਸਾਨੂੰ ਇਹ ਦੇਖ ਲਿਆ ਜਾਂਦਾ ਖਾਸ ਕਰਕੇ ਪੰਜਾਬੀਆਂ ਨੂੰ ਕਿ ਥੋੜੇ ਜੇ ਜਜ਼ਬਾਤੀ ਨੇ, ਜਾਂ ਫੁਕਰੇ ਵੀ ਆਪਾਂ ਕਹਿ ਲਈਏ, ਫੁਕਰੇ ਸ਼ਬਦ ਉੱਥੇ ਵੈਸੇ ਮੈਂ ਵਰਤਿਆ ਸੀ, ਸਾਨੂੰ ਵਰਤ ਲਿਆ ਜਾਂਦਾ। ਤੇ ਹੁਣ ਜਿਹੜੇ ਮਿਊਜ਼ਿਕ ਇੰਡਸਟਰੀ ਵਾਲੇ ਲੋਕ ਆ ਪੰਜਾਬੀ ਦੀ, ਜੇ ਅਸੀਂ ਗੱਲ ਕਰੀਏ ਤਾਂ ਫਿਰ ਸਾਡੇ ਦਾ ਗੀਤ ਹੀ ਇਹੋ ਜਿਹੇ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ, ਉੱਥੇ ਜੱਟ ਫਾਇਰ ਕਰਦਾ, ਤੇ ਉਹ ਜਿਹਨੂੰ ਗਲੇਲ ਵੀ ਨਹੀਂ ਚਲਾਉਣੀ ਆਉਂਦੀ ਹੁੰਦੀ, ਜਿਹੜਾ ਬੰਦਾ ਫਾਇਰ ਕਰਨ ਦੀਆਂ ਗੱਲਾਂ ਕਰਦਾ ਜਾਂ ਕੁਝ ਹੋਰ ਹੈ। ਇੱਕ ਦੁਆਬੇ ਦਾ ਤੁਹਾਡੇ ਦਾ ਸਿੰਗਰ ਸੀਗਾ, ਮੈਂ ਉਹਦੇ ਤੱਕ ਕੋਈ ਸਮਾਨ ਪਹੁੰਚਦਾ ਕਰਨਾ ਸੀ, ਉਹ ਗੱਡੀ ਦੇ ਵਿੱਚ ਐਵੇਂ 12 ਬੋਰਜੀ ਰੱਖੀ ਹੋਏ, ਕਾਰਤੂਸ ਜਿਹੇ ਰੱਖੀ ਹੋਏ, ਮੈਂ ਬਈ ਆਹ ਕਿਵੇਂ? ਇਹ ਤਾਂ ਬਈ ਉਹੀ ਬੱਚੀ ਪਈ ਰਹਿੰਦੀ ਹੈ, ਹਾਲਾਂਕਿ ਮੈਨੂੰ ਪਤਾ ਸੀ ਕਿ ਉਹ ਤਿੱਤਰ ਮਾਰਨ ਵਾਲੀ ਵੀ ਨਹੀਂ ਚਲਾਉਣ ਵਾਲਾ। ਇਹੋ ਜਿਹੇ ਦਿਖਾਵੇ ਪਤਾ ਨਹੀਂ ਕਿਉਂ ਕਰਦੇ ਆ ਲੋਕ, ਜੇ ਉਹ ਕਰਦੇ ਆ ਤਾਂ ਉਹਨਾਂ ਨੂੰ ਦੇਖ ਕੇ ਬੜਾ ਕੁਝ ਹੋ ਜਾਂਦਾ। ਹੁਣ ਜਿਵੇਂ ਆਪਾਂ ਇੱਕ ਥੋੜੇ ਦਿਨ ਪਹਿਲਾਂ ਦੇਖਿਆ ਸੀ ਕਿ ਇੱਕ ਕਤਲ ਹੀ ਇੱਕ ਵੀਡੀਓ ਦੇਖ ਕੇ ਕਰ ਦਿੰਦਾ ਹੈਗਾ ਜਵਾਕ। ਸੋ ਉਹ ਘਟਨਾਵਾਂ ਤੇ ਪੁੱਠੀਆਂ ਹੋਣ ਸਿੱਧੀਆਂ ਹੋਣ ਮੋਟੀਵੇਸ਼ਨਲ ਨਹੀਂ ਹੁੰਦੀਆਂ, ਮਾੜਾ ਹੁੰਦਾ। ਔਰ ਜੇ ਵਿਦੇਸ਼ਾਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਕੈਨੇਡਾ ਅਮਰੀਕਾ ਦੀ, ਕੈਨੇਡਾ ਦੇ ਵਿਚ ਤਾਂ ਚਲੋ ਗਨ ਕਲਚਰ ਨਹੀਂ ਹੈ, ਅਮਰੀਕਾ ਦੇ ਵਿਚ ਹੈ। ਉਥੇ ਤੁਸੀਂ ਆਈ ਡੀ ਦਿਖਾ ਕੇ ਹਥਿਆਰ ਲੈ ਸਕਦੇ ਹੋ ਬਹੁਤਿਆਂ ਸੂਬਿਆਂ ਚ, ਉਥੇ ਆਪਣੇ ਜਿਹੜੇ ਸੱਜਣ ਸੁਨੇਹੀ ਆਟੋਮੈਟਿਕ ਰਾਈਫਲਸ ਨੇ ਉਨ੍ਹਾਂ ਦੇ ਕੋਲ ਪਈਆਂ ਬਥੇਰੀਆਂ ਨੇ, ਤੇ ਜਦੋਂ ਉਹ ਬੱਚਿਆਂ ਦੇ ਹੱਥ ਲੱਗਦੀਆਂ ਜਾਂ ਫਿਰ ਸਿਰਫ ਇਹ ਲੋਕਾਂ ਦੇ ਹੱਥ ਲੱਗਦੀਆਂ ਤਾਂ ਫਿਰ ਉਹ ਕੀ ਕੁਛ ਹੁੰਦਾ ਸਾਰੇ ਜਾਣਦੇ ਆ, ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਉਥੋਂ ਦੀ ਇੱਕ ਜਿਹੜੀ ਹਥਿਆਰ ਵੇਚਣ ਵਾਲੀ ਲੌਬੀ ਹੈ ਜਿਹਨੂੰ ਅਸੀਂ ਜਾਣਦੇ ਹਾਂ ਬਕਾਇਦਾ ਤੌਰ ਦੇ ਉੱਤੇ ਕਿ ਉਨ੍ਹਾਂ ਦਾ ਕੰਮ ਹੀ ਇਹ ਆ, ਕਿਉਂਕਿ ਦੁਨੀਆਂ ਦੇ ਵਿਚ ਰੌਥਚਾਈਲਡ ਘਰਾਣੇ ਦੀ ਜੇ ਗੱਲ ਚੱਲਦੀ ਹੈ ਤਾਂ ਬੈਂਕਿੰਗ ਖੇਤਰ ਦੇ ਵਿਚ ਉਨ੍ਹਾਂ ਦਾ ਬਹੁਤ ਵੱਡਾ ਨਾਂ, ਕਈ ਸੌ ਸਾਲਾਂ ਤੋਂ ਉਹ ਪਰਿਵਾਰਾਂ ਨੇ ਦੁਨੀਆਂ ਦੇ ਵਿਚ ਆਪਣੇ ਤਰੀਕੇ ਦੇ ਨਾਲ ਅੱਡ ਹੋ ਕੇ, ਕੋਈ ਪਾਕਿਸਤਾਨ ਵਾਲੇ ਪਾਸੇ ਖੜ ਗਿਆ, ਕੋਈ ਭਾਰਤ ਵਾਲੇ ਪਾਸੇ ਖੜ ਗਿਆ ਜਾਂ ਹੋਰ ਹੈ, ਖੁਦ ਹੀ ਬਜਟ ਦਿੱਤਾ, ਖੁਦ ਹੀ ਹਥਿਆਰ ਖਰੀਦਣ ਦੇ ਵਾਸਤੇ ਉਤਸ਼ਾਹਿਤ ਕੀਤਾ, ਆਪਦਾ ਜੁਗਾੜ ਚਲਾਇਆ। ਸੋ ਇਹ ਲੰਮਾ ਤਾਣਾ ਬਾਣਾ ਜਿਹੜਾ ਚੱਲਦਾ ਆਮ ਲੋਕਾਂ ਦੀ ਸਮਝ ਨਹੀਂ ਪੈਂਦਾ, ਪਰ ਸਾਨੂੰ ਸਮਝ ਉਦੋਂ ਪੈਂਦਾ ਜਦੋਂ ਕੋਈ ਨਾ ਕੋਈ ਸਾਡੇ ਸਾਹਮਣੇ ਜ਼ਿੰਦਗੀ ਚਲੀ ਜਾਂਦੀ ਹੈ, ਉਹ ਸਾਡੇ ਨੇੜ ਲੈਂਦੀ ਹੁੰਦੀ ਹੈ। ਜੀ ਸੁਖਮੈਲ ਜੀ, ਮੈਂ ਇੱਕ ਗੱਲ ਇਹਦੇ ਵਿਚ ਹੋਰ ਜੋੜਨੀ ਚਾਹੁੰਦਾ, ਤੁਸੀਂ ਫੁਕਰੇ ਪੁਣੇ ਦੀ ਗੱਲ ਕੀਤੀ ਜੀ, ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਜਿੱਥੇ ਗੋਲੀ ਕਿਸੇ ਨੇ ਚਲਾਈ ਹੈ ਤੇ ਉਹਦਾ ਸ਼ਿਕਾਰ ਕੋਈ ਹੋਰ ਵਿਅਕਤੀ ਹੋ ਗਿਆ। ਮੂਵੀ ਵਾਲਾ ਮੁੰਡਾ ਦਸੂਹੇ ਦੇ ਕੋਲ ਮਰਿਆ। ਮੋਗੇ ਦੇ ਵਿਚ ਆਪਾਂ ਦੇਖਿਆ ਸਟੇਜ ਦੇ ਉੱਪਰ ਨੱਚਦੇ ਕਲਾਕਾਰ ਜਿਹੜੇ ਉਹ ਡਾਂਸਰ ਸੀਗੇ ਉਨ੍ਹਾਂ ਦੀ ਮੌਤ ਹੋਈ, ਮੌੜ ਮੰਡੀ ਕੁੜੀ ਦੇ ਗੋਲੀ ਮਾਰੀ। ਜੀ, ਹੁਣ ਇਹ ਦੇਖੋ, ਇਹ ਫੁਕਰੇ ਪੁਣੀ ਦੀਆਂ ਨਿਸ਼ਾਨੀਆਂ। ਹੁਸ਼ਿਆਰਪੁਰ ਵਿਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ। ਇਹ ਗਾਣੇ ਉਸ ਤਰ੍ਹਾਂ ਦੇ ਲਗਾਏ ਜਾਂਦੇ ਆ ਕਿ ਜੇਬ ਦੇ ਵਿਚੋਂ ਕੋਈ ਨਾ ਕੋਈ ਪੈਸੇ ਕੱਢੇ। ਹੁਣ ਮੈਂ ਅਮਰੀਕਾ ਦੀ ਗੱਲ ਕੀਤੀ ਹੈ ਗਨ ਕਲਚਰ ਖਤਮ ਕਰਨ ਦੀ, ਕਾਰਨ ਕੀ ਹੈ ਉਹਦਾ? ਦੇਖੋ, ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਉਥੇ 7 ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਜਿਹਦੇ ਕਰਕੇ ਇਹ ਸਾਰਾ ਕੁਝ ਸਰਕਾਰ ਨੂੰ ਸਖ਼ਤੀ ਕਰਨ ਦੀ ਜ਼ਰੂਰਤ ਸਮਝੀ ਹੈ। ਹੁਣ ਵੈਸੇ ਤਾਂ ਹਰ ਇੱਕ ਥਾਵਾਂ ਦੇ ਉੱਪਰ ਇਹ ਘਟਨਾਵਾਂ ਹੁੰਦੀਆਂ,
पर एक हफ्ते के दौरान सत जगह के उपर गोलीबारी होनी भावे ओह वक् वक् शहर हो सकते अंटलाटा हो चाहे वे कैलीफोर्निया हो उथे लोग सिक्योरिटी जॉब ले जा रहे थे पांच लोगों से गोलियां चलाती हालांकि उन्होंने किसी की मौत नहीं हुई यह चंगी गल है दूसरे पास कई की मौत हुई भी है इस करके हुण जेकर सरकारां इह कदम उठाउण जा रही ट्रंप प्रशासन तो बाद बाइडन प्रशासन यह कदम चुकन जा रहा है तो यह चंगी गल है एक चंगी खबर है क्योंकि बहुत सारे फुकरेपन के लोग उत्थे भी जरूर होणगे जेकर इत्थे हैगे हर एक देशों के फुकरेपन नाल संबंधित लोग हुंदे ही है कनेडा कहिंदा नहीं कि पिछे पंजाबी ही उत्थे सब तो वध हुण गैंग वॉर दे नाल संबंधित खबरां आपां देखियां पिछले दिनों के दौरान तो उतो टोरंटो के लोगों ने यह कहना शुरू कर दिता कि नौजवानों ने साडे सिर झुकाए है इस गल नूं लैके सिर्फ गैंगवार वाली घटनावां लैके विद्यार्थी वह सीगे जेडे यूनिवर्सिटियां के विद्यार्थी है कॉलेजों के विद्यार्थी है उन्होंने ये चीजा सब तो वध देखने नूं मिली कई परिवारों के आपां देखिया कि दो भरा सके सीगे वह गैंगवार के करके मरे सीगे ये सारिया घटनावां सानूं दसदियां कि हुण जेकर एक देश फिर एक बार दोबारा पहलकदमी कर रहा है तो चंगी गल है होर देशों नूं भी सोचना चाहिए बिल्कुल ते जी पाकिस्तान दे विच पानी दी कमी आ सकती है विदेशी मैगजीन दे अंकड़े ए दसदे आ पाकिस्तान दे विच जरूर कमी आ सकती है 2025 तक एक विदेश दा मैगजीन आ उन्हें अंकड़े जारी करके गल कही है ते उतो बाद 2000 जिहड़ा अगला अंकड़ा वो ज्यादा हैरान करने वाला वह कहिंदे 2040 तक पानी पूरी तरह पाकिस्तान चो खत्म हो सकता है साफ पानी सिस्टम हुण कुछ अंकड़े दिते है कि पहला मैं उदाहरण दूंगा एक गिलास की कि एक गिलास पानी की जेकर आप गल करिए पहला 1961 मिलता से अजकल ओदा एक गिलास के रेंदे पानी का चौथा हिस्सा भी सानू नहीं मिल रहा इहदा कारण कि आउण वाले दिनों के दौरान पाकिस्तान दे विच साफ पानी खत्म हो सकता दूसरे पासे इहनू जोड़िया जा रहा है नाल महंगाई दे पाकिस्तान विच इस वक्त महंगाई बहुत आ ਤੁਸੀਂ ਕਦੀ ਕਿਸੇ ਵੇਲੇ ਲਿਸਟਾਂ ਵੀ ਦੇਖ ਸਕਦੇ ਆ ਸੋਸ਼ਲ ਮੀਡੀਆ ਦੇ ਉੱਪਰ ਵੀ ਚੀਜ਼ਾਂ ਆਮ ਦੇਖਣ ਨੂੰ ਮਿਲ ਜਾਂਦੀਆਂ ਕੁਛ ਚੀਜ਼ਾਂ ਉੱਥੇ ਜਿਹੜੀਆਂ ਰੋਜ਼ਾਨਾ ਵਰਤੋਂ ਵਾਲੀਆਂ ਆ ਭਾਵੇਂ ਉਹ ਚਾਹ ਦੇ ਪਾਉਣ ਵਾਲਾ ਸਮਾਨ ਹੋਵੇ ਚਾਹੇ ਖਾਣ ਪੀਣ ਵਾਲਾ ਹੋਵੇ ਚਾਹੇ ਸਬਜ਼ੀਆਂ ਦੇ ਪਾਉਣ ਵਾਲਾ ਹੋਵੇ ਉਹਨਾਂ ਦੀ ਕੀਮਤ 500 ਰੁਪਏ ਤੱਕ ਅੱਪੜ ਗਈ ਹੈ ਇਹਦਾ ਮਤਲਬ ਕੀ ਹੈ ਕਿ ਦੇਸ਼ ਦੇ ਵਿੱਚ ਮਹਿੰਗਾਈ ਵੱਧ ਗਈ ਹੈ ਹਾਲਾਤ ਦੇ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਨੇ ਪਾਣੀ ਦੀ ਸਮੱਸਿਆ ਜੇਕਰ ਆਉਂਦੀ ਹੈ ਪਾਕਿਸਤਾਨ ਦੇ ਵਿੱਚ ਤਾਂ ਪਹਿਲਾਂ ਬਹੁਤ ਸਾਰੀਆਂ ਸਮੱਸਿਆਵਾਂ ਹੁਣ ਤਾਂ ਸਰਕਾਰ ਸਭ ਤੋਂ ਵੱਡੀ ਸਮੱਸਿਆ ਬਣੀ ਪਈ ਹੈ ਉਹਨਾਂ ਲੋਕਾਂ ਲਈ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਹਟਾਇਆ ਜਾਵੇ ਕਿਉਂਕਿ ਸਰਕਾਰ ਵੱਖ ਵੱਖ ਸਮੇਂ ਤੇ ਕਹਿੰਦੇ ਸਹੀ ਕਦਮ ਨਹੀਂ ਚੁੱਕ ਸਕੀ ਜਿਹੜੇ ਉਹਨਾਂ ਨੂੰ ਚਲਾ ਰਹੇ ਆ ਪਿੱਛੇ ਬੰਦੇ ਉਹਨਾਂ ਨੇ ਸਹੀ ਤਰੀਕੇ ਨਾਲ ਸਹਿਯੋਗ ਨਹੀਂ ਦਿੱਤਾ ਇਹ ਆਪਣੀ ਜਗ੍ਹਾ ਤੇ ਆ ਪਰ ਹੁਣ ਜਿਹੜੀਆਂ ਆਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਪਾਕਿਸਤਾਨ ਦੇ ਵਿੱਚ ਪਾਣੀ ਖਤਮ ਹੋ ਸਕਦਾ ਹੈ 2025 ਤੱਕ ਤੇ ਉਸ ਤੋਂ ਬਾਅਦ 2040 ਤੱਕ ਸਾਰਾ ਹੀ ਪਾਣੀ ਖਤਮ ਹੋਣ ਦੀ ਸੰਭਾਵਨਾ ਇਹ ਹੈਰਾਨ ਕਰਨ ਵਾਲੇ ਅੰਕੜੇ ਆ ਵੈਸੇ ਪਾਕਿਸਤਾਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਦੇਸ਼ ਹੈ ਜਿਨ੍ਹਾਂ ਦੇ ਅੰਕੜੇ ਜਾਰੀ ਕੀਤੇ ਗਏ ਆ ਪਰ ਆਪਾਂ ਅੱਜ ਇਹਦਾ ਗੱਲ ਇਹਨਾਂ ਦੀ ਹੀ ਕਰਾਂਗੇ ਜੀ ਇਹ ਵੀ ਗੱਲ ਹੈ ਜੀ ਕਿ ਗੱਲਾਂ ਕਈ ਕਰਨ ਵਾਲੀਆਂ ਅਗਲੀ ਗੱਲ ਵੀ ਅਸੀਂ ਕਰ ਲਈਏ ਜੀ ਇੱਕ ਐਕਸੀਡੈਂਟ ਹੁੰਦਾ ਤੇ ਉੱਥੇ ਜਿਹੜਾ ਵਰਤਾਰਾ ਦੇਖਣ ਨੂੰ ਮਿਲਦਾ ਸੱਚੀ ਸੋਚਣ ਲਈ ਮਜਬੂਰ ਕਰਦਾ ਕਿ ਅਸੀਂ ਕਿਹੜੇ ਪਾਸੇ ਨੂੰ ਚੱਲ ਪਏ 20 ਮੱਝਾਂ ਮਰ ਗਈਆਂ ਦੋ ਟਰੱਕਾਂ ਦੀ ਟੱਕਰ ਦੇ ਵਿੱਚ ਤੇ ਜਿਹੜੀਆਂ ਬਚ ਗਈਆਂ ਉਹਨੂੰ ਲੋਕ ਲੈ ਗਏ ਤੇ ਮੱਝਾਂ ਦੇ ਨਾਲ ਨਾਲ ਕੁਝ ਬੱਕਰੀਆਂ ਵੀ ਉੱਥੇ ਸੀ ਉਹਨਾਂ ਨੂੰ ਵੀ ਲੋਕ ਲੈ ਗਏ ਹੁਣ ਹੈਰਾਨ ਕਰਨ ਵਾਲੀ ਇਹ ਘਟਨਾ ਕਿ ਸਾਡੇ ਸਮਾਜ ਦੇ ਵਿੱਚ ਕੀ ਵਰਤਾਰਾ ਹੋ ਰਿਹਾ ਕੀ ਵਾਪਰ ਰਿਹਾ ਇੱਕ ਪਾਸੇ ਇਹ ਜਲੰਧਰ ਤੋਂ ਅੰਮ੍ਰਿਤਸਰ ਰੋਡ ਦੇ ਉੱਪਰ ਘਟਨਾ ਵਾਪਰਦੀ ਹੈ ਰਈਏ ਦੇ ਨਜ਼ਦੀਕ ਹੁਣ ਉੱਥੇ ਦੋ ਟਰੱਕਾਂ ਦੀ ਆਪਸ ਵਿੱਚ ਟੱਕਰ ਹੁੰਦੀ ਹੈ 20 ਮੱਝਾਂ ਵਿੱਚ ਟਰੱਕ ਦੇ ਵਿੱਚ ਲੱਦੀਆਂ ਗਈਆਂ ਜ਼ਿਆਦਾ ਹੀ ਵੱਡੀ ਗਿਣਤੀ ਵਿੱਚ ਸੀਗੀਆਂ ਉਹਦੇ ਵਿੱਚੋਂ 20 ਦੀ ਮੌਤ ਹੋ ਗਈ ਹੈ ਤੜਪ ਤੜਪ ਕੇ ਇੱਕ ਦੂਜੇ ਦੇ ਉੱਪਰ ਆ ਕੇ ਹੁਣ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਇੱਕ ਟਰੱਕ ਆ ਉਹਦਾ ਯੂਪੀ ਵਾਲੇ ਪਾਸਿਓਂ ਕਹਿੰਦੇ ਆਇਆ ਤੇ ਉਹਦੇ ਵਿੱਚ ਮੱਝਾਂ ਲੱਦੀਆਂ ਹੋਈਆਂ ਤੇ ਦੂਸਰੇ ਪਾਸੇ ਜਿਹੜੇ ਟਰੱਕ ਨਾਲ ਟੱਕਰ ਹੋਈ ਹੈ ਉਹਦਾ ਨੰਬਰ ਹੀ ਹੈ ਨੀ ਹੁਣ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਦੋਨੇ ਵੱਡੀਆਂ ਕਿ ਇੰਨੇ ਵੱਡੇ ਸ਼ਹਿਰਾਂ ਦੇ ਵਿੱਚੋਂ ਹੋ ਕੇ ਨੈਸ਼ਨਲ ਹਾਈਵੇ ਦੇ ਉੱਪਰ ਦੀ ਗੱਡੀਆਂ ਚੱਲ ਰਹੀਆਂ ਥਾਂ ਥਾਂ ਦੇ ਉੱਪਰ ਚੈਕਿੰਗ ਚੱਲ ਰਹੀ ਹੈ ਕੋਰੋਨਾ ਵਾਇਰਸ ਨੂੰ ਲੈ ਕੇ ਵੱਖਰੀ ਚੈਕਿੰਗ ਚੱਲ ਰਹੀ ਹੈ ਥਾਵਾਂ ਥਾਵਾਂ ਦੇ ਉੱਪਰ ਹਰ ਜਗ੍ਹਾ ਦੇ ਉੱਪਰ ਲੋਕਾਂ ਵੱਲੋਂ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਗੱਡੀਆਂ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਉਹਨਾਂ ਦੇ ਨੰਬਰ ਚੈੱਕ ਕੀਤੇ ਜਾਂਦੇ ਆ ਪਰ ਆਹ ਯੂਪੀ ਵਾਲੀ ਗੱਡੀ ਹੈ ਉੱਥੇ ਕਿੱਦਾਂ ਆ ਗਈ ਪਹਿਲਾਂ ਤੇ ਇਹ ਸਵਾਲੀਆ ਨਿਸ਼ਾਨ ਉੱਠਦਾ ਪਿਆ ਪ੍ਰਸ਼ਾਸਨ ਦੇ ਉੱਪਰ ਵੀ ਕਿਉਂਕਿ ਜਲੰਧਰ ਤੋਂ ਅੰਮ੍ਰਿਤਸਰ ਗਈ ਹੈ ਤੇ ਪਿੱਛੋਂ ਵੀ ਕਿਤੇ ਆਈ ਹੋਣੀ ਹੈ ਜਲੰਧਰ ਤਾਂ ਕਿਤੇ ਚੱਲਣੀ ਗਏ ਇਹ ਸਭ ਤੋਂ ਵੱਡਾ ਆਪਣੇ ਆਪ ਤੇ ਸਵਾਲੀਆ ਨਿਸ਼ਾਨ ਹੈ ਹੁਣ ਦੂਜੇ ਨੰਬਰ ਤੇ ਇਨਸਾਨੀਅਤ ਦੀ ਗੱਲ ਕਰਦੇ ਹਾਂ 20 ਮੱਝਾਂ ਤੜਪ ਤੜ ਕੇ ਮਰ ਗਈਆਂ ਜਿਹੜੀਆਂ ਵਿੱਚੋਂ ਕੁਛ ਕੁ ਜੀਂਦੀਆਂ ਸੀ ਜਿਹੜੀਆਂ ਬੱਚੀਆਂ ਉਹ ਲੋਕ ਖੋਲ ਕੇ ਲੈ ਗਏ ਹੁਣ ਬੱਕਰੀਆਂ ਵੀ ਕੁਛ ਅਜਿਹੀਆਂ ਸੀ ਉੱਥੇ ਜਿਹੜੀਆਂ ਬੱਚੀਆਂ ਉਹਨਾਂ ਨੂੰ ਵੀ ਲੋਕ ਲੈ ਗਏ ਇਹ ਕਿਸ ਤਰ੍ਹਾਂ ਦੇ ਹਾਲਾਤ ਹੋ ਗਏ ਆ ਪਿਛਲੇ ਦਿਨਾਂ ਦੇ ਦੌਰਾਨ ਖੰਨੇ ਦੇ ਨਜ਼ਦੀਕ ਵੀ ਕੁਛ ਅਜਿਹੀ ਇੱਕ ਘਟਨਾ ਦੇਖਣ ਨੂੰ ਮਿਲੀ ਉੱਥੇ ਰੇਲ ਹਾਦਸਾ ਵਾਪਰਦਾ
शायद रेल हादसा खन्ने के नजदीक ही होया सीगा, उत्थे एक पासे तां लोक जख्मी हालत विच है ते पता ए भी लगा कि उना दा निजी समान इथों तक कि गल दे विच पहनन वाले भावें सोने दा ही आ, कुछ घड़ियां सी, होर भी बहुत सारा समान हो सकदा, लोक उना लुट्टण ते हो गए। ए खन्ने वाली घटना क्यों आ? उस तों बाद दुआबे च आ जाओ। दुआबे च पिछले दिनों के दौरान एक एक्सीडेंट हुंदा सुनैब जी, उस एक्सीडेंट विच परिवार के मैंबर जां बहुत सारे लोग जिहड़े नजदीक खड़े है उन्होंने लोगों नूं हस्पताल पहुंचाउण दी कोशिश कीती, पर एक्सीडेंट जदों हुंदा उन्हां दा समान लिप पैंदा, विचों मोबाइल हुंदे आ जां फिर घड़ी हो सकती, जां कोई सोने की भी कोई चीज हो सकती, भावें कुछ होर भी कहना होवे। ओह लोग उन्हां नूं चक्कण दी बजाय उन्हां नूं तां एम्बूलेंस च पा के भेजता, पर बाद दे विच सीसीटीवी कैमरे चों लोग कैद होए आ जिन्हां ने उह समान चक के अपणियां जेबां विच पाया। पता नहीं वह मोड़ दिता जां नहीं मोड़ दिता, असीं इस गल ते नहीं जाणदे, पर चंगा ते इह तां इह तां उह उदाहरणां ना जिहड़ियां असीं सुणियां सुणियां। सुणो मैं अपनी सुणाउणा जी। 10 साल की गल होनी है, बठिंडेओं असी गोनियाणा साइड ते जाइए ते सड़क दे उत्ते दसंबर दे दिन 6 बजे दा टाइम 6-7 एक मोटरसाइकिल वाला डिग्गिया पिया, काफी लोग खड़े, असी भी खड़ गए, असी मोटरसाइकिल ते असी उन्हां नूं देखिया की होया पता ना लग्या, वह चुप जा पिया। उदों नेड़े पुलिस की चौंकी सी जिथे उन्होंने गड्डी जी खड़ाई हुंदी सी मरीजां नूं लिजाण वास्ते, उदों नवा नवा काम चलिया सी, ते असी मोटरसाइकिल ते जदों उधर नूं गए उन्होंने लाइट च सानूं पहचान लिया पुलिस वालिआं ने, सानूं नहीं पता लग्या कौन आ, गाहां कोई जाण पछाण वाला सीगा, हौलदार किसी सिंगर का रिश्तेदार से, उन्होंने जी जान सार उ जरा बंदा डिगया साढ़े नाल तो चल गए, असी मोटरसाइकिल से उन्होंने गड्डी सी जाके डिगे पे बंदे का पता नहीं उन्होंने की हिसाब से, एक तो थप्पड़ मारिया मैंने और गुस्सा चढ़िया, नाले उसकी जेब चो पैसे कढ ले, वह बाद पता लग्या कि जिहड़े बंदे की जेब चो पैसे कढ़े सी, मतलब डिगया पिया बंदा जो हस्पताल च लैके गए, पीती उन्हें शराब वगैरह से, पुलिस तो डरता वह होर गूंगा जहा हो गया, पर पुलिस वाले ने जान सार सब तो पहला कार्रवाई पैसे कढ़ने की पाई। ਹੁਣ ਮੈਨੂੰ ਵੀ ਇਕ ਗੱਲ ਯਾਦ ਆ ਗਈ, ਸਾਡੇ ਨਜ਼ਦੀਕ ਇਕ ਪੁਲਿਸ ਸਟੇਸ਼ਨ ਪੈਂਦਾ, ਇੱਥੇ ਇਕ ਬੰਦੇ ਦਾ ਮੋਟਰਸਾਈਕਲ ਚੋਰੀ ਹੋ ਗਿਆ, ਉਹ ਥਾਣੇ ਪਹੁੰਚਿਆ, ਦੱਸਿਆ ਜਿਹੜਾ ਉਹਨੇ ਕਿ ਮੇਰਾ ਮੋਟਰਸਾਈਕਲ ਚੱਕ ਕੇ ਲੈ ਗਿਆ ਕੋਈ, ਹਾਲਾਂਕਿ ਹੋਇਆ ਕਿ ਜਿੱਦਾਂ ਮੈਂ ਕੋਈ ਮੇਰਾ ਸੱਜਣ ਆ ਤੇ ਮੈਂ ਉਹਨੂੰ ਚਾਬੀ ਫੜਾਈ ਆ, ਉਹ ਲੈ ਗਿਆ ਮੋਟਰਸਾਈਕਲ ਬਿਨਾਂ ਦੱਸੇ, ਉਹ ਬੰਦਾ ਥਾਣੇ ਜਾਂਦਾ, ਉਹਨੇ ਇਹ ਗੱਲ ਕਹਿ ਸੀ ਕਿ ਮੋਟਰਸਾਈਕਲ ਚੋਰੀ ਹੋਇਆ। ਹੁਣ ਬਾਅਦ ਦੇ ਵਿਚ ਪਤਾ ਲੱਗਦਾ ਜਦੋਂ ਦੁਕਾਨੇ ਜਾਂਦੇ ਆ ਵਾਪਸ ਕਿ ਮੋਟਰ ਉਹ ਬੰਦਾ ਥਾਣੇ ਚਲ ਗਿਆ, ਉਹ ਥਾਣੇ ਜਾ ਕੇ ਜਦੋਂ ਮੁੰਡੇ ਦੀ ਜੇਬ ਦੇ ਵਿਚ ਮੈਂ ਉਥੇ ਮੌਜੂਦ ਸੀ, ਇਹ ਮੇਰੇ ਸਾਹਮਣੇ ਦੀ ਘਟਨਾ। ਹੁਣ ਉਹ ਬੰਦੇ ਦੀ ਜੇਬ ਦੇ ਵਿਚ ਪੈਸੇ ਵੀ ਸੀਗੇ, ਉਹ ਬੰਦੇ ਦੀ ਜੇਬ ਦੇ ਕੁਛ ਡਾਕੂਮੈਂਟ ਵੀ ਸੀਗੇ, ਉਹ ਜਿਹੜਾ ਚਾਬੀ ਲੈ ਕੇ ਗਿਆ ਉਹਨੂੰ ਗੁੱਸੇ ਦੇ ਵਿਚ ਪੁਲਿਸ ਵਾਲਿਆਂ ਨੇ ਕਿਹਾ ਕਿ ਸਾਡਾ ਟਾਈਮ ਖਰਾਬ ਕੀਤਾ, ਉਹਨੂੰ ਅੰਦਰ ਥਾਣੇ ਚ ਕਰ ਲਿਆ ਬੰਦ। ਥਾਣੇ ਜਦੋਂ ਲੈ ਕੇ ਜਾਂਦੇ ਆ ਤੇ ਉਹਦੇ ਡਾਕੂਮੈਂਟ ਬਾਹਰ ਰਖਾ ਲਏ ਜਾਂਦੇ ਆ, ਇਹ ਮੇਰੇ ਅੱਖਾਂ ਦੇ ਸਾਹਮਣੇ ਦੀ ਗੱਲ ਆ ਜਨਾਬ ਜੀ। ਉਸ ਪੁਲਿਸ ਵਾਲੇ ਨੇ ਉਸ ਬੰਦੇ ਦੇ ਬਟੂਏ ਦੇ ਵਿਚੋਂ ਪੈਸੇ ਕੱਢ ਕੇ ਸਾਈਡ ਤੇ ਪਾਤੇ, ਰੱਖ ਦਿੱਤੇ ਇੱਕ ਸਾਈਡ ਤੇ, ਤੇ ਉਸ ਤੋਂ ਬਾਅਦ ਮੈਂ ਕਿਹਾ ਇਹ ਗਲਤ ਆ ਜੋ ਵੀ ਹੋ ਰਿਹਾ। ਆਪਾਂ ਲੋਕਾਂ ਦੀ ਗੱਲ ਵੀ ਕਰਦੇ ਆ, ਨਾਲ ਪ੍ਰਸ਼ਾਸਨ ਦੇ ਵਿਚ ਵੀ ਕੁਝ ਮੌਜੂਦ ਅਜਿਹੇ ਲੋਕ ਨੇ, ਉਹ ਬੰਦੇ ਨੇ 2 ਨੋਟ ਵਿਚੋਂ ਕੱਢ ਕੇ ਸਾਈਡ ਨੂੰ ਕਰਤੇ, ਕਹਿੰਦਾ ਇਹਨੂੰ ਕਿਹੜਾ ਪਤਾ ਲੱਗਣਾ, ਜੇ ਪਤਾ ਲੱਗ ਵੀ ਗਿਆ ਤਾਂ ਉਹਨੇ ਕਿਹੜਾ ਬੋਲਣਾ। ਹਾਲਾਤ ਇੱਥੋਂ ਤੱਕ ਬਣ ਚੁੱਕੇ ਆ, ਹਾਲਾਤ ਇੱਥੋਂ ਤੱਕ ਵਿਗੜ ਚੁੱਕੇ ਆ ਕਿ ਜਿਹੜੇ ਜੇਲ੍ਹ ਦੇ ਵਿਚ ਬੰਦੇ ਸਿੱਟੇ ਜਾਂਦੇ ਆ ਜਾਂ ਫਿਰ ਹਿਰਾਸਤ ਵਿਚ ਲਏ ਜਾਂਦੇ ਆ ਜੇਲ੍ਹ ਤੋਂ ਪਹਿਲਾਂ, ਉਹਨਾਂ ਦਾ ਵੀ ਕੁਛ ਜਿਹੜੇ ਸਮਾਨ ਰੱਖਦੇ ਆ ਕਿ ਉਹਦੀ ਜਿੰਮੇਵਾਰੀ ਵੀ ਕਿਹਦੀ ਬਣਦੀ ਹੈ? ਇਹ ਤਾਂ ਫਿਰ ਉਹ ਵੀ ਸੁਰੱਖਿਅਤ ਨਹੀਂ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ, ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਵਾਰਦਾਤਾਂ ਅਸੀਂ ਦੇਖੀਆਂ ਜਿਹੜੀਆਂ ਸ਼ਰਮਸਾਰ ਕਰਦੀਆਂ। ਮੈਨੂੰ ਲੱਗਦਾ ਰਈਏ ਵਾਲੀ ਘਟਨਾ ਨੇ ਵੀ ਲੋਕਾਂ ਨੂੰ ਇੱਕ ਵਾਰ ਬਹੁਤ ਸ਼ਰਮਸਾਰ ਕਰਨਾ, ਇਹ ਰੁਕਣੀਆਂ ਚਾਹੀਦੀਆਂ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਪਾਸੇ ਮੱਝਾਂ ਸੜਕ ਤੇ ਤੜਪ ਰਹੀਆਂ, ਕੁਛ ਖਲਾਰਾ ਵੀ ਚੰਗਾ ਪਿਆ ਹੋਣਾ ਉੱਥੇ, ਪਰ ਦੂਸਰੇ ਪਾਸੇ ਜਿਹੜੀਆਂ ਠੀਕ ਆ ਤੁਸੀਂ ਉਹ ਘਰਾਂ ਨੂੰ ਖੋਲ ਕੇ ਲਿਜਾ ਰਹੇ ਹੋ, ਆਪਣੇ ਆਪ ਦੇ ਵਿਚ ਬੜੀ ਸ਼ਰਮ ਵਾਲੀ ਗੱਲ ਹੈ। ਹੋਲੀ ਵੀ ਆ ਰਹੀ ਹੈ, ਹੋਲਾ ਮਹੱਲਾ ਵੀ ਸ਼ੁਰੂ ਹੈ ਤੇ ਉਧਰੋਂ ਅਲਰਟ ਵੀ ਹੈ ਜੀ, ਵੈਦਰ ਅਲਰਟ। ਹੈਲੋ, ਹਾਂਜੀ, ਵੈਦਰ ਅਲਰਟ ਹੈ ਜੀ, ਹੋਲੀ ਤੇ ਹੋਲਾ ਮਹੱਲਾ ਜੀ। ਬਿਲਕੁਲ ਜੀ, ਹੁਣ ਮੌਸਮ ਦੀ ਗੱਲ ਕਰ ਰਹੇ ਹੋ ਤੁਸੀਂ ਤੇ ਅਲਰਟ ਤਾਂ ਜਾਰੀ ਕਰ ਹੀ ਦਿੱਤਾ ਗਿਆ, ਤੇ ਮੈਨੂੰ ਇਹ ਲੱਗਦਾ ਵੈਸੇ ਸੁਖਨੈਬ ਜੀ ਇਹ ਗੱਲ ਹੋਰ ਹੈ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿਚ ਹਾਲਾਤ ਹੋਰ ਮੌਸਮ ਨੂੰ ਲੈ ਕੇ ਖਰਾਬ ਹੋ ਸਕਦੇ ਆ। ਪਿਛਲੇ ਦਿਨਾਂ ਦੇ ਦੌਰਾਨ ਅਸੀਂ 4-5 ਦਿਨ ਪਹਿਲਾਂ ਜਿਹੜੀ ਕਾਰਵਾਈ ਹੋਈ ਹੈ ਵੈਸਟਰਨ ਪਾਰਕ ਤੇ, ਉਹ ਆਪਾਂ ਦੇਖਿਆ ਡਿਸਟਰਬ ਸੁੱਟਣ ਦੇ ਨਾਲ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਮੀਂਹ ਹਨੇਰੀ ਗੜੇਮਾਰੀ ਹੋਈ ਹੈ, ਉਹਦੇ ਕਰਕੇ ਫਸਲ ਖਰਾਬ ਹੋਈ ਹੈ। ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਇੱਕ ਹਫ਼ਤੇ ਦੇ ਵਿਚ 3-4 ਵਾਰ ਫਿਰ ਤੋਂ ਖਰਾਬ ਹੋਣ ਦੀ ਸੰਭਾਵਨਾ। ਮੌਸਮ ਪੰਜਾਬ ਤੇ ਭਾਰਤ ਉੱਤਰ ਭਾਰਤ ਦੇ ਕਈ ਇਲਾਕਿਆਂ ਵਿਚ ਤੇ ਫਸਲ ਜਿਹੜੀ ਹੁਣ ਤਿਆਰ ਹੋ ਰਹੀ ਹੈ, ਕਣਕ ਸੁਨਹਿਰੀ ਰੰਗ ਦੇ ਛਿੱਟੇ ਉਹਦੇ ਹੋ ਜਾਣੇ ਆ ਥੋੜੇ ਕੁ ਦਿਨ ਦੇ ਵਿਚ, ਪਰ ਜੇਕਰ ਮੀਂਹ ਹਨੇਰੀ ਦੁਆਰਾ ਆਉਂਦਾ ਤੇ ਕਿਸਾਨਾਂ ਲਈ ਇੱਕ ਚਿੰਤਾ, ਇੱਕ ਨਵੀਂ ਸਮੱਸਿਆ ਖੜੀ ਹੋ ਸਕਦੀ ਹੈ। ਦੂਸਰੇ ਪਾਸੇ ਹੋਲਾ ਮਹੱਲਾ ਸ਼ੁਰੂ ਹੋਇਆ ਅੱਜ ਜਾਹੋ ਜਲਾਲ ਦੇ ਨਾਲ, ਹੁਣ ਇਹਦਾ ਪੂਰਾ ਚੱਲਣਾ ਆਉਣ ਵਾਲੇ ਦਿਨਾਂ ਦੇ ਦੌਰਾਨ, ਪਰ ਮੀਂਹ ਦੀ ਸੰਭਾਵਨਾ ਕਰਕੇ ਥੋੜੇ ਜਿਹੇ ਰੰਗ ਬਦਲ ਸਕਦਾ ਜੀ।
ਤੇ ਮਿਆਂਮਾਰ ਦੀ ਸਥਿਤੀ ਦੱਸੋ ਜੀ ਥੋੜੀ ਜੀ। ਮਿਆਂਮਾਰ ਦੇ ਵਿਚ ਅੱਜ ਪਹਿਲੀ ਵਾਰ ਇਕ ਪੋਜ਼ਿਟਿਵ ਖਬਰ ਸੁਣਨ ਨੂੰ ਮਿਲੀ ਹੈ। ਜਦੋਂ ਦਾ 2 ਫਰਵਰੀ ਤੋਂ ਲੈ ਕੇ 1 ਫਰਵਰੀ ਤੋਂ ਲੈ ਕੇ ਆਪਾਂ ਇਹੀ ਸੁਣੀ ਜਾ ਰਹੇ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਨਾਲ ਧੱਕਾ ਹੁੰਦਾ, ਵੱਖ ਵੱਖ ਪ੍ਰਦਰਸ਼ਨਕਾਰੀਆਂ ਨੂੰ ਜੇਲ੍ਹਾਂ ਚ ਬੰਦ ਕੀਤਾ, ਪਰ ਅੱਜ ਉਥੋਂ ਦੀ ਜਿਹੜੀ ਆਰਮੀ ਯੂਨਿਟ ਹੈ ਉਹਨੇ 150 ਤੋਂ ਉੱਪਰ ਜਿਹੜੇ ਪ੍ਰਦਰਸ਼ਨਕਾਰੀ ਹੈ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕੱਢਿਆ। ਹੁਣ ਕਾਰਨ ਕੀ ਹੈ? ਅੰਤਰਰਾਸ਼ਟਰੀ ਪੱਧਰ ਤੇ ਬਹੁਤ ਜ਼ਿਆਦਾ ਦਬਾਅ ਪੈ ਚੁੱਕਿਆ ਮਿਆਂਮਾਰ ਦੇ ਉੱਪਰ। ਬਹੁਤ ਸਾਰੇ ਦੇਸ਼ਾਂ ਨੇ ਆਰਥਿਕ ਤੌਰ ਤੇ ਸੰਬੰਧ ਵੀ ਤੋੜ ਲਿਆ, ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਤਾ ਕਿ ਜਿਹੜੀ ਰੱਖਿਆ ਦੇ ਲਈ ਤੁਹਾਡੇ ਨਾਲ ਸਮਝੌਤਾ ਕੀਤਾ ਜਾਂਦਾ, ਅਸੀਂ ਉਹ ਸਾਰੇ ਪੈਸੇ ਤੁਹਾਨੂੰ ਦੇਣੇ ਬੰਦ ਕਰ ਦਿੰਦੇ ਆ। ਹੁਣ ਆਰਮੀ ਵਾਲਿਆਂ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਕਿਤੇ ਸਮੱਸਿਆ ਹੋਰ ਵੱਧ ਨਾ ਜਾਵੇ। ਹੁਣ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਹਿਰਾਸਤ ਵਿਚ ਲਿਆ, ਖਾਸ ਗੱਲ ਇਹ ਹੈ ਕਿ ਇਹ ਉੱਥੇ ਦੀ ਜਿਹੜੀ ਲੋਕਤੰਤਰ ਪਾਰਟੀ ਆ ਆਂਗ ਸਾਨ ਸੂ ਕੀ, ਉਨ੍ਹਾਂ ਦੇ ਨਾਲ ਸੰਬੰਧਿਤ ਜ਼ਿਆਦਾਤਰ ਇਹ ਪ੍ਰਦਰਸ਼ਨਕਾਰੀ ਹੈ। ਕੁਛ ਉਨ੍ਹਾਂ ਦੇ ਬਹੁਤ ਨਜ਼ਦੀਕੀ ਵੀ ਦੱਸੇ ਜਾ ਰਹੇ ਜਿਨ੍ਹਾਂ ਨੂੰ ਹਿਰਾਸਤ ਵਿਚ ਲਿਆ ਤੇ ਹੁਣ ਉਨ੍ਹਾਂ ਨੂੰ ਛੱਡਿਆ ਜਾ ਰਿਹਾ ਹੈ। ਇਹ ਇਕ ਪੌਜ਼ਿਟਿਵ ਖਬਰ ਹੈ ਮਿਆਂਮਾਰ ਦੇ ਤੌਰ ਤੇ, ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਕਦੀ 33 ਬੰਦਿਆਂ ਦੀ ਮੌਤ ਹੋ ਜਾਂਦੀ ਪ੍ਰਦਰਸ਼ਨਕਾਰੀਆਂ ਦੀ, ਕਦੀ 18 ਮਰਦੇ ਆ, ਕਦੀ 10 ਮਰਦੇ ਆ, ਕੁੱਲ ਮਿਲਾ ਕੇ ਅੰਕੜਾ 100 ਤੋਂ ਪਾਰ ਹੋ ਗਿਆ। ਪਰ ਹੁਣ ਫੌਜ ਨੇ ਥੋੜਾ ਜਿਹਾ ਬਦਲਣਾ ਸ਼ੁਰੂ ਕੀਤਾ ਤੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਵੀ ਪ੍ਰਦਰਸ਼ਨਕਾਰੀਆਂ ਨੂੰ ਛੱਡਿਆ ਜਾ ਸਕਦਾ ਜੀ। ਇਹ ਵੀ ਗੱਲ ਹੈ ਜੀ, ਪ੍ਰਦਰਸ਼ਨਕਾਰੀ ਹੋਰ ਵੀ ਛੱਡੇ ਜਾ ਸਕਦੇ ਆ, ਤੇ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਹਾਂ ਤਾਂ ਬਹੁਤ ਸਾਰੇ ਹੋਰ ਸਵਾਲ, ਖਿਆਲ, ਵਿਚਾਰ ਤੁਹਾਡੇ ਮਨ ਦੇ ਵਿੱਚ ਹੋਣਗੇ। ਪਰ ਅੱਜ ਸੱਜਣੋ ਆਪਾਂ ਇੱਥੇ ਹੀ ਵਿਰਾਮ ਲੈਂਦੇ ਹਾਂ, ਕਿਉਂਕਿ ਨਵਜੀਤ ਹੋਰਾਂ ਦੇ ਨਾਲ ਵੀ ਆਪਾਂ ਸਾਂਝ ਹੁਣ ਕੱਲ ਨੂੰ ਪਾਵਾਂਗੇ, ਕਿਉਂਕਿ ਅੱਗੇ ਆਪਾਂ ਹਿੰਦੂ ਮੈਰਿਜ ਐਕਟ ਦੇ ਅਗਲੇ ਸਫ਼ਿਆਂ ਤੇ ਗੱਲ ਕਰਨੀ। ਬਹੁਤ ਧੰਨਵਾਦ ਨਵਜੀਤ ਜੀ, ਬਹੁਤ ਮਿਹਰਬਾਨੀ। ਸੁਖਨਾਥ ਜੀ ਸ਼ੁਕਰੀਆ, ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਨਵਜੀਤ ਹੋਰਾਂ ਦੇ ਨਾਲ ਸਾਂਝ ਸੀ। ਤੇ ਦੋਸਤੋ, ਅਗਲੀ ਹੁਣ ਆਪਾਂ ਬ੍ਰੇਕ ਤੋਂ ਬਾਅਦ ਐਡਵੋਕੇਟ ਹਰਮੀਤ ਕੌਰ ਬਰਾੜ ਹੋਰਾਂ ਦਾ ਸਾਥ ਰਹਿੰਦੇ ਹਾਂ।